अंग 13। दिन दा तीजा कुपहर, थोड़ी थोड़ी ठंड उतर रही सी। सिमरन पाइप नाल वेलां बूटियां नूं पानी दे रही सी। बरोटे दा निक्का जिहा पौधा जिहड़ा उहने पौड़ियां दी इक त्रेड विच्चों पुट के बारी कोल लगा दित्ता सी, हुण किड्डा ही वड्डा हो गया सी। मौलसरी दे रुख तां काफ़ी पुराने सन, कई रंगां दे गुलाब खिड़ रहे सन। ਉਹ ਕੁਦਰਤ ਦੇ ਕ੍ਰਿਸ਼ਮੇ ਉੱਪਰ ਹੈਰਾਨ ਵੀ ਹੋ ਰਹੀ ਸੀ ਤੇ ਖੁਸ਼ ਵੀ। ਇਹ ਫੁੱਲ ਬੂਟੇ ਵੀ ਆਪਸ 'ਚ ਗੱਲਾਂ ਕਰਦੇ ਹੋਣਗੇ, ਦਰਖਤ ਵੀ। ਮੌਲਸਰੀ ਦੇ ਦਰਖਤਾਂ ਨੇ ਤਾਂ ਮੇਰੀ ਮੰਮੀ ਨੂੰ ਵੀ ਵੇਖਿਆ ਹੋਵੇਗਾ। ਬਚਪਨ 'ਚ ਸ਼ਾਇਦ ਉਹ ਇੱਥੇ ਹੀ ਇਹਨਾਂ ਦੇ ਫੁੱਲ ਚੁਗਦੀ ਫਿਰਦੀ ਹੋਵੇ। ਇਹ ਫੁੱਲ ਬੂਟੇ ਉਹਨੂੰ ਯਾਦ ਤਾਂ ਕਰਦੇ ਹੋਣਗੇ ਤੇ ਨਾਨਾ ਜੀ ਨੂੰ ਵੀ। ਪਰਾਂ ਗੇਂਦਾ ਰਾਮ ਬੈਠਾ ਹੁੱਕਾ ਪੀ ਰਿਹਾ ਸੀ। ਇਹ ਆਪਣੇ ਪਿੰਡ ਆਪਣੇ ਘਰਦਿਆਂ ਕੋਲ ਕਿਉਂ ਨਹੀਂ ਚਲਿਆ ਜਾਂਦਾ? ਏਡਾ ਬੁੱਢਾ ਹੋ ਗਿਆ, ਕਿਸੇ ਦਿਨ ਮਰ ਜਾਏਗਾ, ਬਾਰ ਬਾਰ ਖੜਕਿਆ। ਸ਼ਾਇਦ ਗੇਂਦਾ ਰਾਮ ਦੇ ਘਰਦਿਆਂ ਨੂੰ ਵੀ ਇਹੀ ਖਿਆਲ ਆਇਆ ਸੀ ਕਿ ਹੁਣ ਉਹ ਬੁੱਢਾ ਹੋ ਗਿਆ, ਕਿਸੇ ਦਿਨ ਮਰ ਜਾਏਗਾ। ਇਸ ਲਈ ਉਹਦੀ ਘਰਵਾਲੀ ਅਤੇ ਉਹਦਾ ਲੜਕਾ ਉਹਨੂੰ ਲੈਣ ਆਏ ਸਨ ਅਤੇ ਉਹਨਾਂ ਨੇ ਗੇਟ ਖੜਕਾਇਆ ਸੀ। ਗੇਂਦਾ ਰਾਮ ਦੀ ਥਾਂ ਸਿਮਰਨ ਗੇਟ ਖੋਲ੍ਹਣ ਗਈ। ਹਮ ਡੱਡੂ ਮਾਜਰੇ ਸੇ ਆਏ ਹੈ, ਗੇਂਦਾ ਰਾਮ ਦੇ 40 ਕੁ ਵਰਿਆਂ ਦੇ ਪੁੱਤਰ ਨੇ ਦੱਸਿਆ। ਮਗਰ ਘੱਗਰਾ ਪਾਈ ਘੁੰਡ ਕੱਢੀ ਗੇਂਦਾ ਰਾਮ ਦੀ ਘਰਵਾਲੀ ਖੜ੍ਹੀ ਸੀ। ਆਵਾਜ਼ ਸੁਣ ਕੇ ਗੇਂਦਾ ਰਾਮ ਆ ਗਿਆ। ਪੈਰ ਛੂਓ ਬੀਬਾ ਜੀ ਕੇ, ਗੇਂਦਾ ਰਾਮ ਨੇ ਜਿਵੇਂ ਹੁਕਮ ਦਿੱਤਾ। ਪਹਿਲੇ ਗੇਂਦਾ ਰਾਮ ਦੇ ਬੇਟੇ ਨੇ ਸਿਮਰਨ ਦੇ ਪੈਰੀਂ ਹੱਥ ਲਾਈ, ਮਗਰੋਂ ਉਸੇ ਤਰ੍ਹਾਂ ਘੁੰਡ ਕੱਢੀ ਗੇਂਦਾ ਰਾਮ ਦੀ ਘਰਵਾਲੀ ਨੇ। ਸਿਮਰਨ ਨੂੰ ਬਹੁਤ ਅਜੀਬ ਨਹੀਂ ਲੱਗਿਆ। ਘਰ ਦੇ ਲਾਗੀ ਤੱਥੇ ਨੌਕਰਾਂ ਚਾਕਰਾਂ ਲਈ ਇਹ ਹੁਣ ਇਸ ਘਰ ਦੀ ਧੀ ਸੀਮਾ ਦੀ ਥਾਂ ਸੀ। ਅੰਦਰ ਲੰਘ ਕੇ ਗੇਂਦਾ ਰਾਮ ਦੇ ਪੁੱਤਰ ਨੇ ਬੇਜੀ ਨੂੰ ਮੱਥਾ ਟੇਕਿਆ, ਫਿਰ ਗੇਂਦਾ ਰਾਮ ਦੇ ਕਮਰੇ ਵਿੱਚ ਆ ਬੈਠਾ ਅਤੇ ਗੇਂਦਾ ਰਾਮ ਦੀ ਘਰਵਾਲੀ ਨੇ ਬੇਜੀ ਦੇ ਪੈਰੀਂ ਹੱਥ ਲਾ ਕੇ ਉਹਨਾਂ ਦੇ ਕੋਲ ਹੀ ਬੈਠ ਕੇ ਉਹਨਾਂ ਦੇ ਨਾਲ ਮਟਰ ਕਢਵਾਉਣ ਲੱਗ ਪਈ। ਗੇਂਦਾ ਰਾਮ ਨੇ ਚਾਹ ਬਣਾਈ, ਪੁੱਤਰ ਲਈ ਗਲਾਸ 'ਚ ਪਾ ਕੇ ਲੈ ਗਿਆ ਅਤੇ ਘਰਵਾਲੀ ਦੀ ਰਸੋਈ 'ਚ ਹੀ ਰੱਖ ਗਿਆ। ਬੇਜੀ ਨੇ ਉੱਠ ਕੇ ਫਰਿੱਜ ਵਿੱਚੋਂ ਪਿੰਨੀਆਂ ਕੱਢੀਆਂ, ਪਲੇਟ ਵਿੱਚ ਰੱਖ ਕੇ ਦੋ ਗੇਂਦਾ ਰਾਮ ਦੀ ਘਰਵਾਲੀ ਨੂੰ ਦੇ ਦਿੱਤੀਆਂ ਅਤੇ ਦੋ ਗੇਂਦਾ ਰਾਮ ਦੇ ਪੁੱਤਰ ਲਈ ਗੇਂਦਾ ਰਾਮ ਨੂੰ ਫੜਾਈਆਂ। ਤੂੰ ਹੁਣ ਘੁੰਡ ਤਾਂ ਚੁੱਕਦੇ, ਇੱਥੇ ਕਿਹੜਾ ਕੋਈ ਹੈ? ਬੇਜੀ ਨੇ ਗੇਂਦਾ ਰਾਮ ਦੀ ਘਰਵਾਲੀ ਨੂੰ ਆਖਿਆ। ਗੇਂਦਾ ਰਾਮ ਦੀ ਘਰਵਾਲੀ ਨੇ ਘੁੰਡ ਵਿੱਚੋਂ ਹੀ ਗੇਂਦਾ ਰਾਮ ਵੱਲ ਇਸ਼ਾਰਾ ਕੀਤਾ ਕਿ ਉਹ ਸਾਹਮਣੇ ਹੈ। ਸਿਮਰਨ ਹੱਸ ਪਈ। ਚਾਹ ਪੀ ਚੁੱਕਣ ਮਗਰੋਂ ਵਿਹਲਾ ਜਿਹਾ ਹੋ ਕੇ ਗੇਂਦਾ ਰਾਮ ਆਪਣੀ ਘਰਵਾਲੀ ਤੋਂ ਕੁਝ ਦੂਰ ਪੀੜ੍ਹੀ ਲੈ ਕੇ ਬੇਜੀ ਦੇ ਕੋਲ ਬੈਠ ਗਿਆ। ਇਹ ਲੋਕ ਕਿਸ ਲਈ ਆਏ ਹੈ? ਪੈਸੇ ਤਾਂ ਮੈਨੇ ਮਨੀ ਆਰਡਰ ਸੇ ਭੇਜ ਦਿਆ ਥਾ, ਗੇਂਦਾ ਰਾਮ ਨੇ ਸਿੱਧਾ ਆਪਣੀ ਘਰਵਾਲੀ ਨੂੰ ਪੁੱਛਣ ਦੀ ਥਾਂ ਬੇਜੀ ਨੂੰ ਪੁੱਛਿਆ। ਇੱਕ ਤੋਂ ਹਮ ਇਸ ਕੋਲ ਲੈਣੇ ਆਏ ਹੈ, ਬੇਜੀ ਦੀ ਥਾਂ ਗੇਂਦਾ ਰਾਮ ਦੀ ਘਰਵਾਲੀ ਨੇ ਉਸੇ ਤਰ੍ਹਾਂ ਘੁੰਡ ਕੱਢਿਆ ਆਖਿਆ। ਹਾਂ ਹਾਂ, ਔਰ ਇਨਕੋ ਅਕੇਲੇ ਛੋੜ ਜਾਊਂ? ਤੁਹਾਰੇ ਭੇਜੇ ਮੇਂ ਭੂਸਾ ਭਰਾ ਹੈ ਕਿਆ? ਕਾਕਾ ਜੀ ਤੋਂ ਦਿੱਲੀ ਰਹਿਤੇ ਹੈ, ਇੱਧਰ ਬੇਜੀ ਔਰ ਸਿਮਰਨ ਬੀਬਾ ਜੀ ਕੇ ਪਾਸ ਕੌਣ ਰਹੇਗਾ? ਉੱਪਰ ਸੇ ਗੜਬੜੀ ਕਾ ਟਾਈਮ, ਗੇਂਦਾ ਰਾਮ ਨੇ ਜ਼ਰਾ ਹਰਕ ਕੇ ਕਿਹਾ। ਅਬ ਤੇਰੀ ਕੰਮ ਕਰਨੇ ਕੀ ਉਮਰ ਹੈ ਕਿਆ? ਲੋਕ ਕਹੇਂਗੇ ਬੂੜੇ ਕੋ ਅਬ ਤੱਕ ਜੋਤਾ ਹੂਆ ਹੈ, ਗੇਂਦਾ ਰਾਮ ਦੀ ਘਰਵਾਲੀ ਨੇ ਇਸ ਵਾਰੀ ਸਿੱਧੀ ਗੱਲ ਕੀਤੀ। ਜਬ ਮੇਰੇ ਸੇ ਕਾਮ ਨਹੀਂ ਹੋਗਾ ਤੋ ਹਮ ਕਿਸੀ ਔਰ ਕੋ ਰੱਖ ਲੇਂਗੇ, ਮਗਰ ਜਿਸ ਕੋ ਰੱਖੇਂਗੇ ਉਸਕਾ ਧਿਆਨ ਵੀ ਤੋ ਰੱਖਣਾ ਹੋਗਾ। ਬੇਜੀ ਨਹੀਂ ਇਹ ਕਾਮ ਕਰ ਸਕਤੀ, ਘਰ ਮੇਂ ਸਭ ਕੁਝ ਹੀ ਖੁੱਲ੍ਹਾ ਪੜਾ ਰਹਿਤਾ ਹੈ, ਕੋਈ ਦੂਸਰਾ ਹੋਗਾ ਤੋ ਗੜਬੜ ਨਹੀਂ ਕਰੇਗਾ? ਗੇਂਦਾ ਰਾਮ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ। ਇਸ ਕੋ ਇਸ ਕੇ ਮਾਇਨੇ ਹਮ ਤੋ ਅਬ ਤੁਹਾਰੇ ਘਰ ਵਾਲੇ ਹੀ ਨਹੀਂ ਰਹੇ, ਗੇਂਦਾ ਰਾਮ ਦੀ ਘਰਵਾਲੀ ਨੇ ਜਿਵੇਂ ਉਲਾਂਭਾ ਦਿੱਤਾ। ਤੁਹਾਰਾ ਮਤਲਬ ਹੈ ਕਿ ਮੇਰੇ ਘਰ ਵਾਲੇ ਨਹੀਂ? ਉੱਧਰ ਤੋਂ ਲੜਕੇ ਹੈ, ਇੱਧਰ ਕੌਣ ਹੈ? ਜੋ ਛੋੜ ਕਰ ਚਲਾ ਜਾਊਂ, ਜਵਾਨ ਬੇਟੀ ਹੈ ਘਰ ਮੇਂ, ਘਰ ਬਾਰ ਕਾ ਸਾਰਾ ਕੰਮ ਕਿਆ ਬੀਜੀ ਕਰੇਂਗੀ? ਗੇਂਦਾ ਰਾਮ ਨੇ ਦੱਸਿਆ। ਜਬ ਮਰ ਜਾਏਗਾ ਤੋ ਇੱਧਰ ਕੰਮ ਕੈਸੇ ਚਲੇਗਾ? ਗੇਂਦਾ ਰਾਮ ਦੀ ਘਰਵਾਲੀ ਜਰਾ ਖਿੱਚ ਕੇ ਬੋਲੀ। ਮਰ ਕੈਸੇ ਜਾਊਂਗਾ? ਮੈਨੇ ਭਗਵਾਨ ਕੋ ਕਹਿ ਦੀ ਹੈ ਕਿ ਜਬ ਤੱਕ ਸਿਮਰਨ ਬੀਬਾ ਜੀ ਕੀ ਸ਼ਾਦੀ ਨਹੀਂ ਹੋ ਜਾਤੀ ਮੈਨੇ ਨਹੀਂ ਮਰਨਾ। ਇਤਨੇ ਬਰਸ ਹੋ ਗਿਆ ਤੇਰੇ ਕੋ ਆਪਣੇ ਬਾਲ ਬੱਚੋਂ ਕਾ ਕੋਈ ਖਿਆਲ ਨਹੀਂ, ਤੂੰ ਕੈਸਾ ਬਾਪ ਹੈ ਰੇ? 40 ਬਰਸੋਂ ਮੇਂ ਘਰ ਸੇ ਜਬ ਹੀ ਪੱਤਰ ਆਇਆ ਏਕ ਹੀ ਬਾਤ ਲਿਖੀ, ਪੈਸਾ ਭੇਜ ਦੋ। ਗੇਂਦਾ ਰਾਮ ਨੇ ਜਿਵੇਂ ਗਿਲਾ ਕੀਤਾ। ਅਰੇ ਤੂੰ ਤੋ ਬੇਟੇ ਕੇ ਵਿਵਾਹ ਮੇਂ ਵੀ ਨਹੀਂ ਆਇਆ ਥਾ, ਸਾਰਾ ਗਾਉਂ ਪੂਛ ਰਹਾ ਥਾ, ਹਮਨੇ ਝੂਠ ਬੋਲਾ, ਬਿਮਾਰ ਹੈ, ਹਮ ਤੋ ਤੁਹਾਰੇ ਕੁਛ ਹੈ ਹੀ ਨਹੀਂ। ਗੇਂਦਾ ਰਾਮ ਦੀ ਘਰਵਾਲੀ ਅੱਖਾਂ ਪੂੰਝਦੀ ਬੋਲੀ। ਮੇਰੇ ਸੇ ਪੂਛਾ ਥਾ ਕਿਆ? ਉਸੀ ਬਰਸ ਬੀਬਾ ਜੀ ਸੀਮਾ ਮਰੀ ਗਈ ਥੀ, ਹਮਾਰੇ ਘਰ ਮੇਂ ਅੰਧੇਰਾ ਛਾ ਰਹਾ ਥਾ, ਔਰ ਤੂੰ ਬੇਟੇ ਕੀ ਸ਼ਾਦੀ ਕਰ ਰਹੀ ਥੀ, ਬੇਸਮਝ ਔਰਤ। ਅਗਰ ਤੂਨੇ ਘਰ ਨਹੀਂ ਚੱਲਣਾ ਤੋ ਪੈਸੇ ਵੀ ਮਤ ਭੇਜਣਾ, ਗੇਂਦਾ ਰਾਮ ਦੀ ਘਰਵਾਲੀ ਹਰ ਨੇ ਹਰ ਕੇ ਆਖਿਆ। ਤੂੰ ਕੁਝ ਦਿਨ ਮਿਲ ਗਿਲ ਆਈ
ਗਿੰਦਾ ਰਾਮ ਬੇਜੀ ਨੇ ਦਿਲਾਸਾ ਦੇਣ ਵਾਂਗ ਆਖਿਆ, ਨਹੀਂ ਮੈਨੇ ਨਹੀਂ ਜਾਣਾ। ਗਾਉਂ ਵਾਲੇ ਕਿਆ ਕਹੇਂਗੇ, ਖਾਲੀ ਇਸੀ ਲਈ ਭਾਗੀ ਆਈ ਹੈ। ਪਹਿਲੇ ਕਭੀ ਇਨ ਲੋਗੋਂ ਨੇ ਪੂਛਾ ਮੈਂ ਕੈਸਾ ਹੂੰ, ਮੇਰੀ ਟੰਗ ਟੂਟੀ ਥੀ ਤੋ ਸੀਮਾ ਬੀਬਾ ਜੀ ਆਪ ਮੇਰੇ ਕਮਰੇ ਮੇਂ ਖਾਣਾ ਦੇ ਕੇ ਆਤੀ ਥੀ, ਅਬ ਸਰਦਾਰ ਜੀ ਵੀ ਨਹੀਂ ਤੋ ਮੈਂ ਵੀ ਇਨਕੋ ਛੋੜ ਕੇ ਚਲਾ ਜਾਊਂ, ਨਹੀਂ ਮੈਂ ਨਹੀਂ ਜਾਊਂਗਾ। ਗਿੰਦਾ ਰਾਮ ਨੇ ਜਦੋਂ ਆਖਿਆ ਉਹਦੀ ਘਰਵਾਲੀ ਬਹੁਤ ਖਿਝ ਗਈ। ਰਾਤ ਵੇਲੇ ਬੇਜੀ ਦੀਆਂ ਲੱਤਾਂ ਘੁੱਟਦੀ ਉਹ ਦੱਸਦੀ ਰਹੀ ਕਿ ਹੁਣ ਮੁੰਡੇ ਬਹੂਆਂ ਉਹਨੂੰ ਬਹੁਤਾ ਗੌਲਦੇ ਨੇ, ਗਿੰਦਾ ਰਾਮ ਘਰ ਹੋਵੇ ਤਾਂ ਉਹਨਾਂ ਨੂੰ ਵੀ ਡਰ ਹੋਵੇ, ਤੂੰ ਵੀ ਫਿਰ ਇੱਥੇ ਹੀ ਆ ਜਾ, ਬੇਜੀ ਨੇ ਆਖਿਆ। ਇਸ ਗੱਲ ਨਾਲ ਉਹ ਖੁਸ਼ ਹੋ ਗਈ। ਸਵੇਰੇ ਜਦੋਂ ਜਾਣ ਲਈ ਤਿਆਰ ਹੋਏ ਤਾਂ ਬੇਜੀ ਨੇ ਕਿੰਨੀਆਂ ਚੀਜ਼ਾਂ ਨਾਲ ਬੰਨ੍ਹ ਦਿੱਤੀਆਂ, 1,000 ਰੁਪਿਆ ਨਕਦ ਦੇ ਦਿੱਤਾ। ਹੁਣ ਉਹਨੂੰ ਜਿਵੇਂ ਗਿੰਦਾ ਰਾਮ ਨਾਲ ਕੋਈ ਗਿਲਾ ਨਹੀਂ ਸੀ। ਤੂੰ ਨਹੀਂ ਆਏਗਾ ਤੂੰ ਹਮਾ ਜਾਇਆ ਕਰੇਂਗੇ, ਜਾਣ ਲੱਗੀ ਉਸੇ ਤਰ੍ਹਾਂ ਘੁੰਡ ਕੱਢੀ ਉਹ ਗਿੰਦਾ ਰਾਮ ਨੂੰ ਆਖ ਰਹੀ ਸੀ। ਦੁਪਹਿਰ ਮਗਰੋਂ ਕੁਲਦੀਪ ਸਿੰਘ ਉਹਦੇ ਮਾਮਾ ਜੀ ਆ ਗਏ। ਉਹਨਾਂ ਨੂੰ ਅਚਾਨਕ ਆਏ ਦੇਖ ਸਿਮਰਨ ਬੜੀ ਖੁਸ਼ ਹੋ ਗਈ। ਨਿੰਬੂ ਪਾਣੀ ਪੀ ਲੈਣ ਮਗਰੋਂ ਉਹਦੇ ਮਾਮਾ ਜੀ ਗੁਸਲਖਾਨੇ 'ਚ ਨਹਾਉਣ ਚਲੇ ਗਏ। ਇੰਨੇ ਨੂੰ ਬੇਜੀ ਗੁਰਦੁਆਰੇ ਤੋਂ ਆ ਗਈ। ਸਰਦਾਰ ਕੁਲਦੀਪ ਸਿੰਘ ਨੇ ਉਹਨੂੰ ਮੱਥਾ ਟੇਕਿਆ। ਬੇਜੀ ਨੇ ਰਿਸ਼ਮ ਹੋਰਾਂ ਦੀ ਸੁੱਖ ਸਾਂਦ ਪੁੱਛੀ। ਫਿਰ ਸਿਮਰਨ ਦੇ ਮਾਮਾ ਜੀ ਨੇ ਬੇਜੀ ਨੂੰ ਇੱਕ ਲੜਕੇ ਦੀਆਂ ਕੁਝ ਤਸਵੀਰਾਂ ਵਿਖਾ ਕੇ ਦੱਸਿਆ ਕਿ ਕੁੱਕੂ ਭੈਣ ਜੀ ਨੇ ਲੰਡਨ ਤੋਂ ਭੇਜੀਆਂ ਹਨ। ਲੜਕਾ ਇੰਜੀਨੀਅਰ ਹੈ ਅਤੇ ਉਹਨਾਂ ਦੇ ਨੇੜੇ ਹੀ ਰਹਿੰਦਾ, ਇਸ ਸ਼ੈਰੀ ਦਾ ਵਾਕਫ ਹੈ। ਉਹ ਚਾਹੁੰਦੇ ਨੇ ਆਪਣੇ ਕਿਸੇ ਕੁੜੀ ਦਾ ਇਹਨੂੰ ਰਿਸ਼ਤਾ ਕਰ ਦਈਏ। ਇੱਧਰ ਪਿੰਡ ਕਿਹੜਾ ਹੈ, ਹੋਰ ਟੱਬਰ ਟੀਰ ਕਿਹੋ ਜਿਹਾ, ਨਾਲੇ ਗੋਤ ਕੀ ਹੈ, ਬੇਜੀ ਪੁੱਛ ਰਹੇ ਸੀ। ਪਿੰਡ ਉਹਨਾਂ ਦਾ ਮਲੇਰਕੋਟਲੇ ਕੋਲ ਲਸੋਈ ਹੈ ਅਤੇ ਗੋਤ ਹੈ ਗਿੱਲ, ਬਾਪ ਹੈ ਤਹਿਸੀਲਦਾਰ। ਤਹਿਸੀਲਦਾਰ ਛੋਟੀ ਜਿਹੀ ਨੌਕਰੀ ਹੁੰਦੀ ਹੈ, ਕਾਕਾ ਬੇਜੀ ਨੇ ਜਦੋਂ ਆਖਿਆ ਉਹਨਾਂ ਦੇ ਬੇਟੇ ਨੂੰ ਖਿਝ ਆਈ ਅਤੇ ਬੋਲਿਆ, ਬੇਜੀ ਆਪਾਂ ਮੁੰਡੇ ਦੀ ਨੌਕਰੀ ਦੇਖਣੀ ਹੈ ਕਿ ਪਿਓ ਦੀ? ਮੁੰਡਾ ਇੰਜੀਨੀਅਰ ਹੈ, ਲੰਡਨ ਰਹਿੰਦਾ ਹੈ, ਹੋਰ ਆਪਾਂ ਕਾਸੇ ਤੋਂ ਕੀ ਲੈਣਾ? ਵਲੈਤ ਇੱਥੋਂ ਹੀ ਗਿਆ ਹੋਊ ਨਾ, ਕੋਈ ਤਹਿਸੀਲਦਾਰ ਰਿਸ਼ਵਤਾਂ ਲੈ ਕੇ ਹੀ ਮੁੰਡੇ ਨੂੰ ਵਲੈਤ ਭੇਜ ਸਕਦਾ, ਬੇਜੀ ਨੇ ਦਲੀਲ ਦਿੱਤੀ। ਨਹੀਂ ਬੇਜੀ, ਕੁੱਕੂ ਭੈਣ ਜੀ ਨੇ ਲਿਖਿਆ ਹੈ ਕਿ ਵਜ਼ੀਫਾ ਲੈ ਕੇ ਪੜ੍ਹਨ ਗਿਆ ਸੀ, ਨਾਲੇ ਅਗਲੇ ਨੇ ਜਿਵੇਂ ਮਰਜ਼ੀ ਪੜ੍ਹਾਇਆ ਹੋਵੇ ਆਪਾਂ ਨੂੰ ਕੀ? ਲੈ ਹੈ ਕਮਲਾ, ਤੇਰਾ ਖਿਆਲ ਹੈ ਗੰਧਲਾ ਪਾਣੀ ਪੀ ਕੇ ਕਿਸੇ ਦਾ ਤਨ ਅਤੇ ਮਨ ਸਾਫ਼ ਰਹਿ ਸਕਦਾ? ਇਹ ਸਭ ਪੁਰਾਣੀਆਂ ਗੱਲਾਂ ਨੇ, ਮੁੰਡਾ ਲਾਇਕ ਚਾਹੀਦਾ ਬਸ। ਕੁਲਦੀਪ ਨੇ ਆਖ ਕੇ ਜਿਵੇਂ ਗੱਲ ਮੁਕਾਈ। ਚੰਗੀ ਨੌਕਰੀ ਤਾਂ ਹੋਣਾ ਹੋਣਾ ਹੀ ਤਾਂ ਲਾਇਕ ਹੋਣਾ ਨਹੀਂ ਹੁੰਦਾ, ਆਖਦੇ ਨੇ ਪੱਠ ਪਵੇ ਸੋਨਾ ਜਿਹੜਾ ਕੰਨਾਂ ਨੂੰ ਖਾਵੇ। ਪੁਰਾਣੇ ਲੋਕ 4 ਪੁਸ਼ਤਾਂ ਤੱਕ ਦਾ ਪਤਾ ਕਰਦੇ ਸੀ। ਮੈਨੂੰ ਪਤਾ ਸੀ ਤੁਸੀਂ ਐਂ ਹੀ ਆਖਣਾ, ਮੈਂ ਪਤਾ ਕਰ ਲਿਆ, ਚੰਗੇ ਬੰਦੇ ਨੇ, ਕੁਲਦੀਪ ਨੇ ਦੱਸਿਆ। ਚੰਗੇ ਨੇ ਤਾਂ ਫਿਰ ਸਿਮਰਨ ਨੂੰ ਪੁੱਛ ਲੈ, ਇਹਦਾ ਰਿਸ਼ਤਾ ਮੈਂ ਨੇੜੇ ਤੇੜੇ ਹੀ ਕਰਨਾ ਚਾਹੁੰਦੀ ਹਾਂ, ਵੀ ਦੁੱਖ ਦੇ ਸੁੱਖ ਦੇ ਵਿੱਚ ਧੀ ਪੁੱਤ ਦੀ ਸਾਰਤਾ ਲਈ ਜਾ ਸਕੇ। ਕਿਉਂ ਵੀ ਸਿਮਰਨ, ਤੇਰਾ ਕੀ ਖਿਆਲ ਹੈ? ਤਸਵੀਰਾਂ ਉਹਦੇ ਅੱਗੇ ਕਰਦੇ ਉਹਦੇ ਮਾਮਾ ਜੀ ਨੇ ਪੁੱਛਿਆ। ਮਾਮਾ ਜੀ ਪਲੀਜ਼ ਮੇਰੇ ਵਿਆਹ ਦੀ ਗੱਲ ਅਜੇ ਨਾ ਕਰੋ, ਵਿਆਹ ਬਾਰੇ ਮੈਂ ਅਜੇ ਸੋਚਿਆ ਨਹੀਂ, ਸਿਮਰਨ ਨੇ ਤਸਵੀਰਾਂ ਪਰਾਂ ਕਰਦੀ ਨੇ ਆਖਿਆ। ਨਹੀਂ ਸੋਚਿਆ ਤਾਂ ਸੋਚ ਲੈ, ਜਾਂ ਆਪਣੇ ਪਾਪਾ ਨੂੰ ਪੁੱਛ ਲੈ, ਉਹਦੇ ਮਾਮਾ ਜੀ ਨੇ ਜਿਵੇਂ ਗਿਲੇ ਨਾਲ ਆਖਿਆ। ਪਾਪਾ ਤਾਂ ਆ ਗਏ ਸੀ, ਤੇਰੇ ਮਾਮਾ ਜੀ ਜਿਵੇਂ ਠੀਕ ਸਮਝਣ ਕਰ ਲਈ, ਪਰ ਮੇਰੇ ਕੋਲ ਅਜੇ ਸੋਚਣ ਜੋਗੀ ਵਿਹਲ ਨਹੀਂ, ਮੈਂ ਆਪਣਾ ਥੀਸਿਸ ਪੂਰਾ ਕਰਨਾ ਹੈ, ਸਿਮਰਨ ਨੇ ਆਖਿਆ। ਥੀਸਿਸ ਪੂਰਾ ਕਰਕੇ ਡਿਗਰੀ ਮਿਲ ਜਾਊ ਤਾਂ ਡਿਗਰੀ ਲੈ ਕੇ ਨੌਕਰੀ ਕਰਨੀ ਹੈ, ਪਰ ਜੇ ਬੰਦਾ ਸਭ ਸੁੱਖ ਸਹੂਲਤਾਂ ਦੇ ਸਕਦਾ ਹੋਵੇ ਫਿਰ ਕਾਹਦੇ ਲਈ ਬਾਹਰ ਦਫ਼ਤਰਾਂ 'ਚ ਧੱਕੇ ਖਾਣੇ ਨੇ? ਗੱਲ ਮਾਮਾ ਜੀ ਸਿਰਫ ਸੁੱਖ ਸਹੂਲਤਾਂ ਦੀ ਨਹੀਂ ਹੁੰਦੀ, ਹੋਰ ਕਾਸ ਦੀ ਹੁੰਦੀ ਹੈ। ਮੇਰੀ ਮੰਮੀ ਕੋਲ ਤਾਂ ਸਭ ਸੁੱਖ ਸਹੂਲਤਾਂ ਸਨ, ਫਿਰ ਤੇਰੀ ਮੰਮੀ ਨੇ ਉਹ ਬੰਦਾ ਚੁਣ ਲਿਆ ਸੀ ਜਿਹਦਾ ਵਰਲਡ ਰਿਊ ਹੀ ਹੋਰ ਸੀ, ਵੈਲਿਊ ਪੈਟਰਨ ਹੀ ਹੋਰ ਸੀ। ਪਰ ਮਾਮਾ ਜੀ ਦੀ ਬੱਚੀ, ਮਾਮਾ ਜੀ ਨੇ ਵੀ ਤਾਂ ਆਪਣੇ ਕੰਮ ਮੁਕਾਉਣੇ ਨੇ, ਧੀਆਂ ਵਿਆਹੁਣੀਆਂ ਨੇ, ਕੁਲਦੀਪ ਸਿੰਘ ਨੇ ਗੱਲ ਟੋਕ ਕੇ ਆਖਿਆ। ਪਰ ਮਾਮਾ ਜੀ ਤੁਸੀਂ ਇਹ ਫਜ਼ੂਲ ਦੀਆਂ ਗੱਲਾਂ ਛੱਡੋ, ਤੂੰ ਦੱਸ ਸਿਮਰਨ ਤੈਨੂੰ ਲੜਕਾ ਪਸੰਦ ਹੈ ਜਾਂ ਨਹੀਂ? ਮੈਂ ਤਾਂ ਬੇਜੀ ਅਜੇ ਵਿਆਹ ਕਰਨਾ ਹੀ ਨਹੀਂ। ਚੱਲ ਛੱਡ ਕਾਕਾ, ਤੂੰ ਪਿੰਕੀ ਦਾ ਘਰ ਦੇ ਰਿਸ਼ਤਾ ਜੇ ਸਭ ਕੁਛ ਲੋਟ ਹੈ, ਇਹਦੀ 1 ਸਾਲ ਦੀ ਪੜ੍ਹਾਈ ਹੋਰ ਰਹਿੰਦੀ ਹੈ, ਫਿਰ ਤਾਂ ਕਿਤੇ ਨਾ ਕਿਤੇ ਕਰਾਂਗੇ, ਇਹ ਆਖ ਬੇਜੀ ਨੇ ਗੱਲ ਮੁਕਾਤੀ। ਉਸੇ ਦਿਨ ਉਹਦੇ ਮਾਮਾ ਜੀ ਦਿੱਲੀ ਨੂੰ ਮੁੜ ਗਏ। ਅਗਲੇ ਦਿਨ ਸਿਮਰਨ ਯੂਨੀਵਰਸਿਟੀ ਨਹੀਂ ਗਈ, ਤਿਆਰ ਹੋ ਕੇ ਜਾਣ ਹੀ ਲੱਗੀ ਸੀ ਕਿ ਅੱਗੋਂ ਡਾਕੀਆ ਮਿਲ ਗਿਆ। ਕੈਨੇਡਾ ਤੋਂ ਇੱਕ ਖੱਤ ਉਹਨੇ ਸਿਮਰਨ ਨੂੰ ਦਿੱਤਾ, ਖੋਲ੍ਹ ਕੇ ਪੜ੍ਹਿਆ ਬਹਾਦਰ ਦਾ ਸੀ। ਸਿਮਰਨ ਆਪਣੇ ਕਮਰੇ 'ਚ ਜਾ ਕੇ ਪੜ੍ਹਨ ਲੱਗ ਪਈ। ਲਿਖਿਆ ਸੀ, ਸਿਮਰਨ ਬੇਟੀ, ਇੱਥੇ ਪਹੁੰਚਦਿਆਂ ਹੀ ਮੇਰਾ ਐਕਸੀਡੈਂਟ ਹੋ ਗਿਆ ਸੀ, ਇਸ ਲਈ ਖੱਤ ਛੇਤੀ ਨਹੀਂ ਪਾ ਸਕਿਆ, 1 ਮਹੀਨੇ ਹਸਪਤਾਲ 'ਚ ਰਿਹਾ, ਇੱਥੋਂ ਦੇ ਡਾਕਟਰ ਨੇ ਬਚਾ ਲਿਆ, ਬਸ ਹੁਣ ਠੀਕ ਹਾਂ। ਮੈਂ ਤੇਰੇ ਪਾਪਾ ਅਮਰ ਭਾਅ ਜੀ ਦਾ ਕਲਕੱਤੇ ਦਾ ਐਡਰੈਸ ਭੇਜ ਰਿਹਾ, ਕਦੇ ਖੱਤ ਪਾ ਦੇਈਂ, ਉਹ ਤੈਨੂੰ ਯਾਦ ਤਾਂ ਬਥੇਰਾ ਕਰਦੇ ਹੋਣਗੇ। ਸਰਦੀਆਂ 'ਚ ਮੈਂ ਇੰਡੀਆ ਆਵਾਂਗਾ, ਦੱਸ ਤੇਰੇ ਲਈ ਕੀ ਲੈ ਕੇ ਆਵਾਂ।
ਬੇਜੀ ਨੂੰ ਮੇਰੇ ਵੱਲੋਂ ਮੱਥਾ ਟੇਕਣਾ। ਤੁਹਾਡੇ ਲੋਕਾਂ ਦੇ ਨਾਲ ਰਹਿ ਕੇ ਬਲਦੇਵ ਵਿੱਚ ਵੀ ਬੜੀ ਤਬਦੀਲੀ ਆਈ ਲੱਗਦੀ ਹੈ। ਕਦੇ ਕਦੇ ਉਹ ਜਦੋਂ ਖੱਤ ਪਾਉਂਦਾ ਤਾਂ ਤੇਰੀ ਸੁੱਖ ਸਾਂਦ ਦਾ ਵੀ ਪਤਾ ਲੱਗ ਜਾਂਦਾ ਹੈ। ਬਹੁਤ ਸਾਰੇ ਪਿਆਰ ਨਾਲ ਤੇਰਾ ਅੰਕਲ ਬਹਾਦਰ। ਆਪਣੇ ਪਾਪਾ ਦਾ ਸਿਰਨਾਵਾ ਉਹਨੇ ਕਈ ਵਾਰ ਪੜ੍ਹਿਆ। ਮਨ ਹੀ ਮਨ ਉਹ ਕਈ ਵਾਰੀ ਆਪਣੇ ਪਾਪਾ ਨੂੰ ਚਿੱਠੀ ਲਿਖਣ ਬੈਠੀ, ਪਾਪਾ ਤੁਹਾਡਾ ਕੀ ਹਾਲ ਹੈ, ਬਸ ਇੰਨਾ ਹੀ ਲਿਖ ਕੇ ਰੁਕ ਜਾਂਦੀ। ਮਨ ਹੀ ਮਨ ਉਹ ਕਿੰਨੀ ਵਾਰੀ ਕਲਕੱਤੇ ਹੋ ਆਈ ਸੀ, ਫਿਰ ਉਹ ਹੇਠਾਂ ਗਈ ਮਾਲਣ ਨੂੰ ਬੁਲਾ ਕੇ ਆਪਣੀ ਮੰਮੀ ਸੀਮਾ ਦੀਆਂ ਬਣਾਈਆਂ ਪੇਂਟਿੰਗਸ ਦੀ ਝਾੜ ਪੂੰਝ ਕਰਨ ਲੱਗ ਪਈ। ਦੁਪਹਿਰ ਤੋਂ ਮਗਰੋਂ ਉਹਨੇ ਆਪਣੀ ਮੰਮੀ ਦੀਆਂ ਕਿਤਾਬਾਂ ਵਾਲੀ ਇੱਕ ਅਲਮਾਰੀ ਖੋਲ੍ਹ ਲਈ। ਕਿੰਨਾ ਹੀ ਚਿਰ ਉਹ ਕਿਤਾਬਾਂ ਨੂੰ ਕੱਢ ਕੱਢ ਕੇ ਦੇਖਦੀ ਰਹੀ। ਆਖਿਰ ਉਹਨਾਂ ਵਿੱਚੋਂ ਉਹਨੇ ਦੋ ਕਿਤਾਬਾਂ ਕੱਢ ਲਈਆਂ, ਇੱਕ ਆਇਨ ਰੈਨ ਦੀ ਸੀ ਅਤੇ ਦੂਜੀ ਸਮੂਨ ਦੀ ਸੀ। ਦੁਨੀਆ ਦੀਆਂ ਐਡੀਆਂ ਤਕੜੀਆਂ ਔਰਤਾਂ ਦੀਆਂ ਲਿਖਤਾਂ ਉਹਦੀ ਮਾਂ ਨੇ ਪੜ੍ਹੀਆਂ ਹੋਈਆਂ ਸਨ ਅਤੇ ਕਈ ਥਾਵਾਂ ਉੱਪਰ ਪੈਨਸਿਲ ਨਾਲ ਨਿਸ਼ਾਨੀਆਂ ਵੀ ਲਾਈਆਂ ਹੋਈਆਂ ਸਨ। ਫਿਰ ਵੀ ਮੇਰੀ ਮੰਮੀ ਐਡੀ ਕਮਜ਼ੋਰ ਕਿਉਂ ਸੀ, ਉਹਨੂੰ ਖਿਆਲ ਆਇਆ। ਰੀਂ ਰੀਂ ਕਰਕੇ ਜ਼ਿੰਦਗੀ ਨੂੰ ਚਿਪਕੇ ਰਹਿਣਾ ਕਮਜ਼ੋਰੀ ਹੈ, ਜਾਂ ਜਦੋਂ ਠੀਕ ਨਾ ਲੱਗੀ ਭਗਾ ਕੇ ਮਾਰਨਾ ਕਮਜ਼ੋਰੀ ਹੈ ਉਹਦੇ ਅੰਦਰ ਹੀ, ਜਿਵੇਂ ਕਿਸੇ ਨੇ ਜਵਾਬ ਦਿੱਤਾ। ਹੋ ਸਕਦਾ ਹੈ ਮੇਰੀ ਮੰਮੀ ਇੱਕ ਤਕੜੀ ਔਰਤ ਹੀ ਹੋਵੇ। ਇੱਕ ਕਿਤਾਬ ਉੱਪਰ ਉਸਦੀ ਮੰਮੀ ਨੇ ਚਾਰਲੀ ਚੈਪਲਿਨ ਦਾ ਇੱਕ ਕਥਨ ਨੋਟ ਕੀਤਾ ਹੋਇਆ ਸੀ ਕਿ ਟਕਰਾਓ ਤੋਂ ਨਾ ਡਰੋ, ਜਦੋਂ ਗ੍ਰਹਿ ਵੀ ਟਕਰਾਉਂਦੇ ਹਨ ਤਾਂ ਧੁੰਦ ਗੁਬਾਰ ਵਿੱਚੋਂ ਕੋਈ ਸਿਤਾਰਾ ਚੜ੍ਹ ਪੈਂਦਾ। ਪਰ ਪਾਪਾ ਜਿਹੀ ਔਰਤ ਨਾਲ ਰਹਿ ਕੇ ਹੁਣ ਮੀਡੀਓਕਰ ਲੋਕਾਂ ਨੂੰ ਕਿਵੇਂ ਬਰਦਾਸ਼ਤ ਕਰਦਾ ਹੋਏਗਾ। ਹੋ ਸਕਦਾ ਮੈਡਮ ਟਿਵਾਣਾ ਮੇਰੀ ਮੰਮੀ ਨੂੰ ਜਾਣਦੀ ਹੋਵੇ। ਹਾਂ, ਜਿੰਨੀ ਕੁ ਕੋਈ ਕਿਸੇ ਨੂੰ ਜਾਣ ਸਕਦਾ। ਅਤੇ ਕੱਲ੍ਹ ਸਿਮਰਨ ਨੇ ਮੈਡਮ ਟਿਵਾਣਾ ਨੂੰ ਮਿਲਣ ਜਾਣਾ ਸੀ। ਹੋ ਸਕਦਾ ਸਿਮਰਨ ਸੋਚ ਰਹੀ ਸੀ। ਚੌਦ ਵਾਂਗ ਅਗਲੇ ਦਿਨ ਸਿਮਰਨ ਮੈਡਮ ਟਿਵਾਣਾ ਨੂੰ ਡਿਪਾਰਟਮੈਂਟ 'ਚ ਮਿਲਣ ਗਈ। ਕੁਝ ਮੁੰਡੇ ਕੁੜੀਆਂ ਪਹਿਲਾਂ ਹੀ ਉਹਦੇ ਕਮਰੇ 'ਚ ਬੈਠੇ ਸਨ। ਮੈਡਮ ਉਹਨਾਂ ਨਾਲ ਬੜੀ ਬੇਤਕੱਲਫੀ ਨਾਲ ਹੱਸ ਹੱਸ ਕੇ ਗੱਲਾਂ ਕਰ ਰਹੀ ਸੀ। ਸਿਮਰਨ ਨੂੰ ਕੁਝ ਹੈਰਾਨੀ ਹੋਈ, ਉਹਦੀਆਂ ਲਿਖਤਾਂ ਤਾਂ ਉਹਨੂੰ ਅਜਿਹੀ ਪਹਿਚਾਣ ਨਹੀਂ ਸੀ ਦਿੰਦੀਆਂ। ਸਾਹਿਤ ਲਿਖਣਾ ਹੋਰ ਗੱਲ ਹੁੰਦੀ ਹੈ, ਸਾਹਿਤ ਜਿਉਣਾ ਹੋਰ ਗੱਲ, ਸਿਮਰਨ ਨੂੰ ਖਿਆਲ ਆਇਆ। ਮੈਡਮ ਦੱਸ ਰਹੀ ਸੀ, ਮੇਰੀ ਕਹਾਣੀ ਹੈ ਮਰੀਚਕਾ। ਉਸ 'ਚ ਲੜਕੀ ਲੇਖਕ ਨੂੰ ਪੁੱਛਦੀ ਹੈ ਤੁਹਾਡਾ ਨਾਮ ਕੀ ਹੈ। ਉਹ ਆਖਦਾ ਹੈ ਰਾਮ, ਰਹੀਮ, ਰੈਲਫ, ਕੋਈ ਵੀ ਹੋ ਸਕਦਾ ਹੈ। ਫਿਰ ਉਹ ਪੁੱਛਦੀ ਹੈ ਤੁਹਾਡਾ ਘਰ ਕਿੱਥੇ ਹੈ, ਤਾਂ ਉਹ ਆਖਦਾ ਹੈ ਕਿ ਮੇਰੇ ਮਨ ਵਿੱਚ। ਤੀਜੀ ਗੱਲ ਉਹ ਪੁੱਛਦੀ ਹੈ ਕਿ ਤੁਸੀਂ ਕਿਵੇਂ ਜਿਉਂਦੇ ਹੋ, ਤਾਂ ਉਹ ਦੱਸਦਾ ਹੈ ਕਿ ਕਦੇ ਪੱਤਾ ਬਣ ਕੇ, ਕਦੇ ਪੰਛੀ ਬਣ ਕੇ, ਕਦੇ ਬੰਦਾ ਬਣ ਕੇ, ਕਦੇ ਤੂੰ ਬਣ ਕੇ ਅਤੇ ਕਦੇ ਮੈਂ ਬਣ ਕੇ। ਉਹ ਆਖਦੀ ਹੈ ਇੰਨੇ ਸਾਰੇ ਜੀਵਨ ਕਿਵੇਂ ਸੰਭਵ ਹਨ, ਤਾਂ ਉਹ ਦੱਸਦਾ ਹੈ ਕਿ ਤੂੰ ਇਸੇ ਲਈ ਦੁਖੀ ਹੈ ਕਿਉਂਕਿ ਤੂੰ ਸਿਰਫ ਤੂੰ ਹੈ। ਮੈਡਮ ਨੇ ਤਾਂ ਕਹਾਣੀ ਬਾਰੇ ਦੱਸਿਆ ਸੀ, ਪਰ ਸਿਮਰਨ ਨੂੰ ਲੱਗਿਆ ਮੈਡਮ ਨੇ ਉਹਦੇ ਉਸ ਸਵਾਲ ਦਾ ਉੱਤਰ ਦੇ ਦਿੱਤਾ ਜਿਹੜਾ ਉਹਨੇ ਅਜੇ ਪੁੱਛਣਾ ਸੀ। ਅੱਛਾ ਤੁਸੀਂ ਹੁਣ ਚੱਲੋ, ਆਖ ਮੈਡਮ ਨੇ ਬਾਕੀ ਮੁੰਡੇ ਕੁੜੀਆਂ ਨੂੰ ਤੋਰ ਦਿੱਤਾ। ਚਪੜਾਸੀ ਨੂੰ ਹੋਰ ਚਾਹ ਲੈ ਆਉਣ ਲਈ ਆਖ ਕੇ ਉਹਨੇ ਕਮਰੇ ਦਾ ਬੂਹਾ ਜ਼ਰਾ ਕੁ ਢੋ ਦਿੱਤਾ ਅਤੇ ਬਾਹਰ ਲਟਕਦੀ ਤਖਤੀ ਨੂੰ ਉਲਟਾ ਕੇ ਉਹਨੇ ਕਰ ਦਿੱਤਾ ਹਾਜ਼ਰ ਨਹੀਂ। ਅੰਦਰੋਂ ਤੁਹਾਡੀ ਆਵਾਜ਼ ਵੀ ਤਾਂ ਸੁਣ ਸਕਦੀ ਹੈ, ਸਿਮਰਨ ਨੇ ਪੁੱਛਿਆ। ਉਹਦਾ ਮਤਲਬ ਸੀ ਕਮਰੇ ਦੇ ਵਿੱਚ ਹੁੰਦੇ ਹੋਏ ਤੁਸੀਂ ਆਪਣੇ ਆਪ ਨੂੰ ਗੈਰ ਹਾਜ਼ਰ ਕਿਵੇਂ ਆਖ ਸਕਦੇ ਹੋ। ਗੈਰ ਹਾਜ਼ਰ ਦਾ ਮਤਲਬ ਫਿਜ਼ੀਕਲੀ ਗੈਰ ਹਾਜ਼ਰ ਹੋਣਾ ਜ਼ਰੂਰੀ ਨਹੀਂ, ਮੈਡਮ ਨੇ ਦੱਸਿਆ। ਇੰਨੇ ਨੂੰ ਚਾਹ ਆ ਗਈ। ਕੁਝ ਪਲ ਚੁੱਪ ਚਾਪ ਚਾਹ ਪੀਂਦੇ ਆ ਮੈਡਮ ਟਿਵਾਣਾ ਅਤੇ ਸਿਮਰਨ ਜਿਵੇਂ ਆਪਣੇ ਆਪਣੇ ਖਿਆਲਾਂ 'ਚ ਖੋਈਆਂ ਰਹੀਆਂ। ਆਪਾਂ ਬਾਹਰ ਨਾ ਚਲੀਏ, ਚਾਹ ਮੁਕਾ ਕੇ ਮੈਡਮ ਟਿਵਾਣਾ ਨੇ ਸਿਮਰਨ ਤੋਂ ਪੁੱਛਿਆ। ਅਸਮਾਨ ਉੱਪਰ ਬੱਦਲ ਸਨ ਅਤੇ ਕੋਈ ਕੋਈ ਕਣੀ ਵੀ ਡਿੱਗ ਰਹੀ ਸੀ, ਫਿਰ ਵੀ ਸਿਮਰਨ ਨੇ ਆਖਿਆ ਚਲੋ। ਪੰਜਾਬੀ ਡਿਪਾਰਟਮੈਂਟ ਤੋਂ ਤੁਰ ਕੇ ਇੱਕ ਸੁੰਨੀ ਜਿਹੀ ਸੜਕ 'ਤੇ ਹੁੰਦੀਆਂ ਉਹ ਬੋਟੈਨੀਕਲ ਗਾਰਡਨ 'ਚ ਪਹੁੰਚ ਗਈਆਂ ਅਤੇ ਆ ਕੇ ਇੱਕ ਦਰਖਤ ਹੇਠਾਂ ਬੈਠ ਗਈਆਂ। ਇਸ ਗਾਰਡਨ 'ਚ ਇੱਕ ਅਜਿਹੀ ਵੇਲ ਵੀ ਹੈ ਜਿਹਦੇ 7 ਪੱਤੇ ਖਾਣ ਨਾਲ ਸਾਰੀਆਂ ਬਿਮਾਰੀਆਂ ਹਟ ਜਾਂਦੀਆਂ ਨੇ, ਮੈਡਮ ਨੇ ਸਿਮਰਨ ਨੂੰ ਦੱਸਿਆ। ਸਿਰਫ 7 ਪੱਤੇ ਖਾਣ ਨਾਲ? ਤੁਹਾਡੇ ਖਿਆਲ 'ਚ ਨੰਬਰ 7 ਦੇ ਕੋਈ ਮਿਸਟੀਕਲ ਮੈਨੇ ਵੀ ਹਨ ਜਿਸ ਕਰਕੇ ਰੰਗ ਵੀ 7 ਹੀ ਹਨ, ਸੁਰਾਂ ਵੀ 7 ਹੀ ਹਨ? 7 ਹੀ ਕਿਉਂ? ਹਰ ਤੱਥ ਦੇ ਪਿੱਛੇ ਜੋ ਸੱਚ ਹੈ ਉਹ ਮਿਸਟੀਕਲ ਨਾਲ ਹੀ ਜਾ ਜੁੜਦੀ ਹੈ। ਸਿਰਫ ਦੇਖਣ ਵਾਲੀ ਨਜ਼ਰ ਚਾਹੀਦੀ ਹੈ ਸਿਮਰਨ। ਕੀ ਇਹ ਫੁੱਲ ਬੂਟੇ ਵੀ ਆਪਸ 'ਚ ਗੱਲਾਂ ਕਰਦੇ ਨੇ? ਸਿਮਰਨ ਨੇ ਬੋਟੈਨੀਕਲ ਗਾਰਡਨ ਦੇ ਫੁੱਲਾਂ ਬੂਟਿਆਂ ਵੱਲ ਹੱਥ ਕਰਕੇ ਪੁੱਛਿਆ। ਗੱਲਾਂ ਕਰਨ ਲਈ ਬੋਲੀ ਜ਼ਰੂਰੀ ਨਹੀਂ, ਤੁਸੀਂ ਕਿਉਂ ਲਿਖਦੇ ਹੋ? ਸਿਮਰਨ ਨੇ ਮੈਡਮ ਨੂੰ ਸਿੱਧਾ ਸਵਾਲ ਕੀਤਾ। ਆਪਣੇ ਆਪ ਤੱਕ ਪਹੁੰਚਣ ਲਈ। ਆਪਣੇ ਆਪ ਤੱਕ ਪਹੁੰਚਣਾ ਕਿਉਂ ਜ਼ਰੂਰੀ ਸੀ? ਤਾਂ ਜੋ ਆਪਣੇ ਆਪ ਤੋਂ ਪਾਰ ਜਾ ਸਕਾਂ, ਆਪਣੇ ਆਪ ਤੋਂ ਪਾਰ ਲੰਘ ਕੇ ਸ੍ਰਿਸ਼ਟੀ ਦੇ ਅਟਲ ਨਿਯਮਾਂ ਦੀ ਪਹਿਚਾਣ ਹੁੰਦੀ ਹੈ। ਇਹ ਪਹਿਚਾਣ ਭਾਵੇਂ ਤੁਹਾਨੂੰ ਸਵੈ ਸਿੱਧੀ ਤੱਕ ਵੀ ਲੈ ਜਾਂਦੀ ਹੈ, ਅਤੇ ਫਿਰ ਬੰਦਾ ਉਸ ਬੱਧੀ ਰੁੱਧੀ ਹੋਂਦ ਦੇ ਮਾਤਹਿੱਤ ਨਹੀਂ ਰਹਿ ਜਾਂਦਾ ਜਿਸ ਹੋਂਦ ਨੇ ਕਾਰਨ ਕਾਰਜ ਅਤੇ ਪ੍ਰਤੀਕਰਮ ਦੇ ਗੇੜ ਵਿੱਚ ਹੀ ਘੁੰਮਣਾ ਹੁੰਦਾ। ਪਰ ਮੈਡਮ ਜੀ, ਤੁਹਾਡੀਆਂ ਲਿਖਤਾਂ ਤੁਹਾਡੀ ਸੋਚ ਨਾਲ ਉਰਾ ਨਹੀਂ ਰਹਿ ਜਾਂਦੀਆਂ?
ਪੀਲੇ ਪੱਤਿਆਂ ਦੀ ਦਾਸਤਾਨ ਵਿੱਚ ਲੜਕੀ ਅਖੀਰ 'ਚ ਇੱਕ ਹੋਟਲ 'ਚ ਡਾਂਸਰ ਬਣ ਜਾਂਦੀ ਹੈ। ਇਹ ਤਾਂ ਕਿਸੇ ਗੱਲ ਦੀ ਕੋਈ ਪਹਿਚਾਣ ਨਾ ਹੋਈ। ਪੀਲੇ ਪੱਤਿਆਂ ਦੀ ਦਾਸਤਾਨ ਨਾਵਲ ਜਿਸ ਸੱਚ ਨੂੰ ਪੇਸ਼ ਕਰਦਾ ਹੈ ਉਹ ਹੈ ਕਿ ਕੁਦਰਤ ਵਰਗੀ ਲੜਕੀ ਜਦੋਂ ਇੱਕ ਬਿਮਾਰ ਆਦਮੀ ਦੇ ਸੰਪਰਕ 'ਚ ਆਉਂਦੀ ਹੈ ਤਾਂ ਉਹ ਨਾ ਸਿਰਫ ਜਿਸਮਾਨੀ ਤੌਰ ਉੱਤੇ ਸਗੋਂ ਜ਼ਹਿਨੀ ਤੌਰ ਉੱਤੇ ਵੀ ਬਿਮਾਰ ਹੋ ਜਾਂਦੀ ਹੈ। ਇਹ ਗੱਲ ਬੰਦਿਆਂ, ਕੌਮਾਂ, ਸੱਭਿਆਚਾਰਾਂ ਸਭ ਲਈ ਸੱਚੀ ਹੈ। ਤੁਸੀਂ ਕੌਣ ਹੋ? ਸਿਮਰਨ ਨੇ ਇੱਕ ਪੁੱਛਿਆ। ਮੈਡਮ ਟਿਵਾਣਾ ਹੱਸ ਪਈ। ਅਸਮਾਨ ਉੱਪਰ ਬੱਦਲ ਘੋਰਿਆ। ਬੱਦਲ ਕਿੱਥੇ ਜਾ ਰਹੇ ਨੇ? ਸਿਮਰਨ ਪੁੱਛ ਰਹੀ ਸੀ। ਕਾਲੀਦਾਸ ਦੇ ਸੁਨੇਹੇ ਦੇਣ ਜਾ ਰਹੇ ਨੇ, ਮੈਡਮ ਨੇ ਹੱਸ ਕੇ ਆਖਿਆ। ਫੁੱਲਾਂ ਦੀ ਉਮਰ ਏਡੀ ਛੋਟੀ ਕਿਉਂ ਹੁੰਦੀ ਹੈ ਮੈਡਮ? ਵਕਤ ਇੱਕ ਰੈਲੇਟਿਵ ਟਰਮ ਹੈ ਸਿਮਰਨ। ਇੱਕ ਘੜੀ ਨਾ ਮਿਲਤੇ ਤਾਂ ਕੱਲ ਯੁੱਗ ਹੋਤਾ ਨਿਰੀ ਕਵੀ ਦੀ ਕਲਪਨਾ ਨਹੀਂ। ਆਖਦੇ ਨੇ ਕਿ ਤੁਸੀਂ ਨਾਵਲ ਔਰਤ ਦਾ ਪੱਖ ਪੂਰਨ ਵਾਲੇ ਲਿਖਦੇ ਹੋ, ਕੀ ਇਹ ਠੀਕ ਹੈ? ਔਰਤ ਦੇ ਸੱਚ ਨੂੰ ਇੱਕ ਔਰਤ ਵਧੇਰੇ ਨੇੜਿਓਂ ਦੇਖ ਸਕਦੀ ਹੈ। ਕੋਈ ਆਦਮੀ ਕਿਸੇ ਔਰਤ ਨੂੰ ਜਦੋਂ ਚਿੱਤਰਦਾ ਹੈ ਤਾਂ ਆਮ ਕਰਕੇ ਔਰਤ ਦੇ ਤੱਤ ਸੱਚ ਦੀ ਥਾਂ ਔਰਤ ਸੰਬੰਧੀ ਆਪਣੇ ਸੁਪਨੇ ਨੂੰ ਵਧੇਰੇ ਸਾਕਾਰ ਕਰ ਰਿਹਾ ਹੁੰਦਾ। ਇਹ ਫੁੱਲ ਏ, ਪੰਛੀ ਏ, ਬੱਦਲ ਏ, ਰੁੱਖ ਤੇ ਤੁਸੀਂ ਵੀ ਸ਼ਾਇਦ ਰੱਬ ਦਾ ਸੁਪਨਾ ਹੀ ਹੋਵੋ, ਨਹੀਂ? ਬੂਟੇ ਉੱਤੇ ਫੁੱਲ ਖਿੜ ਪੈਣਾ, ਤੁਰੇ ਜਾਂਦੇ ਪੰਛੀ ਦਾ ਅਸਮਾਨ ਨਹੀਂ ਉੱਡ ਪੈਣਾ, ਸਮੁੰਦਰ ਵਿੱਚ ਉੱਠ ਕੇ ਪਾਣੀ ਦੇ ਤੁਪਕਿਆਂ ਦਾ ਤੁਹਾਡੇ ਉੱਪਰ ਵਰ ਜਾਣਾ, ਟਿਵਾਣਾ ਲਫਜ਼ ਦਾ ਹਵਾਵਾਂ ਉੱਪਰ ਲਿਖਿਆ ਜਾਣਾ ਸੱਚ ਦੇ ਸੁਪਨੇ ਵਿਚਲੀ ਲੀਕ ਧੁੰਦਲੀ ਕਰ ਜਾਂਦਾ। ਕਲਾਕਾਰ ਪੱਥਰ ਵਿੱਚੋਂ ਮੂਰਤੀ ਲੱਭਦਾ, ਪਰ ਇਹਦੇ ਉਲਟ ਬੂਟੇ ਵਿੱਚੋਂ ਫੁੱਲ, ਪੰਛੀ ਦੇ ਖੰਭਾਂ ਵਿੱਚੋਂ ਉਡਾਰੀ ਅਤੇ ਸਮੁੰਦਰ ਵਿੱਚ ਬਦਲ ਟੋਲਣ ਦਾ ਕਰਮ ਸੁਪਨੇ ਨੂੰ ਛਲ ਵਿੱਚ ਬਦਲ ਦਿੰਦਾ। ਔਰਤ ਨਾਲ ਸ਼ਾਇਦ ਕੁਝ ਅਜਿਹਾ ਹੀ ਵਾਪਰ ਗਿਆ। ਹਸਤਾਖਰ ਨਾਵਲ 'ਚ ਤੁਸੀਂ ਲਵ ਮੈਰਿਜ ਨੂੰ ਵੀ ਫੇਲ ਹੁੰਦਾ ਵਿਖਾ ਕੇ ਕੀ ਆਖਣਾ ਚਾਹੁੰਦੇ ਹੋ? ਉੱਥੇ ਗੱਲ ਵਿਆਹ ਦੇ ਢੰਗ ਦੀ ਨਹੀਂ, ਵਿਆਹ ਦੀ ਜ਼ਿੰਦਗੀ ਵਿੱਚ ਵਿੱਚ ਥਾਂ ਦੀ ਹੈ। ਬਹੁਤ ਸਾਰੇ ਲੋਕਾਂ ਵਾਂਗ ਡਾਕਟਰ ਅਮਰ ਵੀ ਘਰ ਬਾਰ ਨੂੰ ਬੰਧਨ ਸਮਝਦਾ ਹੈ। ਉਹ ਇਹ ਨਹੀਂ ਜਾਣਦਾ ਕਿ ਉਹਦੇ ਵੱਡੇ ਦਾਈਏ ਉਹਨਾਂ ਚਿਰ ਹੀ ਹਨ ਜਿੰਨਾ ਚਿਰ ਸੀਮਾ ਵਰਗੀ ਤਕੜੀ ਔਰਤ ਉਹਦੇ ਪਿੱਛੇ ਖੜੋਤੀ ਹੈ। ਉਹ ਇਹ ਭੁੱਲ ਗਿਆ ਕਿ ਗ੍ਰਸਥ ਅਤੇ ਸੰਨਿਆਸ ਦੇ ਵਿਰੋਧ ਵਾਲੀ ਗੱਲ ਬਹੁਤ ਪਿੱਛੇ ਰਹਿ ਗਈ ਹੈ। ਪਰ ਮੈਡਮ ਸੀਮਾ ਦਾ ਇਉਂ ਮਰ ਜਾਣਾ ਉਹਦੀ ਕਮਜ਼ੋਰੀ ਨਹੀਂ ਮੈਡਮ ਜੀ। ਚਾਰਲੀ ਚੈਪਲਿਨ ਇੱਕ ਥਾਂ ਸੋਫੀਆ ਨੂੰ ਆਖਦਾ ਹੈ, ਸਾਵਧਾਨ ਰਹੋ ਕਿ ਤੁਸੀਂ ਕੀ ਚਾਹੁੰਦੇ ਹੋ, ਕਿਉਂਕਿ ਤੁਸੀਂ ਜੋ ਚਾਹੁੰਦੇ ਹੋ ਯਕੀਨਨ ਪ੍ਰਾਪਤ ਕਰਦੇ ਹੋ। ਇਉਂ ਆਖਦਾ ਹੋਇਆ ਉਹਨਾਂ ਲੋਕਾਂ ਦੀ ਗੱਲ ਕਰ ਰਿਹਾ ਸੀ ਜਿਨ੍ਹਾਂ ਦੀ ਇੱਛਾ ਵਿੱਚ ਇੰਨੀ ਸਮਰੱਥਾ ਹੁੰਦੀ ਹੈ ਕਿ ਉਸ ਇੱਛਾ ਨੇ ਪੂਰੀ ਹੋਣਾ ਹੀ ਹੁੰਦਾ। ਸੀਮਾ ਵੀ ਉਹਨਾਂ ਲੋਕਾਂ ਵਿੱਚੋਂ ਸੀ। ਸਦੀਆਂ ਤੋਂ ਤੁਰੀ ਆ ਰਹੀ ਗੱਲ ਕਿ ਘਰ ਗ੍ਰਸਤੀ ਆਦਮੀ ਦੀ ਕਮਜ਼ੋਰੀ ਹੁੰਦਾ ਹੈ, ਇਸ ਗੱਲ ਨੂੰ ਕੋਈ ਸੀਮਾ ਵਰਗੀ ਤਕੜੀ ਔਰਤ ਹੀ ਉਲਟਾ ਕੇ ਵਿਖਾ ਸਕਦੀ ਸੀ। ਤੁਸੀਂ ਮੈਡਮ ਸੀਮਾ ਨੂੰ ਜਾਣਦੇ ਹੋ? ਹਾਂ, ਉਹ ਇੱਕ ਆਰਟਿਸਟ ਸੀ। ਆਰਟਿਸਟ ਹੋਣਾ ਜ਼ਿੰਦਗੀ ਦਾ ਕਰਮ ਵੀ ਹੁੰਦਾ ਅਤੇ ਕਹਿਰ ਵੀ। ਕਰਮ ਇਸ ਲਈ ਕਿ ਉਹ ਹਵਾ ਵਿੱਚ ਤੈਰਦੇ ਸੁਪਨੇ ਵੇਖ ਸਕਦੀ ਸੀ ਅਤੇ ਕਾਗਜ਼ ਉੱਪਰ ਉਤਾਰ ਵੀ ਸਕਦੀ ਸੀ। ਕਹਿਰ ਇਸ ਲਈ ਕਿ ਸੁਪਨਿਆਂ ਦੇ ਮਗਰ ਤੁਰੀ ਫਿਰਦੀ ਉਹ ਸਵੈ ਤੋਂ ਵੀ ਪਾਰ ਲੰਘ ਗਈ। ਗੱਲ ਜ਼ਰਾ ਸਪਸ਼ਟ ਕਰੋਗੇ? ਇੱਕ ਆਮ ਔਰਤ ਨੇ ਡਾਕਟਰ ਅਮਰ ਲਈ ਕਾਫੀ ਹੋਣਾ ਸੀ। ਉਹ ਕਾਫੀ ਨਾਲੋਂ ਕਿਤੇ ਵੱਡੀ ਸੀ ਅਤੇ ਜਿਵੇਂ ਕਈ ਔਰਤਾਂ ਦਾ ਸੰਗ੍ਰਹਿ ਹੋਵੇ। ਇਹੀ ਗੱਲ ਉਹਦੀ ਘਾਟ ਕਿਵੇਂ ਬਣ ਗਈ? ਆਮ ਆਦਮੀ ਨੂੰ ਅਜਿਹੀ ਔਰਤ ਨਹੀਂ ਚਾਹੀਦੀ ਹੁੰਦੀ ਜਿਹੜੀ ਉਹਦੀ ਭੁੱਖ ਅਤੇ ਨੀਂਦ ਤੋਂ ਪਾਰ ਦੇਖ ਸਕੇ। ਡਾਕਟਰ ਅਮਰ ਇੱਕ ਆਮ ਆਦਮੀ ਸਨ, ਸ਼ਾਇਦ ਹਾਂ ਸ਼ਾਇਦ ਨਹੀਂ, ਅਤੇ ਮੈਡਮ ਸੀਮਾ ਉਹਨੂੰ ਸੱਚ ਅਤੇ ਸੁਪਨੇ ਵਿੱਚ ਫਰਕ ਯਾਦ ਨਹੀਂ ਸੀ ਰਹਿ ਗਿਆ। ਤੁਹਾਡੀ ਲਿਖਤ ਦੀ ਤਲਾਸ਼ ਕੀ ਹੈ? ਇੱਕ ਸਿਮਰਨ ਨੇ ਪੁੱਛਿਆ। ਆਪਣੇ ਰਾਹੀਂ ਔਰਤ ਦੇ ਸੱਚ ਤੱਕ ਪਹੁੰਚਣਾ। ਕੀ ਔਰਤ ਦਾ ਸੱਚ ਕੋਈ ਵੱਖਰਾ ਜਾਂ ਵਿਸ਼ੇਸ਼ ਸੱਚ ਹੁੰਦਾ? ਹਾਂ, ਕਿਉਂਕਿ ਔਰਤ ਦਾ ਸਵੈ ਨਾਲ, ਸ੍ਰਿਸ਼ਟੀ ਨਾਲ, ਰਚਨਾ ਨਾਲ, ਰਚਨਾ ਪ੍ਰਕਿਰਿਆ ਨਾਲ ਰਿਸ਼ਤਾ ਮਰਦ ਨਾਲੋਂ ਵੱਖਰਾ ਹੁੰਦਾ। ਇਹ ਉਹਦੀ ਸਥਿਤੀ ਅਤੇ ਸੁਭਾਅ ਦੋਨਾਂ ਕਾਰਨਾਂ ਕਰਕੇ ਹੈ। ਇਹ ਹਮਾਰਾ ਜੀਵਨਾਂ ਦੀ ਭਾਨੋ ਅਤੇ ਐਰ ਵੈਰ ਮਿਲਦਿਆਂ ਦੀ ਸੋਨਲ ਲੱਗਦੀਆਂ ਹੀ ਨਹੀਂ ਕਿ ਇਹ ਇੱਕੋ ਔਰਤ ਦੀਆਂ ਸਿਰਜੀਆਂ ਹੋਈਆਂ ਹਨ। ਇਹ ਕਿਵੇਂ ਸੰਭਵ ਹੋ ਸਕਿਆ? ਕੁਮਾਰ ਸਵਾਮੀ ਆਖਦਾ ਹੈ ਕਿ ਹਿੰਦੁਸਤਾਨ ਇੱਕੋ ਵੇਲੇ ਕਈ ਸਦੀਆਂ 'ਚ ਜਿਉਂਦਾ ਹੈ। ਉਸੇ ਤਰ੍ਹਾਂ ਵੱਖਰੀਆਂ ਵੱਖਰੀਆਂ ਸਦੀਆਂ 'ਚ ਜਿਉਣ ਵਾਲੀਆਂ ਔਰਤਾਂ ਨੇ ਸ਼ਾਇਦ ਮੇਰੇ ਰਾਹੀਂ ਸਿਰਜਿਆ ਜਾਣਾ ਪ੍ਰਵਾਨ ਕਰ ਲਿਆ। ਮੈਡਮ, ਨੰਗੇ ਪੈਰਾਂ ਦੇ ਸਫ਼ਰ ਮਗਰੋਂ ਜਿੱਥੇ ਪਹੁੰਚੇ ਹੋ, ਕੀ ਖੁਸ਼ ਹੋ? ਸਿਮਰਨ ਨੇ ਮੈਡਮ ਦੀਆਂ ਅੱਖਾਂ 'ਚ ਡੂੰਘਾ ਝਾਕ ਕੇ ਪੁੱਛਿਆ। ਪਤਾ ਨਹੀਂ ਖੁਸ਼ੀ ਦੀ ਤੇਰੀ ਪਰਿਭਾਸ਼ਾ ਕੀ ਹੈ ਸਿਮਰਨ? ਪਤਾ ਨਹੀਂ ਖੁਸ਼ੀ ਦੀ ਤੇਰੀ ਪਰਿਭਾਸ਼ਾ ਅਤੇ ਪਰਿਭਾਸ਼ਾ ਕੀ ਹੈ ਸਿਮਰਨ? ਅੰਦਰਲਾ ਸਹਿਜ ਟੂ ਬੀ ਐਟ ਪੀਸ ਵਿਦ ਵਨ ਸੈਲਫ ਮੈਡਮ ਜੀ। ਪਰ ਸਿਮਰਨ, ਬਾਹਰਲੀ ਇੱਕ ਸੁਰਤਾ ਬਿਨਾਂ ਅੰਦਰਲੇ ਸਹਿਜ ਨੂੰ ਪ੍ਰਾਪਤ ਨਹੀਂ ਹੋ ਸਕੀਦਾ, ਅਤੇ ਬਾਹਰਲੀ ਜਿਸ ਕਿਸਮ ਦੀ ਦੁਨੀਆ 'ਚ ਅਸੀਂ ਰਹਿ ਰਹੇ ਹਾਂ
ਉਹ ਸਾਨੂੰ ਆਪਣੇ ਆਪ ਤੋਂ ਬੇਮੁਖ ਕਰ ਰਹੀ ਹੈ। ਮੈਂ ਤੁਹਾਡੇ ਸੰਸਾਰਿਕ ਆਪੇ ਦੀ ਗੱਲ ਨਹੀਂ ਪੁੱਛੀ, ਮੈਂ ਤੁਹਾਡੇ ਉਸ ਆਪੇ ਦੀ ਗੱਲ ਪੁੱਛੀ ਹੈ ਜਿਹੜਾ ਨਿਰੋਲ ਤੁਹਾਡਾ ਆਪਣਾ ਹੈ। ਮੇਰਾ ਜਿਹੜਾ ਆਪਣਾ ਆਪਾ ਸੀ ਉਸ ਬਾਰੇ ਠੀਕ ਤਰ੍ਹਾਂ ਕੁਝ ਯਾਦ ਨਹੀਂ। ਲਾਰੈਂਸ ਉਂਝੀ ਤਾਂ ਨਹੀਂ ਸੀ, ਵਿਟਮੈਨ ਨੂੰ ਆਖਦਾ ਕਿ ਮਿਸਟਰ ਵਿਟਮੈਨ ਤੂੰ ਕੋਈ ਨਹੀਂ, ਯੂ ਆਰ ਨੋਬਡੀ, ਤੂੰ ਇੱਕ ਬਾਂਸ ਦੀ ਪੂਰੀ ਹੈ ਜਿਸ ਵਿੱਚੋਂ ਦੀ ਜਿਹੋ ਜਿਹੀ ਹਵਾ ਲੰਘਦੀ ਹੈ ਉਹੋ ਜਿਹੀ ਆਵਾਜ਼ ਪੈਦਾ ਹੋ ਜਾਂਦੀ ਹੈ। ਮੈਨੂੰ ਅਫਸੋਸ ਹੈ ਕਿ ਮੈਂ ਤੁਹਾਨੂੰ ਬਹੁਤ ਪਹਿਲੇ ਕਿਉਂ ਨਾ ਮਿਲੀ, ਸਿਮਰਨ ਮੈਡਮ ਵੱਲ ਝਾਕ ਕੇ ਬੋਲੀ। ਮੈਡਮ ਹੱਸ ਕੇ ਆਖਣ ਲੱਗੀ, ਕੁਦਰਤ ਦੀ ਪਲੈਨਿੰਗ ਵਿੱਚ ਸਾਡੇ ਮਿਲਣ ਦੀ ਇਹੀ ਘੜੀ ਨਿਸ਼ਚਿਤ ਹੋਏਗੀ। ਏਡੀ ਵੱਡੀ ਕੁਦਰਤ ਲਈ ਅਸੀਂ ਕੀ ਮਾਇਨੇ ਰੱਖਦੇ ਹੋਵਾਂਗੇ? ਨਹੀਂ, ਕੁਦਰਤ ਕਿਸੇ ਨੂੰ ਨਹੀਂ ਭੁੱਲਦੀ। ਕਦੇ ਸੁਣਿਆ ਕਿ ਕੁਦਰਤ ਭੁੱਲ ਗਈ ਹੋਵੇ? ਕੋਈ ਕੋਈ ਬੱਚੇ ਤੋਂ ਜਵਾਨ ਹੀ ਨਾ ਹੋਇਆ ਹੋਵੇ, ਜਾਂ ਜਵਾਨ ਤੋਂ ਬੱਚਾ ਹੋ ਕੇ ਮਰਿਆ ਨਾ ਹੋਵੇ, ਜਾਂ ਕਦੇ ਪਤਝੜ ਵਿੱਚ ਦਰਖਤਾਂ ਦੇ ਪੱਤੇ ਝੜੇ ਹੀ ਨਾ ਹੋਣ, ਜਾਂ ਝੜਨ ਮਗਰੋਂ ਨਵੇਂ ਪੱਤੇ ਆਏ ਹੀ ਨਾ ਹੋਣ। ਇਸੇ ਲਈ ਤਾਂ ਆਖਿਆ ਗਿਆ ਕਿ ਪੱਥਰ ਵਿੱਚ ਵੀ ਜਿਹੜਾ ਕੀੜਾ ਜਨਮਦਾ ਹੈ ਉਹਦੀ ਖੁਰਾਕ ਦਾ ਵੀ ਕੁਦਰਤ ਨੇ ਪ੍ਰਬੰਧ ਕੀਤਾ ਹੁੰਦਾ। ਮੈਂ ਫਿਰ ਵੀ ਆਵਾਂਗੀ ਤੁਹਾਡੇ ਕੋਲ, ਸਿਮਰਨ ਨੇ ਖੜੀ ਹੁੰਦੀ ਨੇ ਆਖਿਆ। ਸਿਮਰਨ ਤੇਰੇ ਪਾਪਾ ਦਾ ਕੀ ਹਾਲ ਹੈ? ਜਾਣ ਲੱਗੀ ਤੂੰ ਸਿਮਰਨ ਤੋਂ ਮੈਡਮ ਨੇ ਪੁੱਛਿਆ। ਠੀਕ ਹੀ ਹੋਏਗਾ, ਤੁਸੀਂ ਉਹਨਾਂ ਨੂੰ ਜਾਣਦੇ ਹੋ? ਤੇਰੀ ਮੰਮੀ ਦੇ ਮਰਨ ਤੋਂ ਪਹਿਲਾਂ ਉਹ ਇਸੇ ਯੂਨੀਵਰਸਿਟੀ 'ਚ ਪੜ੍ਹਾਉਂਦੇ ਹੁੰਦੇ ਸੀ। ਮੇਰੀ ਮੰਮੀ ਨੂੰ ਤੁਸੀਂ ਦੇਖਿਆ ਸੀ? ਹਾਂ, ਤੇਰੇ ਵਰਗੀ ਸੀ। ਦੇਖਣ ਨੂੰ ਵੀ ਅਤੇ ਸਮਝ ਵਿੱਚ ਵੀ। ਪ੍ਰੋਬਲਮ ਤੇਰੇ ਲਈ ਵੀ ਉਹੀ ਆਏਗੀ ਕਿ ਕਿਹੋ ਜਿਹੇ ਬੰਦੇ ਨਾਲ ਸ਼ਾਦੀ ਕਰੇ। ਸ਼ਾਦੀ ਕਰਨੀ ਹੀ ਕਿਉਂ ਜ਼ਰੂਰੀ ਹੈ? ਪੱਛਮ ਵਿੱਚ ਬਥੇਰੀਆਂ ਔਰਤਾਂ ਆਪਣੀ ਮਰਜ਼ੀ ਨਾਲ ਵਿਆਹ ਨਹੀਂ ਕਰਦੀਆਂ। ਪਰ ਦੇਖਣ ਵਾਲੀ ਗੱਲ ਤਾਂ ਇਹ ਹੈ ਸਿਮਰਨ, ਕਿ ਕੀ ਇਹ ਮਰਜ਼ੀ ਉਹਨਾਂ ਨੂੰ ਆਪਣੀ ਮਰਜ਼ੀ ਨਾਲ ਮਿਲੀ, ਜਾਂ ਇਸ ਮਰਜ਼ੀ ਦੇ ਪਿੱਛੇ ਵੀ ਮਜਬੂਰੀਆਂ ਹਨ। ਪਰ ਮੈਡਮ, ਔਰਤ ਨੇ ਇਸ ਗੱਲ ਨੂੰ ਏਡੀ ਵੱਡੀ ਗੱਲ ਕਿਉਂ ਬਣਾ ਲਿਆ? ਇਸ ਲਈ ਕਿ ਇਸ ਤੋਂ ਵੱਡੀ ਹੋਰ ਕੀ ਗੱਲ ਹੋਏਗੀ ਕਿ ਔਰਤ ਨੂੰ ਕੁਦਰਤ ਨੇ ਸੰਸਾਰ ਦੇ ਸਿਰਜਣ ਵਿੱਚ ਆਪਣੀ ਭਾਈਵਾਲ ਬਣਾਇਆ। ਸਿਮਰਨ ਸੋਚਾਂ ਜਿਹੀਆਂ 'ਚ ਖੋ ਗਈ। ਤੂੰ ਆਪਣੀ ਰਿਸਰਚ ਵਿੱਚ ਔਰਤ ਬਾਰੇ ਕੀ ਲਿਖਿਆ? ਮੈਡਮ ਨੇ ਪੁੱਛਿਆ। ਮੈਂ ਔਰਤਾਂ ਦੀਆਂ ਲਿਖਤਾਂ ਦਾ ਦਾਰਸ਼ਨਿਕ ਆਧਾਰ ਲੱਭਣ ਲਈ ਕੰਮ ਸ਼ੁਰੂ ਕੀਤਾ ਸੀ, ਪਰ ਅਜੇ ਤੱਕ ਇਹ ਵੀ ਸਪਸ਼ਟ ਨਹੀਂ ਹੋਇਆ ਕਿ ਇੱਕ ਔਰਤ ਲੇਖਕਾ ਦਾ ਮੂਲ ਵਿਧਾਨ ਉਹਦੇ ਸਵੈ ਤੋਂ ਸ਼ੁਰੂ ਹੁੰਦਾ ਹੈ ਕਿ ਉਹਦੇ ਸਵੈ ਉੱਪਰ ਜਾ ਕੇ ਖਤਮ ਹੋ ਜਾਂਦਾ ਹੈ। ਲਿਖਤਾਂ ਉਹਦੇ ਸਵੈ ਦੀ ਤਲਾਸ਼ ਹੁੰਦੀ ਹੈ ਕਿ ਉਹਦੇ ਸਵੈ ਦੀ ਜਸਟੀਫਿਕੇਸ਼ਨ। ਲੱਗਦਾ ਔਰਤ ਨੂੰ ਭਾਵੇਂ ਉਹ ਲੇਖਿਕਾ ਹੀ ਹੈ, ਅਜੇ ਤੱਕ ਇਹ ਵੀ ਸਪਸ਼ਟ ਨਹੀਂ ਕਿ ਉਹ ਚਾਹੁੰਦੀ ਕੀ ਹੈ। ਅਮਰਤਾ ਨੂੰ ਮੈਂ ਬਹੁਤ ਤਕੜੀ ਔਰਤ ਸਮਝਦੀ ਸੀ ਜਿਹਨੇ ਜਿਵੇਂ ਜੀ ਕੀਤਾ ਜਿਉਂ ਲਿਆ, ਪਰ ਹੁਣ ਉਹ ਆਖਰੀ ਵਰ੍ਹਿਆਂ 'ਚ ਜਾ ਕੇ ਆਪਣੇ ਉਸ ਜਿਉਣ ਦੇ ਕਾਰਨ ਹਸਤ ਰੇਖਾਵਾਂ, ਗ੍ਰਹਿ ਚੱਕਰਾਂ, ਸੌਰ ਮੰਡਲਾਂ 'ਚ ਦੇਖਦੀ ਹੈ। ਪਤਾ ਨਹੀਂ ਆਪਣੇ ਜੀਣ ਥੀਣ ਦੀ ਉਹ ਕਿਸ ਕੋਲੋਂ ਮਾਫ਼ੀ ਮੰਗ ਰਹੀ ਹੈ। ਸਿਮਰਨ ਬੋਲੀ, ਸਿਮਰਨ ਅਸਲ ਗੱਲ ਇਹ ਹੈ ਕਿ ਤੂੰ ਵੀ ਔਰਤਾਂ ਦੀਆਂ ਲਿਖਤਾਂ ਦਾ ਦਾਰਸ਼ਨਿਕ ਆਧਾਰ ਨਹੀਂ ਲੱਭ ਰਹੀ, ਤੂੰ ਤਾਂ ਆਪਣੀ ਆਈਡੈਂਟੀ ਅਤੇ ਆਪਣੀ ਡਿਸਟਨੀ ਤਲਾਸ਼ ਕਰ ਰਹੀ ਹੈ। ਮੈਡਮ ਟਿਵਾਣਾ ਨੇ ਜਦੋਂ ਆਖਿਆ, ਸਿਮਰਨ ਹੈਰਾਨ ਹੋ ਕੇ ਉਹਦੇ ਮੂੰਹ ਵੱਲ ਝੱਕ ਕੇ, ਥੋੜ੍ਹੀਆਂ ਥੋੜ੍ਹੀਆਂ ਕਣੀਆਂ ਪੈਣ ਲੱਗ ਪਈਆਂ ਸਨ ਜਦੋਂ ਸਿਮਰਨ ਅਤੇ ਮੈਡਮ ਟਿਵਾਣਾ ਉਸ ਬੋਟੈਨੀਕਲ ਗਾਰਡਨ ਤੋਂ ਬਾਹਰ ਆਈਆਂ। ਕਿੰਨਾ ਖੂਬਸੂਰਤ ਹੈ ਇਹ ਬਾਗ, ਮੈਡਮ ਨੇ ਇੱਕ ਨਜ਼ਰ ਰੁੱਖਾਂ ਬੂਟਿਆਂ ਵੱਲ ਦੇਖਦਿਆਂ ਆਖਿਆ। ਸਿਮਰਨ ਨੂੰ ਹੈਰਾਨੀ ਲੱਗੀ ਕਿ ਪਹਿਲੇ ਕਦੇ ਬਾਗ ਉਹਨੂੰ ਇਸ ਤਰ੍ਹਾਂ ਦਾ ਕਿਉਂ ਨਹੀਂ ਸੀ ਦੱਸਿਆ। ਲੋਕ ਜਿਸ ਥਾਂ ਨੂੰ ਸਵਰਗ ਆਖਦੇ ਨੇ ਸ਼ਾਇਦ ਕੁਝ ਇਹੋ ਜਿਹਾ ਹੀ ਹੋਵੇ, ਮੈਡਮ ਨੇ ਤੁਰੇ ਜਾਂਦਿਆਂ ਹੱਸ ਕੇ ਆਖਿਆ। ਸਿਮਰਨ ਨੇ ਕੋਈ ਜਵਾਬ ਨਾ ਦਿੱਤਾ, ਉਹ ਤਾਂ ਜਿਵੇਂ ਪਤਾ ਨਹੀਂ ਕਦੋਂ ਦੀ ਬਾਗ ਵੱਲ ਨੂੰ ਹੀ ਪਰਤ ਗਈ ਸੀ। ਅੰਗ 15। ਆਮ ਜਿਹਾ ਮੌਸਮ ਸੀ, ਦਿੱਲੀ ਮਾਮਾ ਜੀ ਦੀ ਬੇਟੀ ਦਾ ਵਿਆਹ ਹੋ ਗਿਆ ਸੀ, ਤੂੰ ਆਪਣੇ ਘਰ ਵਾਲੇ ਨਾਲ ਲੰਡਨ ਨੂੰ ਚਲੀ ਵੀ ਗਈ ਸੀ। ਧੀਆਂ ਦਾ ਇਹੀ ਤਾਂ ਦੁੱਖ ਹੁੰਦਾ, ਨਾਲੇ ਢਿੱਡ ਖਾਲੀ ਨਾਲੇ ਘਰ ਖਾਲੀ, ਬਿੰਦ 'ਚ ਪਰਾਈ ਹੋ ਗਈ, ਬੇਜੀ ਆਖ ਰਹੇ ਸੀ। ਸੰਸਾਰ 'ਚ ਬਾਕੀ ਹਰ ਚੀਜ਼ ਦਾ ਮੁੱਲ ਦੇਣਾ ਪੈਂਦਾ, ਸਿਰਫ ਕੂੜੇ ਵਾਂਗ ਕੁੜੀ ਨੂੰ ਲੈ ਕੇ ਜਾਣ ਵਾਲੇ ਨੂੰ ਸਗੋਂ ਨਾਲ ਕੁਝ ਦਿੱਤਾ ਜਾਂਦਾ। ਸਿਮਰਨ ਬੋਲੀ, ਤੂੰ ਸਾਰਾ ਦਿਨ ਉਲਟੀਆਂ ਸਿੱਧੀਆਂ ਗੱਲਾਂ ਨਾ ਸੋਚਦੀ ਰਿਹਾ ਕਰ। ਪਿਛਲੇ ਲੋਕ ਆਖਦੇ ਸਨ ਧੀ ਨਾ ਹੋਵੇ ਤਾਂ ਘਰ ਦਾ ਪੁੰਨ ਨਹੀਂ ਨਿਕਲਦਾ। ਬੇਜੀ ਬੋਲੇ, ਇਹਦਾ ਮਤਲਬ ਹੈ ਬਾਕੀ ਚੀਜ਼ਾਂ ਵਸਤਾਂ ਦੇ ਨਾਲ ਕੰਨਿਆ ਵੀ ਦਾਨ ਕਰ ਦਿੱਤੀ ਜਾਂਦੀ ਹੈ, ਅਤੇ ਗਰੀਬ ਲੋਕ ਕੁੜੀ ਨੂੰ ਪੁੰਨ ਦੀ ਵਿਆਹੁਣ ਦੀ ਥਾਂ ਇਹਦੇ ਪੈਸੇ ਵੀ ਵੱਟ ਲੈਂਦੇ ਹਨ, ਹੈ ਨਾ? ਸਿਮਰਨ ਨੇ ਜਦੋਂ ਆਖਿਆ, ਬੇਜੀ ਨੂੰ ਸਿਮਰਨ ਤੋਂ ਜਿਵੇਂ ਭੈ ਲੱਗਿਆ। ਇਹਦੀ ਮਾਂ ਵੀ ਹਰ ਗੱਲ ਨੂੰ ਚੀਰ ਫੜ ਕੇ ਉਵੇਂ ਹੀ ਦੇਖ ਲੈਂਦੀ ਸੀ, ਅਤੇ ਚੰਦਰੀ ਭੰਗ ਦੇ ਭਾਣੇ ਗਈ। ਸਿਮਰਨ ਪਾਠ ਕਰਿਆ ਕਰ, ਮਾਮੀ ਜੀ ਨੇ ਪਤਾ ਨਹੀਂ ਕੀ ਸੋਚ ਕੇ ਸਿਮਰਨ ਨੂੰ ਆਖਿਆ। ਮੈਂ ਮਾਮੀ ਜੀ ਰੱਬ ਤੋਂ ਕਦੇ ਕੁਝ ਨਹੀਂ ਮੰਗਿਆ, ਪਾਠ ਕੁਝ ਮੰਗਣ ਲਈ ਹੀ ਨਹੀਂ ਕਰੀਦਾ, ਇਹ ਤਾਂ ਮਨ ਦੀ ਸ਼ਾਂਤੀ ਲਈ ਵੀ ਜ਼ਰੂਰੀ ਹੈ। ਤੁਹਾਨੂੰ ਮੈਂ ਅਸ਼ਾਂਤ ਲੱਗਦੀ ਹਾਂ?
ਸਿਮਰਨ ਨੇ ਮਾਮੀ ਜੀ ਤੋਂ ਹੱਸ ਕੇ ਹੀ ਪੁੱਛਿਆ। ਸਾਡੀ ਹਰ ਸੋਚ ਦੀ ਇੱਕ ਹੱਦ ਹੁੰਦੀ ਹੈ, ਜੇ ਅਸੀਂ ਉਸ ਹੱਦ ਤੋਂ ਪਾਰ ਨਹੀਂ ਜਾ ਸਕਦੇ, ਇਹਦਾ ਮਤਲਬ ਇਹ ਨਹੀਂ ਕਿ ਉਸ ਹੱਦ ਤੋਂ ਪਾਰ ਕੁਝ ਹੈ ਹੀ ਨਹੀਂ। ਸਿਮਰਨ ਦੀ ਮਾਮੀ ਜੀ ਨੇ ਜਦੋਂ ਦੱਸਿਆ, ਸਿਮਰਨ ਹੈਰਾਨ ਹੋ ਕੇ ਉਹਨਾਂ ਵੱਲ ਝਾਕ ਗਈ। ਬੇਜੀ ਵਾਪਸ ਪਟਿਆਲੇ ਜਾਣ ਲਈ ਨਿੱਕੀਆਂ ਮੋਟੀਆਂ ਚੀਜ਼ਾਂ ਇਕੱਠੀਆਂ ਕਰਕੇ ਅਟੈਚੀ ਕੇਸ 'ਚ ਪਾਉਣ ਲੱਗੇ। ਬੇਜੀ ਕੁਝ ਦਿਨ ਹੋਰ ਰਹਿ ਜਾਓ, ਠੀਕ ਹੈ ਨਾ ਸਿਮਰਨ? ਮਾਮੀ ਜੀ ਨੇ ਉਦਾਸ ਜਿਹੇ ਹੋ ਕੇ ਕਿਹਾ। ਠੀਕ ਹੈ, ਨਹਿਰੂ ਮਿਊਜ਼ੀਅਮ ਵਿੱਚ ਮੈਂ ਕਿਤਾਬਾਂ ਵੀ ਦੇਖ ਲਾਂਗੀ, ਸਿਮਰਨ ਨੇ ਜਵਾਬ ਦਿੱਤਾ। ਅਤੇ ਇੱਕ ਦਿਨ ਸਿਮਰਨ ਨਹਿਰੂ ਮਿਊਜ਼ੀਅਮ 'ਚ ਬੈਠੀ ਜਦੋਂ ਪੜ੍ਹ ਰਹੀ ਸੀ ਤਾਂ ਕਿਸੇ ਨੇ ਉੱਚੀ ਆਵਾਜ਼ 'ਚ ਆਖਿਆ, ਮਿਸਿਜ਼ ਇੰਦਰਾ ਗਾਂਧੀ ਦੇ ਗੋਲੀਆਂ ਮਾਰ ਦਿੱਤੀਆਂ ਗਈਆਂ ਹਨ। ਝੀਲ ਦੇ ਪਾਣੀਆਂ 'ਚ ਜਿਵੇਂ ਕਿਸੇ ਨੇ ਢੀਮ ਮਾਰ ਦਿੱਤੀ ਹੋਵੇ। ਘਬਰਾਹਟ, ਹਲਚਲ, ਕਿੱਥੇ, ਕਿਵੇਂ, ਕਿਸ ਨੇ, ਹਰ ਪਾਸੇ ਸਵਾਲ ਹੀ ਸਵਾਲ ਸਨ, ਚਿੰਤਾ ਹੀ ਚਿੰਤਾ ਸੀ। ਲੋਕ ਘੜੀ ਘੜੀ ਰੇਡੀਓ ਤੋਂ ਖਬਰਾਂ ਸੁਣ ਰਹੇ ਸਨ, ਇੱਕ ਦੂਜੇ ਤੋਂ ਪੁੱਛ ਰਹੇ ਸਨ। ਘਰਾਂ, ਦੁਕਾਨਾਂ ਤੋਂ ਬਾਹਰ, ਗਲੀਆਂ, ਮੁਹੱਲਿਆਂ, ਬਾਜ਼ਾਰਾਂ ਅਤੇ ਸੜਕਾਂ ਉੱਪਰ ਭੀੜ ਵੱਧ ਰਹੀ ਸੀ। ਲੋਕ ਮੈਡੀਕਲ ਇੰਸਟੀਚਿਊਟ ਵੱਲ ਤੁਰ ਪਏ ਸਨ। ਸਿਮਰਨ ਨੇ ਵੀ ਆਪਣੇ ਕਾਗਜ਼ ਪੱਤਰ ਸਮੇਟੇ ਅਤੇ ਸਕੂਟਰ ਰਿਕਸ਼ਾ ਲੈ ਕੇ ਘਰ ਆ ਗਈ। ਕੁਲਦੀਪ ਨਹੀਂ ਮਿਲਿਆ, ਤੈਨੂੰ ਲੈਣ ਗਿਆ ਸੀ, ਬਈ ਨਾ ਜਾਣੀਏ ਕਦੇ ਰੌਲਾ ਗੌਲਾ ਹੋ ਜਾਏ, ਬੇਜੀ ਨੇ ਦੱਸਿਆ। ਮਾਮਾ ਜੀ ਦੂਸਰੇ ਰਸਤੇ ਤੋਂ ਚਲੇ ਗਏ ਹੋਣੇ ਨੇ, ਸਿਮਰਨ ਨੇ ਪਾਣੀ ਦਾ ਗਲਾਸ ਪੀਂਦਿਆਂ ਆਖਿਆ। ਮਾੜੀ ਗੱਲ ਹੋਈ, ਸਿਮਰਨ ਨੇ ਟੀਵੀ ਔਨ ਕਰਦਿਆਂ ਆਖਿਆ। ਆਪਣੇ ਆਪਣੇ ਕਰਮਾਂ ਦੇ ਫਲ ਭੋਗਣੇ ਨੇ, ਲਿਖੀ ਹੋਈ ਕੋਈ ਨਹੀਂ ਟਾਲ ਸਕਦਾ, ਬੇਜੀ ਆਖ ਰਹੇ ਸੀ। ਪਾਕਿਸਤਾਨ ਰੇਡੀਓ ਨੇ ਮਿਸਿਜ਼ ਇੰਦਰਾ ਗਾਂਧੀ ਦੀ ਮੌਤ ਦੀ ਖਬਰ ਦੇ ਦਿੱਤੀ ਸੀ, ਪਰ ਭਾਰਤੀ ਰੇਡੀਓ ਆਖ ਰਿਹਾ ਸੀ ਹਾਲਤ ਗੰਭੀਰ ਹੈ। ਟੈਲੀਫੋਨ ਦੀ ਘੰਟੀ ਖੜਕੀ, ਲੰਡਨ ਤੋਂ ਟਰੰਕ ਕਾਲ ਸੀ, ਸਿਮਰਨ ਨੇ ਸੁਣੀ। ਕੁੱਕੂ ਮਾਸੀ ਜੀ ਆਖ ਰਹੇ ਸਨ ਕਿ ਮਿਸਿਜ਼ ਇੰਦਰਾ ਗਾਂਧੀ ਦੇ ਮਰਨ ਦੀ ਖਬਰ ਅਤੇ ਦਿੱਲੀ ਵਿੱਚ ਹੋ ਰਹੇ ਦੰਗੇ ਫਸਾਦ ਟੈਲੀਵਿਜ਼ਨ ਉੱਪਰ ਦੇਖ ਕੇ ਰਿਸ਼ਮ ਰੋਈ ਜਾ ਰਹੀ ਹੈ, ਤੁਸੀਂ ਸਭ ਠੀਕ ਹੋ? ਦੰਗੇ ਫਸਾਦ ਹੋ ਰਹੇ ਨੇ, ਸਿਮਰਨ ਨੇ ਹੈਰਾਨ ਹੋ ਕੇ ਪੁੱਛਿਆ। ਕੁਲਦੀਪ ਨੂੰ ਆਖੋ ਤੁਸੀਂ ਛੇਤੀ ਨਾਲ ਪੰਜਾਬ ਨੂੰ ਚਲੇ ਜਾਓ, ਹਾਲਾਤ ਦਾ ਕੁਝ ਪਤਾ ਨਹੀਂ। ਇਸੇ ਮਾਰੇ ਤਾਂ ਤੇਰੇ ਮਾਸੜ ਜੀ ਨੇ ਸਾਨੂੰ ਰਿਸ਼ਮ ਦੇ ਵਿਆਹ ਉੱਪਰ ਨਹੀਂ ਸੀ ਆਉਣ ਦਿੱਤਾ ਕਿ ਹਿੰਦੁਸਤਾਨ 'ਚ ਪਤਾ ਨਹੀਂ ਕਦੋਂ ਕੀ ਹੋ ਜਾਵੇ, ਕੁੱਕੂ ਮਾਸੀ ਜੀ ਆਖ ਰਹੇ ਸੀ। ਮਾਮਾ ਜੀ ਹੁਣੇ ਆਉਣਗੇ ਤਾਂ ਮੈਂ ਆਖ ਦਿਆਂਗੀ, ਉਂਝ ਤੁਸੀਂ ਬਹੁਤਾ ਫਿਕਰ ਨਾ ਕਰੋ। ਫਿਕਰ ਕਾਰਨ ਤਾਂ ਮਾਮਾ ਜੀ ਸਾਨੂੰ ਆਖਦੇ ਸਨ ਪੰਜਾਬ 'ਚ ਨਾ ਰਹੋ, ਸਗੋਂ ਦਿੱਲੀ ਚੱਲੋ। ਬੇਜੀ ਦਾ ਕੀ ਹਾਲ ਹੈ? ਠੀਕ ਹੈ। ਰਿਸ਼ਮ ਦਾ ਉਹਨਾਂ ਨੂੰ ਆਖੀ ਉੱਕਾ ਫਿਕਰ ਨਾ ਕਰਨ, ਅਸੀਂ ਸਭ ਠੀਕ ਹਾਂ ਇੱਧਰ। ਲਿਆ ਮੈਨੂੰ ਫੜਾ ਟੈਲੀਫੋਨ, ਬੇਜੀ ਨੇ ਗਾਂਹ ਹੋ ਕੇ ਆਖਿਆ। ਸਿਮਰਨ ਨੇ ਰਿਸੀਵਰ ਫੜਾ ਦਿੱਤਾ। ਕੁੱਕੂ ਰਾਜੀ ਹੋ ਤੁਸੀਂ ਸਾਰੇ? ਰਿਸ਼ਮ ਦਾ ਖਿਆਲ ਰੱਖਿਓ, ਨਿਆਣੀ ਹੈ, ਆਖੀ ਟੈਲੀਫੋਨ ਕਰ ਦਿਆ ਕਰੇ। ਕੁਲਦੀਪ ਖਰਾ ਹੀ ਉਦਾਸ ਹੋ ਗਿਆ ਸੀ ਉਹਨੂੰ ਤੋਰ ਕੇ। ਅਸੀਂ ਸਭ ਠੀਕ ਹਾਂ, ਰੋਜ਼ ਟੈਲੀਫੋਨ ਕਰ ਦਿਆ ਕਰੀਏ, ਪੈਸੇ ਬੜੇ ਲੱਗਦੇ ਨੇ ਬਾਹਰਲੇ ਮੁਲਕ ਦੇ ਤਾਂ। ਚੰਗਾ ਆਖ ਦੂੰਗੀ ਕੁਲਦੀਪ ਸਿੰਘ ਨੂੰ, ਤੁਸੀਂ ਕੋਈ ਫਿਕਰ ਨਾ ਕਰਿਓ, ਆਖਦਿਆਂ ਬੇਜੀ ਜਦੋਂ ਟੈਲੀਫੋਨ ਤੋਂ ਵਿਹਲੇ ਹੋਏ ਤਾਂ ਉਹਨਾਂ ਨੇ ਫਿਰ ਪੁੱਛਿਆ, ਕੁਲਦੀਪ ਆਇਆ ਨਹੀਂ ਅਜੇ? ਮਾਮੀ ਜੀ ਅਤੇ ਪਿੰਕੀ ਉੱਪਰ ਨੇ ਸਿਖਰ, ਸਿਮਰਨ ਨੇ ਪੁੱਛਿਆ। ਕਾਹਨੂੰ ਉਹਨਾਂ ਨਿੱਜ ਹੋਈਆਂ ਨੇ ਵੀ ਅੱਜ ਵੀ ਅੱਜ ਹੀ ਜਿਵੇਂ ਬਾਜ਼ਾਰ ਜਾਣਾ ਸੀ। ਹੇਠਾਂ ਕਾਰ ਦਾ ਹੌਰਨ ਵੱਜਿਆ, ਸਿਮਰਨ ਨੇ ਖਿੜਕੀ ਵਿੱਚੋਂ ਦੇਖਿਆ, ਟੈਕਸੀ ਵਾਲੇ ਨੂੰ ਪੈਸੇ ਦੇ ਕੇ ਪਿੰਕੀ ਅਤੇ ਉਹਦੀ ਮਾਮੀ ਕਾਲੀ ਕਾਲੀ ਪੌੜੀਆਂ ਚੜ੍ਹ ਰਹੀਆਂ ਸਨ। ਸ਼ੁਕਰ ਹੈ ਤੂੰ ਘਰ ਪਹੁੰਚ ਗਈ, ਪਤਾ ਲੱਗਦੇ ਸਾਰ ਅਸੀਂ ਤਾਂ ਟੈਕਸੀ ਲੈ ਕੇ ਤੈਨੂੰ ਨਹਿਰੂ ਸਟੇਟ ਮਿਊਜ਼ੀਅਮ ਤੋਂ ਲੈਣ ਗਈਆਂ, ਮਾਮੀ ਜੀ ਬੋਲੇ। ਬਾਹਰ ਰੌਲਾ ਗੌਲਾ ਤਾਂ ਨਹੀਂ ਕੋਈ? ਕੁਲਦੀਪ ਨਹੀਂ ਅਜੇ ਤੱਕ ਆਇਆ, ਬੇਜੀ ਪੁੱਛ ਰਹੇ ਸੀ। ਬਹੁਤ ਗੜਬੜ ਹੈ, ਇੰਦਰਾ ਗਾਂਧੀ ਮਰ ਗਈ ਹੈ, ਸਿੱਖਾਂ ਨੂੰ ਘੇਰ ਘੇਰ ਕੇ ਮਾਰਨ ਲੱਗ ਪਏ ਨੇ, ਮਾਮੀ ਜੀ ਨੇ ਜਦੋਂ ਦੱਸਿਆ। ਸਿਮਰਨ ਦਾ ਇੱਕ ਦਮ ਹੀ ਰੰਗ ਜਿਵੇਂ ਪੀਲਾ ਪੈ ਗਿਆ। ਮਾਮਾ ਜੀ ਅਜੇ ਤੱਕ ਨਹੀਂ ਸੀ ਮੁੜੇ, ਬੇਜੀ ਘਬਰਾਏ ਪਾਠ ਕਰਨ ਲੱਗ ਪਏ। ਹੇਠਾਂ ਕਾਰ ਦੀ ਆਵਾਜ਼ ਆਈ, ਸਿਮਰਨ ਨੇ ਪਿੰਕ ਸਿਮਰਨ ਅਤੇ ਪਿੰਕੀ ਦੌੜ ਕੇ ਬਾਰੀ ਵੱਲ ਗਈਆਂ। ਸਿਮਰਨ ਦੇ ਮਾਮਾ ਜੀ ਨੇ ਛੇਤੀ ਨਾਲ ਕਾਰ ਖੜੀ ਕੀਤੀ ਅਤੇ ਪੌੜੀਆਂ ਚੜ੍ਹਾਏ, ਪੌੜੀਆਂ ਦਾ ਦਰਵਾਜ਼ਾ ਵੀ ਅੰਦਰੋਂ ਬੰਦ ਕਰ ਆਏ। ਇੰਨਾ ਚਿਰ ਲਾ ਦਿੱਤਾ? ਬੇਜੀ ਨੇ ਤੌਖਲੇ ਨਾਲ ਪੁੱਛਿਆ। ਬਹੁਤ ਭੀੜ ਹੈ, ਕਿਧਰੇ ਲੰਘਣ ਨੂੰ ਰਾਹ ਨਹੀਂ ਸੀ ਮਿਲਦਾ। ਮੱਥੇ 'ਤੇ ਕੀ ਹੋ ਗਿਆ? ਬੇਜੀ ਨੇ ਉਹਨੂੰ ਰੁਮਾਲ ਨਾਲ ਮੱਥੇ ਨੂੰ ਦਬਾਉਂਦਿਆਂ ਦੇਖ ਕੇ ਪੁੱਛਿਆ। ਕੁਝ ਨਹੀਂ, ਲੋਕਾਂ ਨੇ ਵੱਟੇ ਮਾਰ ਮਾਰ ਕੇ ਕਾਰ ਦੇ ਸ਼ੀਸ਼ੇ ਤੋੜ ਦਿੱਤੇ ਨੇ, ਸਿੱਖਾਂ ਨੂੰ ਮਾਰਨ ਲੱਗ ਪਏ ਹਨ। ਕੁਲਦੀਪ ਨੇ ਘਬਰਾਹਟ ਨੂੰ ਛੁਪਾਉਂਦਿਆਂ ਬੇਜੀ ਨੂੰ ਦੱਸਿਆ ਅਤੇ ਕਾਹਲੀ ਨਾਲ ਪੇਟੀ ਵਿੱਚੋਂ ਬੰਦੂਕ ਵੀ ਕੱਢ ਲਈ ਅਤੇ ਕਾਰਤੂਸਾਂ ਦੇ ਡੱਬੇ ਵੀ। ਹੈਂ, ਸਿੱਖਾਂ ਨੂੰ ਮਾਰਨ ਲੱਗ ਪਏ? ਪਰ ਕਿਉਂ? ਬੇਜੀ ਨੇ ਭੈਭੀਤ ਹੋ ਕੇ ਪੁੱਛਿਆ। ਆਖਦੇ ਨੇ ਇੰਦਰਾ ਗਾਂਧੀ ਨੂੰ ਦੋ ਸਿੱਖਾਂ ਨੇ ਮਾਰਿਆ, ਬੇਜੀ ਪਿੰਕੀ ਨੇ ਦੱਸਿਆ। ਲਹਿ, ਕਿਸੇ ਇੱਕ ਦੋ ਦੀ ਖਾਤਰ ਸਾਰੇ ਸਿੱਖ ਤਾਂ ਨਹੀਂ ਮਾੜੇ ਹੋ ਗਏ? ਟਨ ਟੈਲੀਫੋਨ ਦੀ ਘੰਟੀ ਵੱਜੀ, ਸਾਰੇ ਜਣੇ ਜਿਵੇਂ ਟੈਲੀਫੋਨ ਦੀ ਆਵਾਜ਼ ਤੋਂ ਘਬਰਾ ਗਏ। ਹਾਂਜੀ, ਸਿਮਰਨ ਨੇ ਰਿਸੀਵਰ ਚੁੱਕ ਕੇ ਪੁੱਛਿਆ। ਬੇਟੀ ਸਿਮਰਨ, ਮਾਮਾ ਜੀ ਘਰ ਨੇ, ਜ਼ਰਾ ਫੋਨ ਦੇ ਉਹਨਾਂ ਨੂੰ, ਮੈਂ ਨਾਲਾਗੜ੍ਹ ਹਾਊਸ ਤੋਂ ਬੋਲ ਰਿਹਾ। ਮਾਮਾ ਜੀ, ਨਾਲਾਗੜ੍ਹ ਹਾਊਸ ਤੋਂ ਫੋਨ ਹੈ, ਸਿਮਰਨ ਨੇ ਰਿਸੀਵਰ ਮੇਜ਼ ਉੱਪਰ ਰੱਖਦਿਆਂ ਦੱਸਿਆ। ਹੈਲੋ ਸਰ, ਗੁੱਡ ਆਫਟਰਨੂਨ। ਹਾਂਜੀ, ਬੇਟੀਆਂ ਘਰ ਹੀ ਹਨ। ਜੇ ਭੀੜ ਇੰਨੀ ਭੜਕੀ ਹੋਈ ਹੈ ਫਿਰ ਤੁਸੀਂ ਇੱਧਰ ਨਾ ਆਉਣਾ।
अजय ठीक है सर, गन बाहर ही ठीक है, मेहरबानी, कोई गल नहीं, फोन कर देंगा। थैंक यू सर, कुलदीप फोन पे बोल रहा सी। कौन सी भेजी ने पूछा? नालागढ़ वाले ब्रिगेडियर साहब सन आग दे सन, राइड्स हो गए हन, मैं बेटियां नू लैन आ रहा सी, रस्ते चो वापस जाना पिया। है लोड़ा हुण की होगा, अगे पाकिस्तान बनन वेले भी इवें ही होया सी, अगे तां लोक इधर नू भज आए सी, हुण कित्थे जाणगे, इदू तां आपां पटियाला ही वग चले। फिर वे जी ने भैपीत हो क्या क्या, जान कौन दूगा, राह च ही मार देंगे, होर तां कोई नहीं, सिमरन ते पिंकी दा औखा, बहुता खतरा होया, मैं आप इन्हां दे गोलियां मार देनियां, कुलदीप सिंह ने बंदूक च कारतूस पाउंदिआं आख्या। बेजी दे जिवें आसान ही मारे गए, फिर जरा संभल के आखन लगे, सिमरन ते पिंकी नूं नालागढ़ वालियां दे ही घर भेज देंदे। आपां सिखर चले चलीए, सिमरन दी मामी जी ने दूजी मंजिल दीआं पौड़ियां दा दरवाज़ा बंद करदिआं घबराहट नाल आख्या। बेजी भावें मूंह च पाठ करी जा रहे सन, पर वह बहुत घबराए हुए सन। जे किसी तरह ब्रिगेडियर साहब पहुँच सके तो तुसी सब उन्हां नाल चले जाना, औरतों का की पता लगता है हिंदू हन के सिख। सिमरन दे मामा जी ने दूरों चीख चिहाड़े रौले गौले दीआं आवाज़ां ते कुछ घरां चों धुआं ते अग दीआं लाटां देखदिआं आख्या। बेजी ते बेटियां नूं भेज देंगे, मैं तां तुहाडे नाल ही रहांगी, मामी जी बोले। रब करे अज दा दिन सुख सांद नाल लंघ जाए, भलके मूँह नहीं रही, आपां पटियाले नूं तुर चलीए। बेजी ने मन ही मन रब नूं धिआउंदिआं आख्या। देखो अज दा दिन किवें लंघदा है, कुलदीप ने आसमान विच घूमदिआं इल्लां वल तक के आख्या। सोलवां अंग। मिसिज इंदिरा गांधी ने दे गोलियां मार दित्तियां गईयां हन, ये खबर पंजाबी यूनिवर्सिटी के कैंपस उपर सन्नाटे वांग फिर गई। मैडम सौंधी 2 दिन तो छुट्टी उपर सी, उहदी तबीयत खराब सी। बलदेव ने इंदिरा गांधी की मौत की खबर मैडम नूं उहदे फ्लैट च जाके दसी। कई दिनों तो मेरा जी बहुत घबरा रहा सी, ते लगदा सी पता नहीं की होण वाला है, मैडम सौंधी ने घबरा के उठ के बैठदिआं आख्या। चंगा नहीं होया, बलदेव आख रहा सी, किहो जिहे माड़े वेले आ गए हन कि हर दिन हर पासिओं मौतां दीआं ही खबरां आ रहीआं। मैडम सौंधी आख रही सी, काली काली धर्म पौड़ियां चढ़िया आ रहा सी। धर्म भाजी चंडीगढ़ नहीं सी गए हुए, बलदेव ने पूछा। हाँ गया सी, मुड़ आया होना। हाँ फिर धर्म भाजी की खबर ले आए हो, बलदेव ने पूछा। खबर चंगी नहीं, दिल्ली च दंगे हो रहे ने, सिखां नूं मार रहे ने। सिमरन दे मामा जी दे घर फोन करना सी, मैडम सौंधी बोली। तद ही तां मैं चंडीगढ़ तों वापस आ गया, भी तुहाडे पासों फोन दा नंबर लै के ट्राई करिए, धर्म ने कुछ दौखले नाल दस्सिया। मैडम सौंधी ने डायरी चुकी, नंबर देखिया, चुन्नी उपर लई ते उसे तरह चप्पलां पा के धर्म ते बलदेव दे नाल यूनिवर्सिटी एक्सचेंज विचों फोन करन लई तुर पई। अगों टैलीफोन एक्सचेंज वाले ने दस्सिया दिल्ली दियां सब लाइनां कट्टियां होईयां ने। तार दे दईए अर्जेंट, बलदेव ने पुछिया। तारां वी नहीं जा रहीआं, सब इत्थे ही पईआं हन। उधर उत्थे तो बहुत गदर मचिया होया, ड्यूटी वाले बंदे ने तारां दे ढेर वल हथ करके दस्सिया। फिर की करिए, मैडम सौंधी ने पुछिया। अजे तां कुछ नहीं हो सकता, किसी नूं उत्थे भेजियो भी ना, बसां विचों रेलां विचों भी कढ कढ सिख मारे जा रहे ने, तार बाऊ ने जिवें हमदर्दी नाल दस्सिया। बलदेव दा जिवें खून खोलण लग पिया। साले हरामजादे कुत्ते कमीने, वो पता नहीं मन ही मन किनूं गालां कढ रहा सी। वह वापस मैडम सौंधी दी फ्लैट च आ गए। धर्म भाजी चंडीगढ़ चलीए, उतों कार लैके दिल्ली चलांगे, बलदेव ने पुछया। हरियाणे वाले राह विच ही मार देणगे, धर्म ने डौर भौर जी ने दस्या। आपां किसी होर पासे दी नहीं दिल्ली जा सकते, बलदेव ने फिर पुछया। जदों सारे हिंदुस्तान विच ही गड़बड़िया, होर किहड़े पासे दी चले जावांगे, धर्म ने जिवें छटपटा के आख्या। बलदेव निम्मो झूणा जे उठ खड़ा होया, सारी रात वो सौ नहीं सकिया, मन करे जे किधरों एक स्टेन गन मिल जाए, ताड़ ताड़ गोलियां नाल भुन दिया सबनों। सवेरे फिर वो टैलीफोन एक्सचेंज गया, एक बहुत महंगी फ्लैश कॉल भी तो होंदी है, उन्हें ड्यूटी वाले बाबू ने पूछया। जनाब एक बारी दिल्ली की एक्सचेंज नाल गल हुई सी, उत्थे बहुत गड़बड़ है, घर सड़ रहे ने, सड़कों उपर लाशां पईयां ने, हजूम गली गली घर घर सिखां नूं लभ लभ मार रहे हैं, कुछ हिंदू भी मारे गए ने जिन्हां ने सिखां नूं पनाह दित्ती। उधरला ड्यूटी वाला बाबू दस रहा है कि औरतों भी धू धू के घरों चो कढ़ रहे ने, उन्होंने कपड़े फाड़े जा रहे ने, सां सां करके खून जिवें बलदेव के सिर न चढ़िया। उन्हें दरवाजे के कुंडे नूं हाथ पाया होया सी, हाथ उत्थे ही इन्ना घुटिया गया कि दर्द करन लग पिया। एक बार फिर गल कर सकते हैं दिल्ली की एक्सचेंज नाल, बलदेव ने पूछा। मैं बहुत बारी ट्राई किया, सब लाइना खराब हैं। नहीं जनाब, कोई फोन नहीं हो रहा, कोई तार नहीं जा रही, बाबू ने दसिया। बलदेव वापस आ गया, बेमतलब ही दोपहर तक वो इधर उधर घूमता रहा,
हर गल करन वाले दे मूंह वल तकदा, पर लोग सन के माड़ियां तो माड़ियां खबरां सुना रहे सन। अथणे जे उन्हें अपना मोटरसाइकिल लिया ते चंडीगढ़ नूं तुर पिया। जांदा होया मैडम सौंधी नूं अपने घर दा फोन नंबर दे गया कि दिल्ली तो अगर कोई खबर मिली तो फोन कर देना। रस्ते च कई थां नूं पुलिस ने चैकिंग लई रोकिया। उहदी आइडेंटिटी कार्ड वाली तस्वीर नाल शक्ल मिलाई ते तरह तरह के सवाल पूछे, कित्थे जा रहे हैं, क्यों जा रहे हैं, कोल की समान है आदि। बलदेव का मन किया पुलिसिया के दो मारे चपेड़ा साले, तुसी हो गए मालिक हिंदुस्तान दे ते असी हो गए चोरू चक्के। पर गुस्से नूं विच्चे विच पी गया। जरा कुसकदा तां अगलिया ने टैररिस्ट आके गोली मार देनी सी ते घरदिया नूं मुड़ के लाश भी नहीं सी लभनी। हनेरा उतर आया सी जदों घर पहुंचया। उहदे डैडी दे नाल उहदे कुछ दोस्त ड्राइंग रूम च बैठे ड्रिंक कर रहे सन ते चंगे रौन च गल्लां कर रहे सन कि अगलिया ने इंदरा नूं मार के सिखां दी इज्जत रख ली, नहीं तां लोकां ने आखणा सी अकाल तख्त ढोआ के ते कुट खा के बैठ गए ने सिख। डैडी प्लीज़ गल सुन, उन्हें अपने डैडी नूं ड्राइंग रूम विचों सद्या। की गल, पैसे चाहिए ने? डैडी ने उन्हों घबराया जा देख के पूछया, किसी नूं दिल्ली भेज सकते हो, किसी दोस्त के घरदियां दा पता मंगवाना है। बलदेव ने गल जरा को बदल के आखी, है कमला दिल्ली जाके मरना है किसी ने, किसी हिंदू नूं नहीं भेज सकते? बलदेव ने तरले वांग पूछया, जी इन्नी गल है, कल दफ्तर चों किसी बंदे का पता कर लांगे। आख बलदेव का डैडी मुड़ अंदर चला गया। अंदर बैठे लोग फिर उस तरह हस हस गल्लां कर रहे सन। बलदेव ड्राइवर के कमरे च गया, किन्ना ही चिर उस नाल पता नहीं की गल्लां करता रहा। वापस आके उन्हें अपनी बीबी के तरले नाल 5,000 रुपया मंगया, नाल ही आख्या वह डैडी नूं ना दसे। मैं बीबी वादा करदा अपने स्कॉलरशिप विचों बचा के मोड़ देंगा, बलदेव ने बहुत विचारियां वांग आख्या। बीबी उहदी समझ गई कि पैसे बलदेव नूं जरूर ही किसी जरूरी काम लई चाहिए होणगे, नहीं तो पैसे कदे एडे तरले नाल नहीं मंगता हुंदा। हुण रोटी खा लै, कई थावां तो फरोल के पैसे इकट्ठे करके बलदेव नूं दिंदिया उहदी बीबी ने आख्या, बीबी थैंक यू वेरी मच, एक गल होर, गड्डी लै जावां, कल शाम तक वापस आ जांगे। जाना कित्थे इस वेले? मेरे दोस्त की भैन बलैत तो आ रही है, उहनूं लैण जाणा है दिल्ली, बलदेव ने झूठ बोलिया। सच बोलदा तां उहदी बीबी ने जान नहीं सी देना। रात नूं नहीं सवेरे सदेहां चला जाई, बीबी ने हुक्म वांग आख्या। उन्हों दिल्ली के दंगियां का शायद पता नहीं सी। सारी रात बलदेव ने गिणदिया ते तरलो मच्छी हुंदिया लंघाई। अगली सवेर उहदे डैडी अजे सुते ही हुए सन कि उन्हें ड्राइवर नूं जगाया, मलक दे के कार गैरेज विचों कढ़ी, पैट्रोल पंप उपर जाके टैंकी पैट्रोल नाल भरवा ली। फिर वह 22 सैक्टर आ गए। हुक्म चंद नूं कार विच ही छड उन्हें थोड़ी दूर तुर के एक दुकान का दरवाज़ा खड़काया। दरवाज़ा खुलिया, अंदर लंघिया ते दरवाज़ा मुड़ बंद हो गया। 15-20 मिनटां मगरों जदों बलदेव बाहर आया तो हुक्म चंद तो भी ना पहचाणिया गया, उन्हें वाल कटवा दिते हुए सन। चल हुण आपां चलीए पटियाले, नहीं सच दिल्ली नूं, आखो ताकी खोल के कार च ड्राइवर दे कोल वाली सीट ते बैठ गया। हुक्म चंद ने देखिया बलदेव अपने डैडी वाला पिस्तौल भी लै आया सी, जिहड़ा उन्हें पिछली सीट ते हेठां छुपाया सी। उह दिल्ली नूं चल पए। अंग 17। चंडीगढ़ तो दिल्ली पहुंचण नूं उन्हां नूं पूरा दिन लग गया। थां थां तलाशी, थां थां पुछगिछ, अजे तां बचा इस करके हो रहा सी। हर थां उन्हें अपना नाम बलदेव राज दस्या ते नाल ही दस्या कि उहदी भैण बलैत तो आ रही है, उहनूं उह किसे दी कार मंग के लैण जा रहा। दिल्ली शहर तो जिवें उहनूं भै आउण लग पिया सी, हर बंदे च उहनूं जिवें कोई राक्षस बैठा दिसदा। अज चौथा दिन सी इंदिरा गांधी नूं मारिया, अजे भी किसी ना किसी घर चो धुआं उठ रहा सी, कोई ना कोई लाश किधरे पई सी। बलदेव ने भय भीत हो के रब नूं जिवें तरला किया कि सिमरन दे मामा जी दे घर सब ठीक ठाक होवे, पर सब कुछ ठीक ठाक नहीं सी। मैडम सौंधी ने जो पता उहनूं दित्ता सी उस थां जदों पहुंचिया, कोठी दा बाहरला गेट ही नहीं सारे दरवाजे खुले पए सन। टुट्टिया भज्जिया समान खिल रहा पिया सी, कुछ चीज़ां जलियां ते अध जलियां पईआं सन। लॉन च दरखत दे नाल लटकदे पिंजरे च रंग बिरंगियां सारियां चिड़ियां मरियां पईआं सन। बलदेव घबरा के गेट तो बाहर आ गया। इस कोठी वाले, उन्हें उधरों लंघे जाते एक बंदे नूं पुछया, मारे गए होंगे जां भाग गए होंगे? उन्हें रुखा जिहा जवाब दिता। कुछ दूर एक करियाने की दुकान सी, बलदेव कार उत्थे छड हौली हौली तुरदा उत्थे पहुंचया ते लाले नूं पुछया, सामने कोठी च जिहड़े लोग रहिंदे सी, अभी कुछ ठीक से पता नहीं चला, भाग गए होंगे या मारे गए होंगे?
देखो जी, देश की प्रधानमंत्री को मारा छोटी बात तो है नहीं, पर महात्मा गांधी नूं जदों एक हिंदू ने मारिया सी उस वेले तां सारे हिंदुआं दी वढ कट शुरू नहीं सी करती। बलदेव ने खिज नूं दबाउंदे आख्या ते मूंह भुआ के तुर पिया। हौली हौली तुरदा आ के कार 'च बैठ गया। आपां हुण किस पासे चलने काका जी, ड्राइवर ने पुछया। पता नहीं, बलदेव ने आख्या ते उहदा गच भर आया। अंग 18। 15 दिनां मगरों जदों सारी जरा शांति हुई तां नालागढ़ वाले ब्रिगेडियर साहब सिमरन होरां नूं पटियाले छड्डण आए। आउंदिआं नूं ही गेंदा राम ने 2 तारां दित्तियां। सिमरन ने खोल के पढ़ियां, सब उहदे पापा डॉक्टर अमर वल्लों सन। पटियाले पहुँच के सब तों पहलां बेरी दुख निवारण गुरद्वारे मत्था टेकण गए ते अखंड पाठ करवाया। इस तों मगरों काली देवी दे मंदर चढ़ावा चढ़ाउण गए ते नाल ही पीर रोडे शाह दी मज़ार उपर वी चादर चढ़ा आए। सारे रिश्तेदार उन्हां दा पता करन आए कि शुक्र है जिउंदे जागदे अपने घर वापस आ गए। बेजी नूं दिल्ली दे हालात जदों याद आउंदे उन्हां दा लहू ते पाणी इक हो जांदा ते बार बार रब नूं आखदे शुक्र है तूं साडी लाज रखी। पटियाले पहुँच के अगले दिन सिमरन यूनिवर्सिटी गई। पता लग्गिया मैडम सौंदी बहुत बीमार सी, उह मैडम दे फ्लैट वल गई। सिमरन पौड़ियां चढ़दी नूं धर्म ने भरे गल नाल आख्या, मैडम दा की हाल है, हुण तूं आ गई है ना, हुण उह ठीक हो जाणगे। मैडम मैडम, सिमरन ने मैडम दा हाथ फड़ के हिलाउंदियां आवाज़ां मारियां। मैडम ने डौर भौर अखां खोल लईयां, उहनूं शायद पता नहीं सी लग रिहा मैं सुत्ती हाँ कि जागदी। सिमरन सच्ची उहदे सामणे बैठी सी जां उह सुपना देख रही सी। सिमरन आखदी, मैडम अखां उघेड़ के उस वल झाकी ते उहदियां अखां डुब डुबा आईयां। तुसीं ठीक हो, सिमरन ने फिर पुछिया। हाँ, मैनूं चक्कर आउंदे रहिंदे ने जिवें भूचाल आ गया होवे, कदे कदे तां इउं लगदा जिवें सारे घर ढह गए होण, लोक मलबे हेठ दबे गए होण, मेरे उपर वी जिवें मणा मूंह मलबा डिग पिया होवे, साह घुट्टण लग जांदा। मैं तैनूं बड़ियां आवाज़ां दित्तियां सिमरन, मैडम ने अखां भर के आख्या। सिमरन कुछ नहीं बोली, उहदियां अखां दे कोयां 'चों पाणी सिम आया। अमर, ना सच, धर्म कित्थे चला गया, मैडम सौंदी ने आले दुआले झाक के पुछया। डॉक्टर वल गए ने, सिमरन ने दस्सिया। डॉक्टर अमर चले गए, धर्म भी अमरीका चला जाएगा, टिकट भेज दिता होया इहदे भाई ने उधरों। मैडम सौंदी जिवें अपने आप नाल गल्लां कर रही सी। तुसीं चाहोगे तां नहीं जाएगा, सिमरन बोली, मेरे चाहुण नाल कुछ नहीं हुंदा, ते बलदेव तैनूं लभण गया सी, आया नहीं अजे, मैडम ने पुछया। सिमरन ने नूं बलदेव बारे पता लग चुकिया सी, किसी ने दस्या सी डॉक्टर अमर ठीक नहीं। मैडम सौंदी ने ज़रा घूट के बैठन की कोशिश करदिआं पुछया, ठीक नहीं सगों साडा फिक्र करके तारां पाउंदे रहे। सिमरन, मैं सोचदी हुंदी सी दुख सुख साडे मन की अवस्था ही तां हुंदी है, पर नहीं, साडी डेस्टनी साडी इकल्यां दी नहीं हुंदी, इह तां इतिहास की गति का एक मोड़ है जिथे खलोते हुए हाँ, समझ नहीं आउंदी की कीता जावे। मैडम, तुस तां रब 'च यकीन रखदे हो, इसलिए यह सब फिक्र उस नूं करन दिओ। सिमरन, असल 'च रब साडे अंदरली शक्ति का ही नाम है, असी जे निरी देह बन के रह गए उस शक्ति नूं ना जाणिया ना पहचाणिया, फिर उस शक्ति साडा फिक्र क्यों करेगी। मैडम ने बहुत कमज़ोर आवाज़ 'च आख्या। सिमरन कुछ नहीं बोली, तुसीं उत्थे किवें बचे, सुणिया दिल्ली तां बहुत कहर वरते आ, मैडम पुछ रही सी। नालागढ़ वाले ब्रिगेडियर अंकल फौजियां दी मदद नाल किसी तरह बचा के सानू अपनी कोठी लै गए सन, पर मगरों उन्हां दी कोठी उपर भी हमला हो गया कि इन्हां ने सिख अपने घर छुपाए हुए ने। भीड ने जदों शीशे बारियां तोड़ दिते तां ब्रिगेडियर अंकल अपनी स्टेन गन लै के बाहर आ गए ते हवा च फायर किए। इन्ने नूं उन्हां दा आर्मी वाला बेटा फौज दे बंदे लै के पहुँच गया ते भीड़ तितर बितर हो गई। उंज सिमरन, इहो जिहे बंदे भी हन जिहड़े दूजियां दी खातर अपनी जान रिस्क 'च पा सकदे ने। तेरे मामा जी उन्हां दे लड़के नाल ही तेरी एंगेजमेंट करन बारे सोच रहे सी ना? हाँ, पर हुण नहीं करनगे। क्यों? मामा जी सोचदे हन सिखां नूं हुण सिर्फ पंजाब विच ही रहना चाहिए जां फिर बाहरले मुल्कां 'च चले जाना चाहिए। तू की सोचदी है? मैं तो कुछ भी सोचण नूं जिवें टालदी रहनी हाँ, सिमरन ने खड़े जे मन नाल आख्या। इन्ने नूं धर्म आ गया, नाल उहदे डॉक्टर सी। अज ते मैडम बहुत ठीक लग रहे ने, डॉक्टर ने मैडम दा ब्लड प्रेशर चैक करदिआं आख्या। सिमरन जो आ गई है, धर्म ने जरा कु हस के आख्या। इन्हें नूं डॉक्टर खेड़ा भी आ पहुंचे। डॉक्टर खेड़े ने इन्हां दिनां 'च बड़ी दौड़ भज कीती सी, कई वारी दिल्ली फोन करन दी कोशिश कीती, कई वारी मैडम दी खबर पुछण आया, कई वार चंडीगढ़ बलदेव दा पता करन गया। अज सिमरन नूं आई देख अखां भर के आखन लगा, अच्छा होया तू आ गई,
तेरे मगरों महसूस होया तू डॉक्टर अमर दी नहीं साढ़े सारियां दी बेटी है। यूनिवर्सिटी का डॉक्टर हैरान होकर डॉक्टर खेड़े वाल देख रहा सी। अंग 19। अगले दिन सिमरन यूनिवर्सिटी नहीं गई, चुपचाप अपने कमरे च पई रही। कुछ दुखद है, बेजी ने दो तीन बार आके पूछा सी। दिल्ली विच जो कुछ वापरिया वह सब देख के किदा दिल टिकाने रह सकता है। सिमरन दे मामी जी ने बेजी नूं समझाउण दी कोशिश की। माँ वर्गी तां है भी बाली पतले जे दिल वाली, वह भी माड़ी जी गल उत्ते कुमला जाती सी। जे कि विआह हो जाता अपने घर चली जाती, मेरा फिक्र हट जाता, बेजी आख रहे सन। कल दी सिमरन बड़ी उदास है बेजी, हो सकता अपने पापा का फिक्र करती हो। वाल भावें कट्टे हुए हैं पर हन तो सिख ही। सिमरन की मामी ने जदों आख्या बेजी जिमें घबरा जे गए। डॉक्टर अमर बारे तो उन्होंने इं कदे सोचा ही नहीं सी। आखन लगे सिमरन नू आख जवाबी तार पा देवी। मामी जी ने सिमरन नू अपने पापा नू तार पा देने लई आख्या तां उह झट ही उठ के तैयार होण लगी। उहदे मूँह वल तक के मामी जी बोले, सिमरन एक गल आखां, संसार नू एडी सीरीयसली नहीं लईदा। यही गल समझाउण लई तां साडे पूर्वजां ने इस जग नू माया आख्या। माया का मतलब है मिथ्या, जो अज है कल नू नहीं होएगा। की जिउणा फिर झूठ है मामी जी? सच ते झूठ तो वध जरूरी गल है कि जीवन ते मौत नाल रिश्ता अग्ञानता वाला नहीं होना चाहिए। मैं ते समझदी सी तुसी सिर्फ मामी जी हो, सिमरन ने उदास जी मुस्कुराहट नाल आख्या। सिमरन मेरा एक भरा हुंदा सी जयरूप, वो पाकिस्तान नाल लड़ाई वेले मारिया गया। जदों मरिया सी तां लगदा सी असी उस बिना किवें जी सकांगे, पर जी रहे हां। हाँ इन्ना जरूर लगता है कि मर के किधरे गया नहीं, साढ़े कोल ही है साढ़े मना विच। मामी जी मैनू तो जिवें सब कुछ समझ आना ही हट गया। ये भी रब का ही हुक्म है सिमरन, जे रब ने अजे हुक्म देने हैं तो सानू दिल ते दिमाग भी अजे देवे जेडे ना कुछ महसूस कर सकन ना ही कुछ सोच सकन। सिमरन ने कुछ तलखी ते कुछ उदासी नाल आख्या। सिमरन बेजी तेरे विआह बारे बड़े परेशान रहिंदे ने, मामी जी ने गल तोरी। मामी जी अज दे समय च जदों ना सिर्फ साडी स्टेट ना सिर्फ साडा मुल्क सगो सारी दुनिया ही घोर संकट विचों लंघ रही है, जदों अगले पल का भी वसाह नहीं, अजे वेलियां च निजी दुख सुख की अर्थ रखते ने। हस्ताक्षर नावल तो मैनू यही गल समझ आती है कि घर बार के मोह नू त्याग के मेरे पापा जिहियां ही फोर्सिस के विरुद्ध शायद कुछ सोचना चाहुंदा सी, कुछ करना चाहुंदा सी, कुछ सोचण ते कुछ करन वालियां दे नाल रलना चाहुंदा सी। मम्मी ने किड्डा अनर्थ किया उस वेले, आप चली गई तो पापा दी दस जिंदगी नालों रिश्ता ही मुका गई, फिर उन्हें की कर सकना सी, नाले कादे लिए कुछ करना सी। गल ये नहीं सी सिमरन, सीमा दीदी शायद ये चाहती सी कि जिस राह उपर भी तुरना है इकट्ठे चलांगे। वो कोई आम औरत तो है ही नहीं सी कि घर बैठी पति दे बाहरों उपर तनू उड़ीकती रहिंदी। मामी जी नाल तुरन का मतलब हुंदा है उहदी जिम्मेवारी नू भी नाल लैके तुरना। की सिद्धार्थ यशोधरा नू नाल लैके निर्वाण की तलाश जा सकता सी? की गुरु नानक अपने बाल बच्चे नू नाल लैके उदासियां उपर निकल सकते सी? वो वेले होर सन सिमरन, एक दिन वलैत वाले वीर जी हस के आख रहे सन कि उत्थे वलैत च भैण भी साड़ी कुकू, माँ भी साड़ी कुकू, बीवी भी कुकू ते बेटी भी कुकू। ये गल हासे वाली नहीं, अज दे समय च जिंदगी इन्नी सिमट गई है कि रिश्ते इकहरे ही रह गए हैं। इकहरा रिश्ता जदों तिड़कदा है तो सब कुछ तिड़क जाता है, फिर बंदे नूं लगता है कि वह कादे लई जां किहदे लई जीए। मामी जी कुछ दिन तो मैनूं पापा बहुत याद आ रहे ने, कल मैनूं सुपना आया जिवें वह साध बन गए, सिर उपर जटा ने, पिंडे नूं सुआह मली हुई है, हाथ में चिप्पी दे करमंडल ने, तो वह गंगा के कंडे कंडे पहाड़ों वल नूं जा रहे ने। तुसीं मुड़ के कदों आओगे? मैं पुछदी हाँ। मैं मीह नाल मीह बन के आ जाया करांगा, सूरज नाल सूरज बन के, हवा नाल हवा बन के, दरिया नाल दरिया बन के, बदलों नाल बदल बन के आ जाया करांगा, उन्होंने आख्या से। है नहीं किन्ना ऊटपटांग सुपना। लगता है डॉक्टर अमर दा पिछले जन्म का कोई साधु ही सी जिस करके इस जन्म की दुनियादारी इनू रास नहीं आई। सिमरन मामी जी वल झाकी, सिमरन तू पाठ करया कर। मामी जी ने पता नहीं की सोच के उन्हें फिर आख्या। सिमरन ने कोई जवाब नहीं दिता, तो तैयार होकर पोस्ट ऑफिस तार देन चली गई। तार दे के उन्हें यूनिवर्सिटी मैडम सौंधी का पता करन जाना सी, पर वो यूनिवर्सिटी नू जान दी थां तार दे के घर नू ही मुड़ आई।
वापस आ गई। बेजी ने पूछा, लत्तां च दर्द हो रहा है, पता नहीं क्यों, जिवें सारे जिस्म च साहस आती ने, कई दिन हो गए उंजी बेमतलबी जी जिहा घबराउंदा रहिंदा। आखदी सिमरन उपर अपने कमरे चली गई। चंद्री नूं जिवें हवा विचों ही तत्ते साह छूह जांदे ने, किवें झट लंघू इउं, बेजी ने जिवें अपने आप नाल गल कीती। सिमरन ने उपर अपने कमरे च जाके कंपोज दीआं इकट्ठीआं ही दो गोलियां खाधियां। बेहोशी वर्गी नींद च डुब जाना चाहुंदी सी, वह बैड उपर पै गई ते छत वल झाकण लगी। फिर जिवें छत विचों छत तो पार वह नीले आकाश च मंडलाउण लगी। अजे जागो मिट्टी विच ही सी कि हेठां डाकिए ने साइकिल की घंटी खड़काई। वह चिट्ठियां लैटर बॉक्स च पा के चलिया सी। सिमरन थिड़कदे हत्थां पैरां नाल उठ के चिट्ठियां वेखण गई। बस इक्को चिट्ठी सी, लिफाफे उपरली लिखाई तो ही उहनूं पता लग गया चिट्ठी उहदे पापा डॉक्टर अमर दी सी। उत्थे खोल के पढ़न लग पे, लिखिया सी, बेटी सिमरन, मेरा तैनूं देखण नूं बहुत मन करदा, मेरी तबीयत बहुत ही ठीक नहीं रहिंदी, इसलिए लंबा सफ़र नहीं कर सकता। मैं उमा ते बच्चे जहाज़ राही चंडीगढ़ तक आ जावांगे। मैं चाहुंदा एक वारी तू अपनी भैण ते भाई नूं मिल लवें, उमा नूं भी। 3 तारीख सवेरे 10 बजे असीं चंडीगढ़ पहुँचांगे, उत्थों बस राही पटियाले आ जावांगे। चिट्ठी पढ़ के सिमरन मामी जी ते बेजी नूं दसन लई गई कि कल 3 तारीख है, कल उहदे पापा आ रहे हन। अंग वीमा। सिमरन ने पापा दी चिट्ठी बारे बेजी नूं जदों दस्सिया, उह बोले कुछ नहीं, बस अखां दीआं भर भर लईआं। दुपहर नूं सारे जणे खाणा खाण बैठे तां सिमरन अपने मामा जी वल गौह नाल झाकी। की गल सिमरन बेटे, मामा जी ने उहदे उतावले जे मूँह वल झाक के पुछिआ। मामा जी, कल मेरे पापा आ रहे ने, बच्चे भी नाल ते माँ भी, की उह कुछ दिन साडे कोल रहि सकदे ने? सिमरन ने जिवें विचारगी जिही नाल पुछिआ। मामा जी उहदे जिवें किधरे सोचां जिहीआं च खो गए। जे तुहानूं ठीक नहीं लगदा तो किसी होटल च भी रहि लैणगे? सिमरन ने अपने मामा जी नूं चुप जिहा देख के आख्या, नहीं इह गल नहीं, तूं इउं क्यों सोचदी ऐ, इह घर जिन्ना मेरा है उन्ना ही तेरा भी है, जिवें तेरा मन करे कर लई। उहदे मामा जी ने जदों आख्या तां सिमरन दी जिवें सारी दुबधा मिट गई। खाणा खाण तों मगरों सिमरन रिशम नूं लै के यूनिवर्सिटी चली गई। दोपहर तो मगरों यूनिवर्सिटी सुनी सुनी तो उदास जी लग रही सी। वो मैडम सौंधी वल चलिया गई। मैडम गुसलखाने नहा रही सी। आपे सिमरन होरी ड्राइंग रूम च बैठ गई। सोफे कोल दे मेज़ उपर अद्ध खुली किताब मुद्दी मारी पई सी। बंद करन दे ख्याल नाल सिमरन ने किताब चुक ली। लोक गीतां दी किताब सी, जिथों खुली सी सिमरन पढ़न लग पई। बल बल दीवड़िया बल बल बत्तीए, सज्जणा दे अगे साडी बेनती, चेतर ना जाइयो वे कोई फुल्लां दी बहार, वसाख वसाखी असा नावणी, जेठ ना जाइयो वे कोई तपण तंदूर, हाड़ दियां धुप्पां मल जी डाढ़ियां, सौण ना जायो बदलां रिम झिमलाई, भादरों बंबीहे बोल मल जी, भादरों बंबीहे मल जी बोल दे, असू ना जायो वे कोई पित्तर मना, कत्तक दिवाली मल जी घरे करे, मगर ना जाइयो रंगले लेफ रंगाए, पूहां दे पाले मल जी डाढ़े, माघ ना जाइयो वे कोई माघी मना, फगण दी होली असां घरे खेडणी, बीते ने बीते तेरे 12 महीने, सानू मुसाफरां नू गोरी जान वी दे। पढ़दी पढ़दी सिमरन किधरे खोह जी गई, पर मैडम नू गुसलखाने विचों आउंदी देख उहने काहली नाल किताब उसे तरह पुठी करके रख दित्ती। की गल सिमरन, अज इस वेले आई है? उहनां नू सत्कार वजों उठदियां नूं बैठण दा इशारा करके पुछिआ। अज मैं यूनिवर्सिटी आउणा नहीं सी, तुहानूं इक खबर दसण आ गई, सिमरन ने हस के आख्या। की खबर? कि मामा जी दा लभिया कोई लड़का पसंद आ गया, जो इन्नी खुश लग रही है, मैडम सौंधी ने मजाक नाल पुछिआ। नहीं मैडम जी, कल 3 तरीक नूं मेरे पापा आ रहे ने, नाल बच्चे ते माँ भी आ रही है। मैडम सौंधी पल भर लई उहदे मूँह वल वेखदी रही। सिमरन नूं एडी खुश उहने कदी नहीं सी देखिआ। किन्ने कु दिन रहणगे? मैडम सौंधी ने पुछिआ। पता नहीं, यूनिवर्सिटी आउणगे इह वी पता नहीं, पर उह तुहानूं मिलण तां आउणगे, सिमरन ने जदों आख्या। मैडम सौंधी जिवें झेंप जी गई, फिर संभल के आखण लगी, की पता यूनिवर्सिटी वाले लोगों नूं भुल भुलाई गए होण। नहीं मैडम जी, जे उह सानूं भुल गए हुंदे तां सानूं भी याद ना आउंदे, सिमरन ने जदों आख्या। मैडम सौंधी सवार के उस वल झाकी। उन्हां सारिआं नूं लै के आई यूनिवर्सिटी, तेरी भैण भी शायद तेरे वर्गी होवे, मैडम सौंधी बोली।
मैं तो आखते ने अपनी मम्मी वर्गी हाँ, तेरा भरा शायद तेरे पापा वर्गा होवे। किन्ने सालां दा है वो? भैन मेरी 15 सालां दी है ते भरा 12 सालां दा। मामा जी नू तू दस्या सी? मैडम सौंधी ने पूछा। हाँ, उन्होंने कोई इतराज़ नहीं किया। चाह पियेंगी? पी लवांगी। सिमरन ने जदों आख्या मैडम चाह बनाने लई रसोई च जान लगी लई उठे। तुसी रहन दिओ, मैं बनाउनी आ। आख सिमरन रसोई च चली गई। धर्म भी आउण वाला है, जरा गोल मार्केट तक गया, चाह उस लई भी बना ली। मैडम सौंधी ने सिमरन दे कोल जाके दस्या। धर्म नू मिल के पापा खुश होणगे। सिमरन ने पता नहीं की सोच के आख्या, मैनू तां धर्म भैण दा नहीं अपना ही पुत्तर लगता रहिंदा है। मैडम सौंधी बोली, मैडम जी रिश्ते सिर्फ जन्म दे ही नहीं हुंदे, रिश्ते मन दे भी हुंदे ने, ते मन दे रिश्ते बहुत ही वरी वधेरे हंडनसार हुंदे ने। तू सिमरन खुश किन्नी सोहनी लगदी है, मैडम ने उहदे मूंह वल तक के आख्या। अज तां मैडम जी जिवें दुनिया ही होर तरहां दी लग रही है, जिवें मेरे खंभ उगाए होण ते मैं आसमान उपर चंदा तारियां चुड़ी फिर रही होवां। उंज किन्ने खुशकिस्मत हुंदे होणगे वो बच्चे जिन्हां दे मम्मी पापा उहनां दे कोल हुंदे ने। सिमरन ने जदों आख्या, मैडम सौंधी हैरान जी हो गई कि किड्डा वैराग है इस कुड़ी दे ढिड विच अपने मापिया लई, पर उपरों कदे जाहर नहीं होण दिता। हुण अपने पापा नूं इत्थे ही रख लई। चाह दा कप फड़ के ड्रॉइंग रूम वल आउंदिया मैडम सौंधी ने जरा कु हस के कहा, उहनां नूं तां मेरी मम्मी नहीं सी रख सकी, पंछियां दी बिरती वाले लोकां नूं कोई रोक नहीं सकदा। मैडम टिवाणा दा इक पात्र इक थां आखदा है कि पंछियां दी जिंद मेरी, पौणा दी जिंद मेरी, बदलां दी जिंद मेरी। बहुत पहलां जदों मैं लाइनां पढ़ियां सन तां मतलब समझ नहीं सी लग्या, पर हुण समझ आउंदा। सिमरन बोली, बलदेव बारे कोई खबर मिली? इकाएक सिमरन ने पुछया। नहीं, जिन्ना चिर वो कोल सी कदे बहुता गौलिया ही नहीं सी। जिस दिन दा गया चंद्रा कई वारी याद आ जांदा है। वो जिथे भी कितें है वापस क्यों नहीं आ जांदा? एक वारी इस राह उपर तुर के कोई वापस नहीं आ सकता। शुरू शुरू च उस कोलों कोई वारदात करवा दिती जांदी है, जां अगले तो आप तो कोई वारदात हो जांदी है, तां अगला पुलिस तो डरदा भगौड़ा हो जांदा है। भगौड़ा हो जाण मगरों फिर कोई राह नहीं रह जांदा वापस घर मुड़न दा, फिर तां अगले दी लाश ही घर आउंदी है। मैडम सौंधी ने जदों दस्या, सिमरन दी अखां दे कोयां च पानी सिम आया, पर वो विच्चे विच पी गई। ਉਹਦਾ ਆਪਾਂ ਨੂੰ ਮਿਲਣ ਨੂੰ ਜੀ ਤਾਂ ਬਹੁਤ ਕਰਦਾ ਹੋਊ? ਸਿਮਰਨ ਨੇ ਪੁੱਛਿਆ। ਹਾਂ, ਇਹ ਮੁੰਡੇ ਇਉਂ ਹੀ ਘਰਦਿਆਂ ਨੂੰ ਮਿਲਣ ਨੂੰ ਤਰਸਦੇ ਹੀ ਜੱਗ ਤੋਂ ਚਲੇ ਜਾਂਦੇ ਨੇ, ਮੈਡਮ ਸੌਂਧੀ ਦੱਸ ਰਹੀ ਸੀ। ਹਨੇਰੇ ਸਵੇਰੇ ਰਾਤ ਬਰਾਤੀ ਮਿਲ ਆਇਆ ਕਰਨ ਆਪਣੇ ਘਰਦਿਆਂ ਨੂੰ। ਸਿਮਰਨ ਨੇ ਬਲਦੇਵ ਬਾਰੇ ਸੋਚਦਿਆਂ ਆਖਿਆ, ਮਿਲ ਕਿਵੇਂ ਆਇਆ ਕਰਨ? ਮਗਰੋਂ ਪੁਲਿਸ ਘਰਦਿਆਂ ਨੂੰ ਤੰਗ ਕਰਦੀ ਹੈ ਕਿ ਮੁੰਡੇ ਨੂੰ ਪੇਸ਼ ਕਰੋ, ਇਸ ਗੱਲੋਂ ਉਹ ਘਰਦਿਆਂ ਤੋਂ ਦੂਰ ਹੀ ਰਹਿੰਦੇ ਨੇ, ਬਸ ਮਰਿਆਂ ਦੀਆਂ ਲਾਸ਼ਾਂ ਹੀ ਘਰ ਪਹੁੰਚਦੀਆਂ ਨੇ। ਮੈਡਮ ਨੇ ਜਦੋਂ ਦੱਸਿਆ ਤਾਂ ਸਿਮਰਨ ਬੜੀ ਬੇਆਰਾਮ ਜਿਹੀ ਹੋ ਗਈ। ਕੱਲ੍ਹ ਕਿਸ ਵੇਲੇ ਆ ਰਹੇ ਨੇ ਤੇਰੇ ਪਾਪਾ? ਮੈਡਮ ਸੌਂਧੀ ਨੇ ਪੁੱਛਿਆ। 10 ਵਜੇ ਉਹਨਾਂ ਦਾ ਜਹਾਜ਼ ਚੰਡੀਗੜ੍ਹ ਪਹੁੰਚੇਗਾ ਅਤੇ 12 ਕੁ ਵਜੇ ਤੱਕ ਇੱਥੇ ਆ ਜਾਣਗੇ। ਉਹਨਾਂ ਨੂੰ ਸਾਰਿਆਂ ਨੂੰ ਲੈ ਕੇ ਆਈ ਫਿਰ? ਮੈਡਮ ਸੌਂਧੀ ਨੇ ਆਖਿਆ, ਤੂੰ ਭੁੱਲ ਹੀ ਗਈ ਕਿ ਇਹ ਗੱਲ ਤਾਂ ਉਹ ਪਹਿਲਾਂ ਵੀ ਸਿਮਰਨ ਨੂੰ ਆਖ ਚੁੱਕੀ ਸੀ। ਅੰਗ 21। ਅੱਜ 3 ਤਰੀਕ ਸੀ। ਅੱਗੇ ਬੇਜੀ ਜਦੋਂ ਪਾਠ ਕਰਨ ਉੱਠਦੇ ਤਾਂ ਸਿਮਰਨ ਘੂਕ ਸੁੱਤੀ ਪਈ ਹੁੰਦੀ ਸੀ। ਉਹ ਵੀ ਨਹਾਉਣ ਵੇਲੇ ਚਾਹ ਬਣਾਉਂਦੇ, ਵਾਹ ਲੱਗਦੀ ਖੜਕਾ ਨਾ ਹੋਣ ਦਿੰਦੇ। ਉਹਨਾਂ ਨੂੰ ਪਤਾ ਸੀ ਉਹ ਬਹੁਤ ਰਾਤ ਗਈ ਤੱਕ ਪੜ੍ਹਦੀ ਰਹਿੰਦੀ ਹੈ, ਚੰਗਾ ਸਵੇਰੇ 2 ਘੜੀ ਸੌਂ ਲਵੇ, ਪਰ ਅੱਜ ਜਦੋਂ ਬੇਜੀ ਪਾਠ ਕਰਨ ਉੱਠੇ ਤਾਂ ਸਿਮਰਨ ਜਾਗ ਰਹੀ ਸੀ। ਕੀ ਗੱਲ ਜੀ ਤਾਂ ਰਾਜੀ ਹੈ, ਤੂੰ ਅੱਜ ਸਵੇਰੇ ਜਾਗ ਪਈ? ਬੇਜੀ ਨੇ ਪੁੱਛਿਆ। ਉਂਝ ਹੀ ਪਤਾ ਨਹੀਂ ਕਿਵੇਂ ਜਾਗ ਆ ਗਈ। ਚਾਹ ਦਾ ਕੱਪ ਦਿਆਂ ਦੇ ਦਿਓ। ਉਂਝ ਬੇਜੀ ਤੁਸੀਂ ਇੰਨਾ ਪਾਠ ਕਾਹਦੇ ਲਈ ਕਰਦੇ ਹੋ? ਪਾਠ ਕਰਨ ਵਾਲੇ ਲੋਕਾਂ ਦੀ ਰੱਬ ਸੁਣਦਾ ਸੁਣਾਉਂਦਾ ਤਾਂ ਹੈ ਨਹੀਂ, ਸਿਮਰਨ ਨੇ ਪਤਾ ਨਹੀਂ ਕੀ ਸੋਚ ਕੇ ਆਖਿਆ। ਰੱਬ ਦਾ ਨਾਂ ਲੈ ਸਵੇਰੇ ਸਵੇਰੇ, ਨਿਰਣੇ ਕਾਲ ਜਿਹੋ ਜਿਹੀਆਂ ਗੱਲਾਂ ਨਹੀਂ ਕਰੀਦੀਆਂ। ਕਿਉਂ ਨਹੀਂ ਸੁਣਦਾ ਰੱਬ? ਉਹ ਤਾਂ ਸਭ ਦੀ ਸੁਣਦਾ। ਇਹ ਤਾਂ ਸਾਡੇ ਪਿਛਲੇ ਜਨਮਾਂ ਦੇ ਕਰਮ ਨੇ ਜਿਹੜੇ ਭੁਗਤਣੇ ਪੈਂਦੇ ਨੇ, ਬੇਜੀ ਨੇ ਦੱਸਿਆ। ਇਹ ਜਨਮ ਕਿੱਥੋਂ ਤਾਂ ਸ਼ੁਰੂ ਹੋਏ ਹੋਣਗੇ? ਸਭ ਤੋਂ ਪਹਿਲੇ ਜਨਮ ਵਾਲੇ ਬੰਦੇ ਨੇ ਤਾਂ ਪਿਛਲੇ ਜਨਮਾਂ ਦੇ ਕੋਈ ਕਰਮ ਨਹੀਂ ਹੋਣੇ, ਸਿਮਰਨ ਨੇ ਹੱਸ ਕੇ ਪੁੱਛਿਆ। ਇਹ ਅੱਜ ਕੱਲ੍ਹ ਦੇ ਪੜ੍ਹੇ ਲਿਖੇ ਚਤਰ ਲੋਕਾਂ ਦੀਆਂ ਗੱਲਾਂ ਨੇ। ਉਂਝ ਜੇ ਸਾਡੇ ਪਿਛਲੇ ਜਨਮਾਂ ਦੇ ਕਰਮਾਂ ਦਾ ਫਲ ਨਹੀਂ ਤਾਂ ਫਿਰ ਇਹ 84 ਲੱਖ ਜੂਨ, ਇਹ ਜਨਮ ਜਾਤ, ਇਹ ਦੁੱਖ ਸੁੱਖ ਸਭ ਕਿਸ ਆਧਾਰ 'ਤੇ ਵੰਡੇ ਜਾਂਦੇ ਨੇ? ਬੇਜੀ ਨੇ ਪੁੱਛਿਆ। ਇਹ ਤਾਂ ਬੇਜੀ ਕੁਝ ਕੁਦਰਤੀ ਗੱਲਾਂ ਹਨ ਅਤੇ ਕੁਝ ਬੰਦਿਆਂ ਦੀਆਂ ਬਣਾਈਆਂ ਹੋਈਆਂ। ਕੁਦਰਤ ਫਿਰ ਕਿਹਦੀ ਬਣਾਈ ਹੋਈ ਹੈ ਅਤੇ ਬੰਦੇ ਕਿਹਦੇ ਬਣਾਏ ਨੇ? ਚਲੋ ਬੇਜੀ, ਇਹ ਤਾਂ ਮੈਂ ਉਂਝ ਹੀ ਹੱਸਦੀ ਸੀ। ਤੁਸੀਂ ਮੈਨੂੰ ਇਹ ਦੱਸੋ ਕਿ ਪਾਠ ਕਰਨ ਨਾਲ ਸੱਚੀ ਮੁੱਚੀ ਕੀ ਹੁੰਦਾ? ਸਿਮਰਨ, ਮਨ ਦੇ ਟਿਕਾ ਲਈ ਬੰਦਾ ਕੋਈ ਸਹਾਰਾ ਲੱਭਦਾ ਹੈ,
ਤੁਹਾਡੇ ਖਿਆਲ 'ਚ ਅਜਿਹੀ ਸ਼ਕਤੀ ਕਿਧਰੇ ਹੈ ਜਿਹੜੀ ਸਹਾਰਾ ਬਣਦੀ ਹੈ? ਗੱਲ ਤੁਹਾਡੇ ਇਕਤਾਦ ਦੀ ਹੁੰਦੀ ਹੈ। ਧੰਨੇ ਨੇ ਪੱਥਰ ਵਿੱਚੋਂ ਹੀ ਭਗਵਾਨ ਪਾ ਲਿਆ ਸੀ। ਤੁਸੀਂ ਇਸ ਗੱਲ ਨੂੰ ਸੱਚੀ ਮੰਨਦੇ ਹੋ? ਸੱਚੀ ਨਹੀਂ ਤਾਂ ਹੋਰ ਕੀ ਝੂਠ ਹੈ? ਬੇਜੀ ਨੇ ਜਦੋਂ ਆਖਿਆ ਤਾਂ ਸਿਮਰਨ ਨੂੰ ਲੱਗਿਆ ਬੇਜੀ ਸ਼ਾਇਦ ਠੀਕ ਹੀ ਆਖਦੇ ਨੇ। ਬੇਜੀ ਮੇਰੀ ਮੰਮੀ ਕਿਹੋ ਜਿਹੀ ਸੀ? ਅਚਾਨਕ ਸਿਮਰਨ ਨੇ ਪੁੱਛਿਆ। ਬੇਜੀ ਸਵਾਰ ਕੇ ਉਸ ਵੱਲ ਝਾਕੇ ਅਤੇ ਉੱਤਰ ਕੋਈ ਨਾ ਦਿੱਤਾ। ਕੁਝ ਪਲ ਮਗਰੋਂ ਚਾਹ ਦਾ ਕੱਪ ਉਹਨੂੰ ਫੜਾਉਂਦਿਆਂ ਬੇਜੀ ਨੇ ਪੁੱਛਿਆ, ਤੇਰੇ ਪਾਪਾ ਹੋਰੀ ਰਹਿਣਗੇ ਕੁਝ ਦਿਨ? ਪਤਾ ਨਹੀਂ, ਪਰ ਮੇਰਾ ਮਨ ਕਰਦਾ ਹੈ ਕਿ ਉਹ ਕੁਝ ਚਿਰ ਰਹਿਣ। ਆਖ ਕੇ ਰੱਖ ਲਈ ਫਿਰ, ਚੰਦਰੇ ਨੇ ਖਬਰ ਨਹੀਂ ਕਿਵੇਂ ਕੱਟੀ ਹੋਊ ਉਮਰ, ਬੇਜੀ ਨੇ ਡੂੰਘਾ ਸਾਹ ਭਰ ਕੇ ਆਖਿਆ। ਲੱਗਦਾ ਮੰਮੀ ਦੀ ਪਾਪਾ ਨੂੰ ਲੋੜ ਨਹੀਂ ਸੀ, ਪਰ ਗ੍ਰਸਤੀ ਚਲਾਉਣ ਦੀ ਥਾਂ ਉਹ ਤਾਂ ਵੱਡੇ ਕੰਮ ਕਰਨੇ ਚਾਹੁੰਦੇ ਸੀ। ਸਿਮਰਨ ਨੇ ਪਤਾ ਨਹੀਂ ਕਿਹਨੂੰ ਦੱਸਿਆ, ਇਹ ਗੱਲ ਤਾਂ ਧੁਰ ਤੋਂ ਬਣੀ ਆਈ ਹੈ, ਆਖੇ ਤੀਵੀਂ ਆਦਮੀ ਦੇ ਰਾਹ ਦਾ ਰੋੜਾ ਹੈ। ਪਰ ਕੋਈ ਪੁੱਛਣ ਵਾਲਾ ਹੋਵੇ, ਕਿਸੇ ਤੀਵੀਂ ਨਹੀਂ ਤੁਹਾਨੂੰ ਜਣਿਆ ਹੁੰਦਾ, ਤੀਵੀਂ ਪਾਲਦੀ ਪੋਸਦੀ ਹੈ, ਤੀਵੀਂ ਤੁਹਾਡੇ ਵੰਸ਼ ਨੂੰ ਅਗਾਂਹ ਤੋਰਦੀ ਹੈ, ਤੀਵੀਂ ਬਿਨਾਂ ਤੁਸੀਂ ਕਾਹਦੇ ਜੋਗੇ? ਬਾਕੀ ਤਾਂ ਸਭ ਵਾਧੂ ਗੱਲਾਂ ਨੇ, ਊਂ ਹਰ ਗੱਲ ਦੀ ਜ਼ਿੰਮੇਵਾਰੀ ਤੀਵੀਂ ਦੇ ਸਿਰ ਦੇ ਦੇਣੀ ਆਦਮੀ ਦਾ ਸੁਭਾਅ ਬਣ ਗਿਆ। ਬੇਜੀ ਕਿੰਨਾ ਹੀ ਕੁਝ ਆਖ ਗਏ। ਬੇਜੀ ਸੱਚ ਦੱਸਿਓ, ਤੁਸੀਂ ਪਾਪਾ ਨੂੰ ਮਾਫ਼ ਕਰ ਦਿੱਤਾ ਕਿ ਨਹੀਂ? ਮਾਫ਼ੀ ਕਾਹਦੀ, ਘਾਟਾ ਤਾਂ ਸਭ ਤੋਂ ਵੱਧ ਉਸੇ ਬੇਭਾਗ ਨੂੰ ਪਿਆ। ਭਾਵੇਂ ਉਹਨੇ ਲੱਖ ਵਿਆਹ ਕਰਾ ਲਿਆ ਹੋਵੇ, ਪਰ ਉਸ ਨੂੰ ਸੀਮਾ ਤਾਂ ਨਹੀਂ ਸੀ ਮੁੜ ਕੇ ਮਿਲਣੀ। ਮਾਮਾ ਜੀ ਤਾਂ ਪਾਪਾ ਨਾਲ ਬਹੁਤ ਨਾਰਾਜ਼ ਹੋਣੇ ਨੇ, ਸਿਮਰਨ ਜਿਵੇਂ ਆਪਣੇ ਤੌਖਲੇ ਜ਼ਾਹਰ ਕਰ ਰਹੀ ਸੀ। ਨਹੀਂ ਕੁਲਦੀਪ ਸਿੰਘ, ਨੇ ਤਾਂ ਤੇਰੇ ਪਾਪੇ ਨੂੰ ਮਨ ਤੋਂ ਹੀ ਮਾਰ ਛੱਡਿਆ, ਉਸ ਬਾਰੇ ਨੀ ਚੰਗੀ ਸੋਚੇ ਨਾ ਮਾੜੀ ਸੋਚੇ, ਬੇਜੀ ਨੇ ਦੱਸਿਆ। ਗੱਲਾਂ ਕਰਦੀ ਸਿਮਰਨ ਗੁਸਲਖਾਨੇ 'ਚ ਨਹਾਉਣ ਚਲੀ ਗਈ। ਫਿਰ ਵੀ ਮਾਪਾ ਹੈ, ਬੇਜੀ ਨੇ ਪਤਾ ਨਹੀਂ ਕੀ ਸੋਚਦਿਆਂ ਨੇ ਆਖਿਆ। ਟੇਬਲ ਉੱਪਰ ਬ੍ਰੈਕਫਾਸਟ ਲੈਂਦਿਆਂ ਮਾਮਾ ਜੀ ਨੇ ਦੱਸਿਆ, ਅੱਜ ਸਿਮਰਨ ਬੜੀ ਉਤਾਵਲੀ ਜੀ ਦਿਸ ਰਹੀ ਸੀ। ਪਾਪਾ ਤੁਹਾਨੂੰ ਪਤਾ ਅੱਜ ਸਿਮਰਨ ਭੈਣ ਜੀ ਦੇ ਪਾਪਾ ਆ ਰਹੇ ਨੇ, ਰਿਸ਼ਮ ਨੇ ਸਰਦਾਰ ਕੁਲਦੀਪ ਸਿੰਘ ਨੂੰ ਦੱਸਿਆ। ਸਿਮਰਨ ਦੇ ਪਾਪਾ ਨੇ, ਕਮਲੀ ਤੇਰੇ ਫੁੱਫੜ ਜੀ ਆ ਰਹੇ ਨੇ। ਸਰਦਾਰ ਕੁਲਦੀਪ ਸਿੰਘ ਨੇ ਜਦੋਂ ਆਖਿਆ, ਸਿਮਰਨ ਹੈਰਾਨ ਹੋ ਕੇ ਆਪਣੇ ਮਾਮਾ ਜੀ ਵੱਲ ਝਾਕੀ। ਉਹਨੂੰ ਪਤਾ ਸੀ ਉਹਦੇ ਮਾਮਾ ਜੀ ਸਿਰਫ ਉਹਦੇ ਕਰਕੇ ਉਹਦੇ ਪਾਪਾ ਨਾਲ ਟੁੱਟੇ ਰਿਸ਼ਤੇ ਜੋੜ ਰਹੇ ਸਨ। ਅੱਜ ਤੁਸੀਂ ਕਿਧਰੇ ਜਾਣਾ ਤਾਂ ਨਹੀਂ? ਸਿਮਰਨ ਨੇ ਆਪਣੇ ਮਾਮਾ ਜੀ ਨੂੰ ਪੁੱਛਿਆ। ਨਹੀਂ, ਤੂੰ ਲੈ ਜਾਈਂ ਕਾਰ, ਜਾ ਕੇ ਬੱਸ ਸਟੈਂਡ ਤੋਂ ਲੈ ਆਈਂ, 12 ਕੁ ਵਜੇ ਪਹੁੰਚ ਜਾਣਗੇ। ਜਾਂ ਤਾਂ ਡਰਾਈਵਰ ਵੀ ਸਕਦਾ ਸੀ, ਪਰ ਉਹਨੇ ਪਹਿਚਾਣ ਨਹੀਂ ਸੀ ਸਕਣਾ। ਮੈਂ ਪਹਿਲੇ ਯੂਨੀਵਰਸਿਟੀ ਚਲੀ ਜਾਵਾਂਗੀ ਅਤੇ ਆਉਂਦੀ ਹੋਈ ਬੱਸ ਸਟੈਂਡ ਤੋਂ ਉਹਨਾਂ ਨੂੰ ਲੈ ਆਵਾਂਗੀ, ਸਿਮਰਨ ਨੇ ਜਿਵੇਂ ਖੁਸ਼ ਹੋ ਕੇ ਦੱਸਿਆ। ਯੂਨੀਵਰਸਿਟੀ ਅੱਜ ਰਹਿਣ ਦੇ? ਬੇਜੀ ਬੋਲੇ, ਪਰ ਉਹ ਨਹੀਂ ਸੀ ਜਾਣਦੇ ਯੂਨੀਵਰਸਿਟੀ ਜਾ ਕੇ ਉਹ ਜਿਵੇਂ ਛੇਤੀ ਛੇਤੀ ਵਕਤ ਲੰਘਾਉਣਾ ਚਾਹੁੰਦੀ ਸੀ। ਉਹ ਤਾਂ ਇਹ ਵੀ ਚਾਹੁੰਦੀ ਸੀ ਜਿਵੇਂ ਉਹ ਹਰ ਇੱਕ ਨੂੰ ਦੱਸੇ ਕਿ ਅੱਜ ਉਹਦੇ ਪਾਪਾ ਆ ਰਹੇ ਨੇ। ਅੰਗ 22। ਬੇਜੀ ਦੇ ਆਖਣ ਅਨੁਸਾਰ ਸਿਮਰਨ ਅੱਜ ਯੂਨੀਵਰਸਿਟੀ ਨਹੀਂ ਗਈ। ਚਿੱਟਾ ਜਿਹਾ ਦਿਨ ਚੜ੍ਹਨ ਦੀ ਥਾਂ ਅਸਮਾਨ ਉੱਪਰ ਕਿਧਰੇ ਕਾਲੀ ਘਟਾ ਉਮੜ ਆਈ ਸੀ। ਕਾਲੇ ਕਾਲੇ ਬੱਦਲ ਪਤਾ ਨਹੀਂ ਕਿੱਧਰ ਨੂੰ ਲੰਘੇ ਜਾ ਰਹੇ ਸਨ। ਬੱਦਲਾਂ ਦੇ ਕੋਲ ਕੋਲ ਇੱਲਾਂ ਘੁੰਮਦੀਆਂ ਫਿਰ ਰਹੀਆਂ ਸਨ। ਆਸ ਕਰਕੇ ਸ਼ਾਂਤ ਅਡੋਲ ਖੜ੍ਹਾ ਬਰੋਟੇ ਦਾ ਦਰਖਤ ਹਵਾ ਵਿੱਚ ਡੋਲਣ ਲੱਗ ਪਿਆ ਸੀ। ਬਰੋਟੇ ਦੀ ਛਾਵੇਂ ਇੱਕ ਟਾਹਣੀ ਨਾਲ ਲਟਕਦੇ ਰੰਗ ਬਿਰੰਗੀਆਂ ਚਿੜੀਆਂ ਦੇ ਪਿੰਜਰੇ ਕੋਲ ਜਾ ਕੇ ਸਿਮਰਨ ਉਹਨਾਂ ਵੱਲ ਤੱਕਣ ਲੱਗੀ। ਫਿਰ ਪਤਾ ਨਹੀਂ ਕੀ ਜੀ 'ਚ ਆਇਆ ਕਿ ਉਹਨੇ ਪਿੰਜਰੇ ਦੀ ਤਾਕੀ ਖੋਲ੍ਹ ਦਿੱਤੀ। ਇੱਕ ਇੱਕ ਕਰਕੇ ਚਿੜੀਆਂ ਉੱਡੀਆਂ, ਪਰ ਉੱਡ ਕੇ ਦੂਰ ਨਹੀਂ ਗਈਆਂ। ਬਰੋਟੇ ਦੀਆਂ ਟਾਹਣੀਆਂ ਉੱਪਰ ਬੈਠ ਕੇ ਸਿਮਰਨ ਵੱਲ ਗਰਦਨਾਂ ਘੁਮਾ ਘੁਮਾ ਕੇ ਦੇਖਣ ਲੱਗੀਆਂ। ਗੇਂਦਾ ਰਾਮ ਨੇ ਰਾਤੀ ਪਾਣੀ ਛੱਡੀ ਰੱਖਿਆ ਸੀ, ਜਿਸ ਕਰਕੇ ਫੁੱਲ ਬੂਟੇ ਟਹਿਕੇ ਹੋਏ ਲੱਗਦੇ ਸਨ। ਚੱਪਲਾਂ ਖੋਲ੍ਹ ਕੇ ਸਿਮਰਨ ਘਾਹ ਉੱਪਰ ਨੰਗੇ ਪੈਰੀਂ ਤੁਰਨ ਲੱਗੀ। ਬਾਹਰਲਾ ਗੇਟ ਖੋਲ੍ਹ ਕੇ ਗੇਂਦਾ ਰਾਮ ਅੰਦਰ ਆਇਆ। ਉਹਦੇ ਹੱਥ 'ਚ ਮਠਿਆਈ ਅਤੇ ਫਲਾਂ ਦੇ ਲਿਫਾਫੇ ਸਨ। ਲੰਘਿਆ ਜਾਂਦਾ ਗੇਂਦਾ ਰਾਮ ਸਿਮਰਨ ਦੇ ਕੋਲ ਰੁਕ ਗਿਆ। ਕੀ ਗੱਲ ਗੇਂਦਾ ਰਾਮ? ਬੇਟੀਆ, ਪਾਪਾ ਸੇ ਕੋਈ ਗੁੱਸਾ ਨਹੀਂ ਕਰਨਾ, ਉਸੇ ਤੋਂ ਪਹਿਲੇ ਸੇ ਹੀ ਭਗਵਾਨ ਰੂਠਾ ਹੋਇਆ ਹੈ। ਸਿਮਰਨ ਹੈਰਾਨ ਹੋ ਕੇ ਗੇਂਦਾ ਰਾਮ ਵੱਲ ਦੇਖਦੀ ਰਹੀ। ਫਿਰ ਉੱਪਰ ਜਾ ਕੇ ਆਪਣੇ ਕਮਰੇ ਦੇ ਨਾਲ ਲੱਗਦੇ 2 ਕਮਰੇ ਸਾਫ਼ ਕਰਵਾਏ, ਬਿਸਤਰਿਆਂ ਉੱਪਰ ਨਵੀਆਂ ਚਾਦਰਾਂ ਵਿਛਾਈਆਂ, ਪਰਦੇ ਧੋਤੇ ਹੋਏ ਲਾਏ, ਬਾਥਰੂਮ ਧੁਆਇਆ, ਨਵੇਂ ਸਾਬਣ ਅਤੇ ਤੌਲੀਏ ਰੱਖੇ। ਇਹ ਕਮਰੇ ਉਹਦੇ ਪਾਪਾ ਅਤੇ ਬੱਚਿਆਂ ਲਈ ਸਨ। ਉਹਨੇ ਕਈ ਵਾਰੀ ਘੜੀ ਦੇਖੀ, ਲੱਗਿਆ ਅੱਜ ਘੜੀ ਬੜੀ ਹੌਲੀ ਚੱਲ ਰਹੀ ਹੈ। ਉਹ ਆਪ ਨਹਾ ਕੇ ਤਿਆਰ ਹੋ ਗਈ। ਪਤਾ ਨਹੀਂ ਕਿਉਂ ਅੱਜ ਉਹਨੇ ਚਿੱਟਾ ਚਿਕਨ ਦਾ ਸੂਟ ਪਾਇਆ, ਉੱਪਰ ਚਿੱਟੀ ਸ਼ੈਫੋਨ ਦੀ ਚੁੰਨੀ ਲੈ ਲਈ। ਸਿਮਰਨ ਦੀਦੀ, ਲੱਗਦਾ ਜਿਵੇਂ ਬੇਜੀ ਤੈਨੂੰ ਪਰੀਆਂ ਦੇ ਦੇਸ਼ ਤੋਂ ਮੰਗ ਲਿਆਏ ਹੋਣ, ਉਹਨੂੰ ਚਾਹ ਦੇਣ ਆਈ, ਰਿਸ਼ਮ ਬੋਲੀ। ਬੇਜੀ ਥੋੜ੍ਹੇ ਹੀ ਮੇਰੇ ਮੰਮੀ ਮੰਗ ਕੇ ਲਿਆਈ ਹੋਏਗੀ ਅਤੇ ਨਾਲ ਮੇਰੇ ਪਾਪਾ ਵੀ ਗਏ ਹੋਣਗੇ, ਸਿਮਰਨ ਨੇ ਹੱਸ ਕੇ ਆਖਿਆ। ਤੇਰੀ ਮੰਮੀ ਨੇ ਆਖਿਆ ਹੋਏਗਾ, ਰੱਬਾ ਮੇਰੇ ਵਰਗੀ ਸੋਹਣੀ ਧੀ ਦੇ ਦੇ, ਅਤੇ ਤੇਰੇ ਪਾਪਾ ਨੇ ਆਖਿਆ ਹੋਏਗਾ, ਰੱਬਾ ਮੇਰੇ ਵਰਗੀ ਸਿਆਣੀ ਧੀ ਦੇ ਦੇ, ਅਤੇ ਰੱਬ ਨੇ ਦੋਵਾਂ ਦੀ ਗੱਲ ਮੰਨ ਲਈ, ਹੈ ਨਾ?
ਮੰਗ ਤਾਂ ਲਿਆਏ ਪਰ ਮਗਰੋਂ ਉਹਨੂੰ ਬੇਜੀ ਨੂੰ ਸੰਭਾਲ ਕੇ ਆਪ ਆਪਣੇ ਆਪਣੇ ਰਾਹ ਪੈ ਗਏ। ਇਹ ਉਹਨਾਂ ਦੀ ਮਰਜ਼ੀ ਨਹੀਂ, ਮਜਬੂਰੀ ਹੋ ਸਕਦੀ ਹੈ ਸਿਮਰਨ ਭੈਣ ਜੀ। ਨਹੀਂ ਰਿਸ਼ਮ, ਮਜਬੂਰੀਆਂ ਸਿਰਫ ਕਮਜ਼ੋਰ ਲੋਕਾਂ ਦਾ ਹੀ ਰਾਹ ਰੋਕਦੀਆਂ ਨੇ। ਮੇਰੀ ਮੰਮੀ ਅਤੇ ਪਾਪਾ ਦੀ ਸ਼ਾਇਦ ਇਹੀ ਮਰਜ਼ੀ ਸੀ। ਨਹੀਂ ਸਿਮਰਨ ਭੈਣ ਜੀ, ਮਰ ਜਾਣਾ ਕਿਸੇ ਦੀ ਮਰਜ਼ੀ ਨਹੀਂ ਹੋ ਸਕਦੀ ਅਤੇ ਨਾ ਹੀ ਹਾਰ ਜਾਣਾ ਕਿਸੇ ਦੀ ਮਰਜ਼ੀ ਹੋ ਸਕਦੀ ਹੈ। ਮੈਂ ਇੱਕ ਕਿਧਰੇ ਕਹਾਣੀ ਪੜ੍ਹੀ ਸੀ ਰਿਸ਼ਮ, ਜਿਸ ਵਿੱਚ ਇੱਕ ਬੁੱਢਾ ਇੱਕ ਬੁੱਢੀ ਨੂੰ ਪੁੱਛਦਾ ਹੈ ਤੂੰ ਅਜੇ ਮਰਨਾ ਕਦੋਂ ਹੈ, ਤਾਂ ਉਹ ਆਖਦੀ ਹੈ ਕੀ ਕਰਾਂ ਮਰਨ ਦੀ ਵਿਹਲ ਹੀ ਨਹੀਂ ਮਿਲਦੀ। ਇੱਥੇ ਉਹ ਬੁੱਢੀ ਗਲਤ ਨਹੀਂ ਸੀ, ਆਖ ਰਹੀ ਸਾਨੂੰ ਆਪਣੀ ਸਮਰੱਥਾ ਦਾ ਸਿਰਫ ਪਤਾ ਨਹੀਂ ਹੁੰਦਾ ਪਰ ਮੇਰੀ ਮੰਮੀ ਅਤੇ ਮੇਰੇ ਪਾਪਾ ਨੂੰ ਆਪਣੀ ਆਪਣੀ ਸਮਰੱਥਾ ਦਾ ਪਤਾ ਸੀ। ਤੁਹਾਡੀ ਚਾਹ ਠੰਡੀ ਹੋ ਰਹੀ ਹੈ, ਰਿਸ਼ਮ ਨੇ ਚਾਹ ਦੇ ਕੱਪ ਵੱਲ ਇਸ਼ਾਰਾ ਕਰਕੇ ਦੱਸਿਆ। ਚਾਹ ਨੂੰ ਅੱਜ ਮਨ ਨਹੀਂ ਕਰਦਾ, ਬੱਦਲ ਹੋਣ ਦੇ ਬਾਵਜੂਦ ਫਿਜ਼ਾ 'ਚ ਕਿਧਰੇ ਤਪਸ਼ ਜਿਹੀ ਵੀ ਰਲੀ ਹੋਈ ਹੈ। ਤੁਸੀਂ ਉਸ ਦਿਨ ਆਖਦੇ ਸੀ ਮੌਸਮ ਸਿਰਫ ਬਾਹਰਲੇ ਨਹੀਂ ਹੁੰਦੇ, ਸਾਡੇ ਅੰਦਰਲੇ ਵੀ ਹੁੰਦੇ ਨੇ। ਹੋ ਸਕਦਾ ਇਸ ਤਰ੍ਹਾਂ ਤੁਹਾਨੂੰ ਤੁਹਾਡੇ ਅੰਦਰਲੇ ਮੌਸਮ ਕਰਕੇ ਲੱਗਦਾ ਹੋਵੇ। ਲੱਗਦਾ ਤੂੰ ਬਹੁਤ ਸਿਆਣੀ ਹੋ ਗਈ ਹੈ ਰਿਸ਼ਮ, ਪਰ ਬਹੁਤੇ ਸਿਆਣੇ ਹੋਣਾ ਚੰਗਾ ਨਹੀਂ ਹੁੰਦਾ, ਸਿਮਰਨ ਨੇ ਹੱਸ ਕੇ ਆਖਿਆ। ਡਰਾਈਵਰ ਨੇ ਕਾਰ ਬਾਹਰ ਕੱਢ ਲਈ ਸੀ, ਸਿਮਰਨ ਨੇ ਘੜੀ ਦੇਖੀ, 11:30 ਵੱਜ ਗਏ ਸਨ। ਰਿਸ਼ਮ ਅਤੇ ਸਿਮਰਨ ਹੇਠਾਂ ਉੱਤਰ ਆਈਆਂ, ਸਿਮਰਨ ਨੂੰ ਤ੍ਰੇਹ ਲੱਗੀ। ਉਹਨੇ ਫਰਿੱਜ ਖੋਲ੍ਹ ਕੇ ਪਾਣੀ ਪੀਣ ਲਈ ਬੋਤਲ ਕੱਢੀ ਸੀ ਕਿ ਬਾਹਰਲਾ ਗੇਟ ਖੜ ਗਿਆ। ਸਿਮਰਨ ਬੋਤਲ ਉੱਥੇ ਹੀ ਰੱਖ ਕਾਹਲੀ ਨਾਲ ਬਾਹਰ ਵੱਲ ਨੂੰ ਗਈ, ਪਰ ਗੇਟ ਉੱਪਰ ਤਾਂ ਇੱਕ ਪੁਲਿਸ ਦੀ ਜੀਪ ਖੜ੍ਹੀ ਸੀ ਅਤੇ ਇੱਕ ਹੌਲਦਾਰ ਮਾਮਾ ਜੀ ਨੂੰ ਪੁੱਛ ਰਿਹਾ ਸੀ। ਉਹਨੇ ਮਾਮਾ ਜੀ ਨੂੰ ਬੁਲਾ ਦਿੱਤਾ, ਇਹਨੇ ਨੂੰ ਬਾਕੀ ਬੰਦੇ ਵੀ ਜੀਪ ਵਿੱਚੋਂ ਉਤਰ ਆਏ। ਕਰਨਲ ਕੁਲਦੀਪ ਸਿੰਘ ਜਨਾਬ ਆਪ ਹੋ, ਥਾਣੇਦਾਰ ਨੇ ਪੁੱਛਿਆ। ਹਾਂਜੀ ਦੱਸੋ। ਜਨਾਬ ਇੱਕ ਦੁਰਘਟਨਾ ਹੋ ਗਈ ਹੈ, ਆਪ ਦੇ ਕੋਈ ਰਿਸ਼ਤੇਦਾਰ ਬੱਸ ਵਿੱਚ ਚੰਡੀਗੜ੍ਹ ਤੋਂ ਆ ਰਹੇ ਸੀ। ਥਾਣੇਦਾਰ ਨੇ ਪੁੱਛਿਆ ਦੁਰਘਟਨਾ ਐਕਸੀਡੈਂਟ ਹੋ ਗਿਆ? ਸਰਦਾਰ ਕੁਲਦੀਪ ਸਿੰਘ ਸਿਮਰਨ ਦੇ ਮਾਮਾ ਜੀ ਨੇ ਬਹੁਤ ਬੇਆਰਾਮ ਹੋ ਕੇ ਪਰਾਂ ਖੜ੍ਹੀ ਸਿਮਰਨ ਵੱਲ ਝਾਕ ਕੇ ਥਾਣੇਦਾਰ ਨੂੰ ਪੁੱਛਿਆ। ਨਹੀਂ ਜਬ ਨਹੀਂ ਜਨਾਬ, ਐਕਸੀਡੈਂਟ ਨਹੀਂ ਹੋਇਆ, ਬੰਬ ਬਲਾਸਟ ਹੋਇਆ। 18 ਬੰਦੇ ਮਾਰੇ ਗਏ ਹਨ ਅਤੇ ਇਸ ਤੋਂ ਵੱਧ ਜ਼ਖਮੀ ਹੋ ਗਏ, ਕੁਝ ਦੀ ਹਾਲਤ ਬਹੁਤ ਗੰਭੀਰ ਹੈ। ਡਾਕਟਰ ਅਮਰ ਆਪ ਦੇ ਰਿਸ਼ਤੇਦਾਰ ਵੀ ਮਾਰੇ ਗਏ ਹਨ। ਡਾਕਟਰ ਅਮਰ ਮਾਰੇ ਗਏ? ਜਦੋਂ ਸਰਦਾਰ ਕੁਲਦੀਪ ਸਿੰਘ ਨੇ ਸੁਣਿਆ ਉਹਦੇ ਪੈਰਾਂ ਹੇਠੋਂ ਜਿਵੇਂ ਜ਼ਮੀਨ ਹਿੱਲ ਗਈ। ਉਹ ਸਿਮਰਨ ਵੱਲ ਝਾਕਿਆ, ਸਿਮਰਨ ਨੇ ਜਾਂ ਗੱਲ ਸੁਣੀ ਨਹੀਂ ਜਾਂ ਫਿਰ ਸਮਝੀ ਨਹੀਂ, ਉਸੇ ਤਰ੍ਹਾਂ ਬੁੱਤ ਬਣੀ ਖੜ੍ਹੀ ਸੀ। ਨਾਲ ਬੱਚੇ ਵੀ ਸਨ? ਸਰਦਾਰ ਕੁਲਦੀਪ ਸਿੰਘ ਨੇ ਥਾਣੇਦਾਰ ਨੂੰ ਪੁੱਛਿਆ, ਜਾਂ ਸ਼ਾਇਦ ਦੱਸਿਆ ਉਹ ਬਚ ਗਏ ਹਨ। ਸੋ ਜਨਾਬ ਆਪਨੇ ਸਾਡੇ ਨਾਲ ਚੱਲਣਾ ਹੋਏਗਾ, ਹੁਣੇ ਵਾਇਰਲੈਸ ਆਈ ਸੀ, ਪੋਸਟਮਾਰਟਮ ਤੋਂ ਪਹਿਲਾਂ ਆਈਡੈਂਟੀਫਿਕੇਸ਼ਨ ਕਰਨੀ ਹੋਏਗੀ, ਥਾਣੇਦਾਰ ਨੇ ਦੱਸਿਆ। ਸਰਦਾਰ ਕੁਲਦੀਪ ਸਿੰਘ ਨੇ ਕਾਰ ਬਾਹਰ ਕੱਢਣ ਤੋਂ ਪਹਿਲਾਂ ਸਿਮਰਨ ਦੇ ਕੋਲ ਆ ਕੇ ਬਸ ਇੰਨਾ ਹੀ ਆਖਿਆ, ਸਿਮਰਨ? ਅਤੇ ਉਹ ਡਾਡਾ ਮਾਰ ਕੇ ਮਾਮਾ ਜੀ ਨੂੰ ਚਿੰਬੜ ਕੇ ਰੋਣ ਲੱਗ ਪਈ। ਬੇਜੀ ਦਾ ਸਿਮਰਨ ਦੀਆਂ ਡਾਡਾਂ ਸੁਣ ਕੇ ਕਾਲਜਾ ਹੀ ਹਿੱਲ ਗਿਆ। ਮਾਮਾ ਜੀ ਅਤੇ ਰਿਸ਼ਮ ਵੀ ਦੌੜੀਆਂ ਆਈਆਂ ਰੋਂਦੀ ਮਾਮੀ ਜੀ ਅਤੇ ਰਿਸ਼ਮ ਵੀ ਦੌੜੀਆਂ ਆਈਆਂ ਰੋਂਦੀ ਕੁਰਲਾਂਦੀ ਸਿਮਰਨ ਨੂੰ ਮਾਮਾ ਜੀ ਡਰਾਇੰਗ ਰੂਮ 'ਚ ਬਿਠਾ ਕੇ ਆਪ ਪੁਲਿਸ ਵਾਲਿਆਂ ਦੇ ਨਾਲ ਚਲੇ ਗਏ। ਬੇਜੀ ਨੇ ਸਿਮਰਨ ਨੂੰ ਬੁੱਕਲ 'ਚ ਲੈ ਲਿਆ, ਉਹ ਇੱਕ ਪਾਸੇ ਨੂੰ ਲੁੜਕ ਗਈ, ਉਹਨੂੰ 'ਤੇ ਗਸ਼ ਪੈ ਗਈ ਸੀ। ਚਮਚ ਨਾਲ ਦੰਦਲ ਭੰਨੀ, ਮੂੰਹ 'ਚ ਪਾਣੀ ਪਾਇਆ, ਜ਼ਰਾ ਕੁ ਹੋਸ਼ ਆਈ ਤਾਂ ਉਹ ਡਿਡਰਿਆਂ ਵਾਂਗ ਆਲੇ ਦੁਆਲੇ ਝਾਕੀ, ਜਿਵੇਂ ਸਮਝ ਨਾ ਆ ਰਹੀ ਹੋਏ ਕਿ ਕੀ ਹੋ ਗਿਆ। ਇੰਨੇ ਨੂੰ ਡਾਕਟਰ ਆ ਗਿਆ, ਉਹਨੇ ਬਲੱਡ ਪ੍ਰੈਸ਼ਰ ਵੇਖਿਆ ਅਤੇ ਝੱਟ ਹੀ 2-3 ਇੰਜੈਕਸ਼ਨ ਲਾ ਦਿੱਤੇ ਅਤੇ ਬੇਜੀ ਨੂੰ ਆਖਿਆ ਇਹਨੂੰ ਸੌਂ ਜਾਣ ਦਿਓ। ਕੁਝ ਚਿਰ ਮਗਰੋਂ ਬੇਹੋਸ਼ੀ ਵਰਗੀ ਨੀਂਦ 'ਚ ਡੁੱਬ ਗਈ, ਪਰ ਸੁੱਤੀ ਪਈ ਪਈ ਵੀ ਉਹ ਵਿੱਚ ਵਿੱਚ ਹੌਕੇ ਲੈ ਰਹੀ ਸੀ। ਬੇਜੀ ਕਦੇ ਉਹਦੇ ਮੱਥੇ ਉੱਪਰ, ਕਦੇ ਹੱਥ ਰੱਖਦੇ, ਕਦੇ ਨਬਜ਼ ਸਟੋਂਦੇ, ਤ੍ਰਿਪ ਤ੍ਰਿਪ ਹੰਝੂ ਉਹਨਾਂ ਦੀਆਂ ਅੱਖਾਂ 'ਚੋਂ ਵਗੀ ਜਾ ਰਹੇ ਸਨ। ਬੱਸ 'ਚ ਬਹੁਤੀਆਂ ਸਵਾਰੀਆਂ ਪਟਿਆਲੇ ਦੀਆਂ ਸਨ, ਜਿਨ੍ਹਾਂ ਜਿਨ੍ਹਾਂ ਘਰਾਂ 'ਚ ਖਬਰਾਂ ਪਹੁੰਚੀਆਂ ਕੁਰਲਾਟ ਮੱਚਦੀ ਗਈ। ਹਰਾਸੇ ਹੋਏ ਲੋਕਾਂ ਨੇ ਛੇਤੀ ਛੇਤੀ ਦੁਕਾਨਾਂ ਬੰਦ ਕਰ ਦਿੱਤੀਆਂ, ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਸਨ। ਕੋਈ ਆਖਦਾ ਸਿੱਖਾਂ ਦੇ ਭੇਸ਼ 'ਚ ਪਾਕਿਸਤਾਨੀ ਮੁਸਲਮਾਨ ਕਾਰੇ ਕਰਦੇ ਨੇ, ਗੁਰੂ ਦੇ ਸਿੱਖਾਂ ਦਾ ਇਹ ਕੰਮ ਨਹੀਂ ਹੋ ਸਕਦਾ, ਇਹ ਤਾਂ ਲਫੰਗੇ ਲੰਗਾੜੇ ਦੇਸ਼ ਦੇ ਦੁਖੀਆਂ ਤੋਂ ਪੈਸੇ ਲੈ ਕੇ ਸਭ ਕੁਝ ਕਰ ਰਹੇ ਨੇ। ਨਾਨਕ ਜਿਊਲਰਸ ਵਾਲੇ ਸਰਦਾਰ ਨੇ ਦਲੀਲ ਦਿੱਤੀ, ਪਰ ਦਲੀਲ ਸ਼ਾਇਦ ਉਹਨੂੰ ਕਾਫੀ ਨਾ ਲੱਗੀ। ਦੱਸਣ ਲੱਗਿਆਂ ਸਾਡੇ ਗੁਆਂਢ ਪੁਲਿਸ ਦਾ ਇੱਕ ਹੌਲਦਾਰ ਰਹਿੰਦਾ ਸੀ, ਕਮਲਾ ਹੋ ਗਿਆ, ਇਹੀ ਆਖੀ ਜਾਵੇ ਅਸੀਂ ਮੁੰਡੇ ਮਾਰਤੇ, ਇੰਜੀਨੀਅਰ ਮੁੰਡੇ ਮਾਰਤੇ, ਕਮਲੇ ਨੂੰ ਹੀ ਪੁਲਿਸ ਫੜ ਕੇ ਲੈ ਗਈ। ਇਹ ਤਾਂ ਡਰਾ ਧਮਕਾ ਕੇ ਹਿੰਦੂਆਂ ਨੂੰ ਇੱਥੋਂ ਕੱਢਣਾ ਚਾਹੁੰਦੇ ਨੇ, ਟੰਡਨ ਸਾਹਿਬ ਆਖ ਰਹੇ ਸੀ। ਰੱਬ ਨੂੰ ਤਾਂ ਲੋਕ ਭੁੱਲ ਹੀ ਗਏ, ਕੋਈ ਹੋਰ ਆਖ ਰਿਹਾ ਸੀ। ਮੈਨੂੰ ਤਾਂ ਸਿੱਧੀ ਜਿਹੀ ਗੱਲ ਪਤਾ, ਭਾਵੇਂ ਹਿੰਦੂ ਮਰੇ ਜਾਂ ਸਿੱਖ, ਮਾਰਨ ਵਾਲੇ ਅੱਤਵਾਦੀ ਹੋਣ ਜਾਂ ਸਰਕਾਰ, ਮਰਦਾ ਤਾਂ ਕੋਈ ਪੰਜਾਬੀ ਹੈ, ਨੁਕਸਾਨ ਤਾਂ ਪੰਜਾਬ ਦਾ ਹੋਇਆ ਨਾ, ਪ੍ਰਿੰਸੀਪਲ ਬੁੱਧ ਸਿੰਘ ਜੀ ਨੇ ਆਖਿਆ। ਸ਼ਾਮ ਤੱਕ ਲਾਸ਼ਾਂ ਪੋਸਟਮਾਰਟਮ ਲਈ ਰਜਿੰਦਰ ਹਸਪਤਾਲ ਪਹੁੰਚ ਗਈਆਂ, ਜਿਵੇਂ ਸਾਰਾ ਸ਼ਹਿਰ ਹੀ ਉਮੜ ਕੇ ਉੱਥੇ ਆ ਗਿਆ ਸੀ।
ਜਿਨ੍ਹਾਂ ਦੇ ਮਰੇ ਸਨ ਉਹਨਾਂ ਨੇ ਤਾਂ ਆਉਣਾ ਹੀ ਸੀ, ਜਿਨ੍ਹਾਂ ਦੇ ਵਾਂਢੇ ਗਏ ਅਜੇ ਮੁੜੇ ਨਹੀਂ ਸਨ ਉਹ ਵੀ ਪਹੁੰਚ ਗਏ। ਉਹ ਮਾਂ ਅਤੇ ਬੱਚਿਆਂ ਨੂੰ ਕੋਠੀ ਲਾ ਕੇ ਸਰਦਾਰ ਕੁਲਦੀਪ ਸਿੰਘ ਸਿਮਰਨ ਦੇ ਮਾਮਾ ਰਜਿੰਦਰ ਹਸਪਤਾਲ ਨੂੰ ਗਏ। ਰਾਹ 'ਚ ਡਾਕਟਰ ਅਮਰ ਦੇ ਘਰ ਤਾਰ ਵੀ ਪਾ ਗਏ। ਡਿੱਡਰੇ ਹਰਾਸੇ ਬੌਂਦਲੇ ਉਮਾ ਦੇ ਬੱਚੇ ਕੋਠੀ ਪਹੁੰਚੇ। ਉਮਾ ਬੇਜੀ ਦੇ ਗਲ ਲੱਗ ਕੇ ਭੁੱਬਾ ਮਾਰ ਕੇ ਰੋ ਪਈ। ਬੱਚੇ ਕਿਰਨ ਅਤੇ ਵਿਕਰਮ ਤਾਂ ਜਿਵੇਂ ਸਭ ਕੁਝ ਦੇਖ ਕੇ ਪੱਥਰ ਹੀ ਹੋ ਗਏ। ਹੁਣ ਤੱਕ ਸਿਮਰਨ ਦੇ ਟੀਕਿਆਂ ਦਾ ਅਸਰ ਵੀ ਘਟ ਗਿਆ ਸੀ। ਉਹ ਖਿੰਡ ਦੀ ਹੱਡਾਂ ਪ੍ਰਾਣਾ ਨਾਲ ਉੱਠੀ ਅਤੇ ਜਾ ਕੇ ਭੈਣ ਅਤੇ ਭਰਾ ਦੇ ਗਲ ਬਾਹਾਂ ਪਾ ਕੇ ਆਪਣੇ ਨਾਲ ਘੁੱਟ ਗਏ ਅਤੇ ਘੁੱਟ ਲਏ ਅਤੇ ਹੁਬਕੀ ਹੁਬਕੀ ਰੋ ਪਈ। ਅਗਲੇ ਦਿਨ ਇਕੱਠੇ ਹੀ 18 ਸਿਵੇ ਮੜੀਆਂ 'ਚ ਜਲੇ। ਉੱਥੇ ਹੀ ਲੀਡਰਾਂ ਨੇ ਭਾਸ਼ਣਬਾਜ਼ੀ ਕੀਤੀ। ਡੀਸੀ ਨੇ ਸਰਕਾਰ ਵੱਲੋਂ ਮਰਨ ਵਾਲਿਆਂ ਦੇ ਪਰਿਵਾਰਾਂ ਲਈ 30-30 ਹਜ਼ਾਰ ਰੁਪਏ ਦੀ ਗ੍ਰਾਂਟ ਅਨਾਊਂਸ ਕੀਤੀ। ਬਹੁਤ ਬੁੱਢੀ, ਬਹੁਤ ਮੁਰਝਾਈ, ਅੱਖਾਂ ਤੋਂ ਬਹੁਤ ਘੱਟ ਦਿਸਦੇ ਵਾਲੀ ਡਾਕਟਰ ਅਮਰ ਦੀ ਮਾਂ ਰੋਂਦੀ ਆਈ। ਮੇਰੀਆਂ ਲੱਕੜਾਂ ਨਾਲ ਲਈ ਵੇ ਪੁੱਤਾ, ਤੇਰੀਆਂ ਧੀਆਂ ਨੂੰ ਰੋਂਦੀਆਂ ਨੂੰ ਕੌਣ ਵਰਾਊ ਵੇ। ਭੁੱਲ ਗਏ ਜੇ ਚੇਤੇ ਵਾਲਿਆ, ਇੱਕ ਵਾਰੀ ਮਾਂ ਕਹਿ ਕੇ ਆਵਾਜ਼ ਮਾਰੀ ਵੇ ਮੇਰਿਆ ਚੰਦ ਸੂਰਜਾ। ਅਤੇ ਰੋ ਰੋ ਕੇ ਜਵਾਕਾਂ ਦਾ ਸਿਰ ਪਲੋਸ ਕੇ ਕੀਰਨੇ ਪਾਉਂਦੀ ਸੰਸਕਾਰ ਤੋਂ ਮਗਰੋਂ ਮੁੜ ਗਈ। ਇਸੇ ਤੋਂ ਹਮ ਨਾ ਹੀ ਆਤੇ, ਬਹੁਤ ਉਦਾਸ ਹੋ ਕੇ ਉਮਾ ਨੇ ਆਖਿਆ। ਆਉਂਦੇ ਕਿਵੇਂ ਨਾ, ਆਪਣੀ ਮਿੱਟੀ ਤਾਂ ਉਹਨੇ ਇਸੇ ਸ਼ਹਿਰ 'ਚ ਆ ਕੇ ਦੇਣੀ ਸੀ। ਇਹਨਾਂ ਹੀ ਮੜੀਆਂ 'ਚ ਇੱਕ ਦਿਨ ਸੀਮਾ ਨੂੰ ਲਾਂਬੂ ਲਾ ਕੇ ਆਏ ਸੀ, ਇਹਨਾਂ ਹੀ ਮੜੀਆਂ 'ਚ ਇਸ ਚੰਦਰੇ ਨੂੰ ਛੱਡ ਚੱਲਿਆਂ, ਬੇਜੀ ਨੇ ਅੱਖਾਂ ਪੂੰਝਦਿਆਂ ਆਖਿਆ। ਇਉਂ ਹੀ ਰੋਂਦਿਆਂ ਕਰਲਾਉਂਦਿਆਂ ਨੂੰ 10 ਦਿਨ ਲੰਘ ਗਏ ਅਤੇ ਐਤਵਾਰ ਨੂੰ ਭੋਗ ਵੀ ਪੈ ਗਿਆ। ਉਹ ਤੁਹਾਡੇ ਕੋਲ ਨਹੀਂ ਸੀ ਬੈਠਾ, ਬੇਜੀ ਨੇ ਉਮਾ ਤੋਂ ਇੱਕ ਦਿਨ ਪੁੱਛਿਆ। ਬੈਠੇ ਤੋਂ ਹਮਾਰੇ ਸਾਥ ਹੀ ਥੇ, ਬਸ ਚੱਲਣੇ ਕੇ ਸਮੇਂ ਇੱਕ ਔਰਤ ਹਮਾਰੇ ਪਾਸ ਆ ਕਰ ਖੜੀ ਹੋ ਗਈ, ਸਾਥ ਮੇਂ ਬੱਚਾ ਵੀ ਥਾ, ਸੀਟ ਕੋਈ ਹੈ ਨਹੀਂ ਥੀ, ਇਹਨੂੰ ਆਪਣੀ ਸੀਟ ਉਸਕੋ ਦੇ ਦੀ ਔਰ ਆਪ ਆਗੇ ਕੀ ਤਾਕੀ ਕੇ ਪਾਸ ਜਾ ਕਰ ਖੜੇ ਹੋ ਗਏ, ਕਿਸੀ ਆਗੇ ਕੀ ਸੀਟ ਕੇ ਨੀਚੇ ਬੰਬ ਥਾ, ਉਮਾ ਨੇ ਦੱਸਿਆ। ਇਹਨਾਂ ਦਿਨਾਂ 'ਚ ਮੈਡਮ ਸੌਂਦੀ ਕਈ ਵਾਰੀ ਆਈ, ਕਿੰਨਾ ਕਿੰਨਾ ਚਿਰ ਬੈਠੀ ਰਹਿੰਦੀ, ਪਰ ਉਹਦੇ ਮੂੰਹੋਂ ਜਿਵੇਂ ਕੋਈ ਗੱਲ ਹੀ ਨਹੀਂ ਸੀ ਨਿਕਲਦੀ। ਨਾ ਉਹਨੇ ਰਸਮੀ ਅਫਸੋਸ ਕੀਤਾ, ਨਾ ਇਸ ਗੱਲ ਨੂੰ ਰੱਬ ਦੀ ਰਜ਼ਾ ਆਖਿਆ, ਨਾ ਭਾਣਾ ਮੰਨਣ ਦੀ ਸਲਾਹ ਦਿੱਤੀ। ਉਸ ਕੋਲ ਤਾਂ ਜਿਵੇਂ ਸਾਰੇ ਸ਼ਬਦ ਹੀ ਮੁੱਕ ਗਏ ਸਨ। ਅੰਗ 23 ਭੋਗ ਤੋਂ 2 ਕੁ ਮਹੀਨੇ ਮਗਰੋਂ ਮੌਸਮ ਬਦਲਣਾ ਸ਼ੁਰੂ ਹੋ ਗਿਆ ਸੀ। ਸਿਮਰਨ ਨੂੰ ਹੈਰਾਨੀ ਲੱਗਦੀ ਸੀ ਕਿ ਉਸੇ ਤਰ੍ਹਾਂ ਦਿਨ ਚੜ੍ਹਦਾ, ਉਸੇ ਤਰ੍ਹਾਂ ਦਿਨ ਛਿਪ ਜਾਂਦਾ, ਉਸੇ ਤਰ੍ਹਾਂ ਲੋਕ ਆਪਣੇ ਆਪਣੇ ਕੰਮਾਂ ਕਾਜ਼ਾਂ 'ਚ ਲੱਗੇ ਹੋਏ ਹਨ, ਜਿਵੇਂ ਕੁਝ ਹੋਇਆ ਹੀ ਨਹੀਂ, ਜਿਵੇਂ ਕੁਝ ਵਾਪਰਿਆ ਹੀ ਨਹੀਂ। ਪਰ ਸਿਮਰਨ ਬੜੀ ਸ਼ਿੱਦਤ ਨਾਲ ਮਨ ਹੀ ਮਨ ਪਤਾ ਨਹੀਂ ਕਿਹੜੇ ਕਿਹੜੇ ਗ੍ਰਹਿ ਮੰਡਲਾਂ ਤੱਕ ਤੁਰੀ ਫਿਰਦੀ। ਉਹ ਜਾਣਨਾ ਚਾਹੁੰਦੀ ਸੀ ਕਿ ਉਹ ਸਭ ਕੀ ਹੈ, ਕਿਉਂ ਹੈ, ਅਸੀਂ ਕੌਣ ਆ, ਮੇਰੇ ਪਾਪਾ ਕੌਣ ਸੀ, ਮਰ ਕੇ ਲੋਕ ਕਿੱਥੇ ਚਲੇ ਜਾਂਦੇ ਨੇ। ਪਾਪਾ, ਸਿਮਰਨ ਨੇ ਜਿਵੇਂ ਡਡਿਆ ਕੇ ਹਾਕ ਮਾਰੀ। ਮਾਮਾ ਜੀ ਪੌੜੀਆਂ ਚੜ੍ਹੇ ਆ ਰਹੇ ਸਨ। ਸਿਮਰਨ ਘਬਰਾ ਜੀ ਗਈ। ਉਹਨੂੰ ਲੱਗਿਆ ਮਾਮਾ ਜੀ ਦੇ ਸਵਾਲਾਂ ਦਾ ਜਿਵੇਂ ਉਹਦੇ ਕੋਲ ਕੋਈ ਜਵਾਬ ਨਹੀਂ, ਅਤੇ ਉਹਨੂੰ ਲੱਗਿਆ ਮਾਮਾ ਜੀ ਫਿਰ ਕੁਝ ਪੁੱਛਣ ਲਈ ਆ ਰਹੇ ਨੇ। ਸਿਮਰਨ ਬੇਟਾ ਕੀ ਕਰਦੇ ਹੋ, ਮਾਮਾ ਜੀ ਨੇ ਉਹਦੇ ਕਮਰੇ ਵੱਲ ਆਉਂਦਿਆਂ ਪੁੱਛਿਆ। ਆ ਜਾਓ ਮਾਮਾ ਜੀ, ਸਿਮਰਨ ਨੇ ਕੁਰਸੀ ਥਾਂ ਸਿਰ ਕਰਦਿਆਂ ਆਖਿਆ। ਮੈਂ ਤੇਰੇ ਨਾਲ ਇੱਕ ਗੱਲ ਕਰਨੀ ਸੀ, ਵੇਲਾ ਤਾਂ ਨਹੀਂ ਅਜਿਹੀਆਂ ਗੱਲਾਂ ਕਰਨ ਦਾ, ਪਰ ਬ੍ਰਿਗੇਡੀਅਰ ਸਾਹਿਬ ਦਾ 2 ਵਾਰੀ ਫੋਨ ਆ ਚੁੱਕਿਆ। ਪਾਪਾ ਜੀ, ਮਾਮਾ ਜੀ, ਮੈਂ ਅਜੇ ਸ਼ਾਦੀ ਨਹੀਂ ਕਰਨੀ। ਸਿਮਰਨ ਮਾਮਾ ਜੀ ਦੀ ਗੱਲ ਪੂਰੀ ਸੁਣੇ ਬਿਨਾਂ ਹੀ ਬੋਲੀ। ਮਾਮਾ ਜੀ, ਮੈਂ ਤਾਂ ਸਗੋਂ ਤੁਹਾਡੇ ਕੋਲੋਂ ਇਹ ਵੀ ਪੁੱਛਣਾ ਸੀ ਕਿ ਮਾਂ ਅਤੇ ਬੱਚੇ ਕੁਝ ਚਿਰ ਹੋਰ ਇੱਥੇ ਰਹਿ ਲੈਣ। ਕੁਝ ਚਿਰ ਹੀ ਕਿਉਂ? ਇਸ ਲਈ ਕਿ ਫਿਰ ਮੈਂ ਨੌਕਰੀ ਕਰ ਲਵਾਂਗੀ। ਕਮਲੀ ਹੋ ਗਈ। ਮੇਰਾ ਮਤਲਬ ਹੈ ਕਿਸੇ ਦੇ ਪੂਰੇ ਪਰਿਵਾਰ ਦਾ ਬੋਝ, ਇਹ ਤੇਰੀ ਮਾਂ ਦਾ ਘਰ ਹੈ ਕਮਲੀ, ਸਾਰੀ ਜ਼ਮੀਨ ਜਾਇਦਾਦ ਵਿੱਚੋਂ 1/3 ਹਿੱਸੇ ਦੀ ਉਹ ਮਾਲਕ ਸੀ, ਅਤੇ ਉਹਦੀ ਥਾਂ ਹੁਣ ਤੂੰ ਮਾਲਕ ਹੈ। ਬੇਜੀ ਨੇ ਸ਼ਾਇਦ ਤੈਨੂੰ ਦੱਸਿਆ ਨਹੀਂ, 1/3 ਹਿੱਸੇ ਦਾ ਜ਼ਮੀਨ ਦਾ ਠੇਕਾ ਹਮੇਸ਼ਾ ਤੇਰੇ ਨਾਂ ਬੈਂਕ 'ਚ ਜਮ੍ਹਾਂ ਹੋ ਜਾਂਦਾ ਹੈ, ਤੁਹਾਡੇ ਸਾਰਿਆਂ ਤੋਂ ਇਸ ਦਾ ਇੰਟਰਸਟ ਹੀ ਨਹੀਂ ਮੁੱਕਣਾ, ਮਾਮਾ ਜੀ ਨੇ ਦੱਸਿਆ। ਕੁਝ ਚਿਰ ਨੂੰ ਥੀਸਿਸ ਮੁਕਾ ਕੇ ਮੈਂ ਨੌਕਰੀ ਵੀ ਕਰ ਲਵਾਂਗੀ, ਸਿਮਰਨ ਨੇ ਮੁੜ ਆਖਿਆ। ਮੈਂ ਚਾਹੁੰਦਾ ਸਿਮਰਨ ਤੋਂ ਨੌਕਰੀ ਨਾ ਹੀ ਕਰੇ, ਪਰ ਮਾਮਾ ਜੀ, ਮੇਰੀ ਮੰਮੀ ਵੀ ਤਾਂ ਨੌਕਰੀ ਕਰਦੀ ਸੀ, ਤੇਰੀ ਮੰਮੀ ਮਰ ਵੀ ਤਾਂ ਗਈ ਸੀ, ਪਰ ਨੌਕਰੀ ਨਾਲ ਮਰਨ ਦਾ ਕੀ ਤੁਲਕ, ਇੰਪੋਰਟੈਂਟ ਔਰਤ ਆਦਮੀ ਤੋਂ ਬਰਦਾਸ਼ਤ ਨਹੀਂ ਹੁੰਦੀ, ਫਿਰ ਜਾਂ ਔਰਤ ਟੁੱਟਦੀ ਹੈ ਜਾਂ ਘਰ ਟੁੱਟਦਾ। ਇੱਕ ਗੱਲ ਹੋਰ ਵੀ ਹੈ, ਬਾਹਰ ਕੰਮ ਕਰਨ ਵਾਲੀ ਔਰਤ ਕੋਲ ਆਦਮੀ ਲਈ ਜਾਂ ਬੱਚਿਆਂ ਲਈ ਤਾਂ ਕੀ ਆਪਣੇ ਆਪ ਲਈ ਵੀ ਟਾਈਮ ਨਹੀਂ ਹੁੰਦਾ। ਪਰ ਮਾਮਾ ਜੀ, ਇਸੇ ਲਈ ਤਾਂ ਨੌਕਰੀ ਜ਼ਰੂਰੀ ਹੈ ਕਿ ਆਦਮੀ ਅਤੇ ਬੱਚੇ ਹੀ ਉਸ ਦੀ ਹੋਣ ਦਾ ਆਦਿ ਅਤੇ ਅੰਤ ਨਾ ਬਣ ਜਾਣ। ਪਰ ਕਦੇ ਇਹ ਸੋਚਿਆ ਕਿ ਜਿਹੜਾ ਮੁੱਲ ਉਹ ਤਾਰਦੀਆਂ ਉਹ ਕਿਤੇ ਮਹਿੰਗਾ ਹੁੰਦਾ? ਸਿਰਫ ਮੁੱਢਲੀਆਂ ਅਤੇ ਰਾਹ ਟੋਲਣ ਵਾਲੀਆਂ ਔਰਤਾਂ ਹੀ ਮਹਿੰਗਾ ਮੁੱਲ ਤਾਰਨਗੀਆਂ ਮਾਮਾ ਜੀ, ਮੈਂ ਨਹੀਂ ਚਾਹੁੰਦਾ ਤੂੰ ਉਹਨਾਂ ਮੁੱਲ ਤਾਰਨ ਵਾਲੀਆਂ ਲੜਕੀਆਂ 'ਚ ਹੋਵੇਂ।
ਪਰ ਮਾਵਾਂ ਜੀ ਸਿਰਫ ਸਰਵ ਕਰਨ ਲਈ ਹੀ ਹੁੰਦੀ ਹੈ ਕਿ ਪਰ ਮਾਵਾਂ ਜੀ ਔਰਤ ਸਿਰਫ ਸਰਵ ਕਰਨ ਲਈ ਹੁੰਦੀ ਹੈ। ਆਦਮੀ ਜਿਹੜਾ ਸਾਰਾ ਦਿਨ ਬਾਹਰ ਧੱਕੇ ਖਾ ਕੇ ਰੋਟੀ ਕਮਾ ਕੇ ਲਿਆਉਂਦਾ ਹੈ ਕਿ ਉਹ ਸਰਵ ਨਹੀਂ ਕਰ ਰਿਹਾ ਹੁੰਦਾ। ਕਮਾਲ ਹੈ ਮਾਮਾ ਜੀ, ਤੁਸੀਂ ਇੰਨਾ ਕੁਝ ਸੋਚ ਲੈਂਦੇ ਹੋ, ਮੈਂ ਤਾਂ ਕਦੇ ਸੋਚਿਆ ਵੀ ਨਹੀਂ ਸੀ। ਕਿਉਂ ਨਹੀਂ, ਮੈਂ ਫਿਰ ਵੀ ਸਿਮਰਨ ਦਾ ਮਾਮਾ। ਉਹਦੇ ਮਾਮਾ ਜੀ ਨੇ ਹੱਸ ਕੇ ਆਖਿਆ, ਧਰਮ ਨੂੰ ਤੁਸੀਂ ਜਾਣਦੇ ਹੋ? ਇੱਕਾਇੱਕ ਸਿਮਰਨ ਨੇ ਪੁੱਛਿਆ। ਜਾਣਦਾ ਨਹੀਂ, ਪਰ ਜਿਹੜਾ ਬੰਦਾ ਸਿਮਰਨ ਨੂੰ ਚੰਗਾ ਲੱਗਦਾ ਜ਼ਰੂਰ ਚੰਗਾ ਹੋਏਗਾ। ਚੰਗੇ ਤਾਂ ਡਾਕਟਰ ਅਮਰ ਵੀ ਬਹੁਤ ਸਨ। ਫਿਰ ਸਿਮਰਨ, ਚੰਗਿਆਈ ਬਾਰੇ ਪਤਾ ਹੋਣਾ ਹੋਰ ਗੱਲ ਹੁੰਦੀ ਹੈ, ਚੰਗਾ ਹੋਣਾ ਹੋਰ ਗੱਲ। ਤੂੰ ਧਰਮ ਨਾਲ ਸ਼ਾਦੀ ਕਰਨਾ ਚਾਹੇਂਗੀ? ਪਤਾ ਨਹੀਂ, ਤੂੰ ਇਸ ਫੈਸਲੇ ਨੂੰ ਟਾਲਦੀ ਕਿਉਂ ਰਹਿੰਦੀ ਹੈ? ਮੈਂ ਅਜੇ ਆਪਣੀ ਇਸ ਰਿਸਰਚ ਵੀ ਤਾਂ ਪੂਰੀ ਕਰਨੀ ਹੈ। ਲੱਗਦਾ ਰਿਸਰਚ ਤੂੰ ਇਹਨਾਂ ਸਵਾਲਾਂ ਦੇ ਜਵਾਬ ਟਾਲਣ ਲਈ ਹੀ ਰੱਖੀ ਹੋਈ ਹੈ। ਤੁਸੀਂ ਸ਼ਾਇਦ ਠੀਕ ਸੋਚਦੇ ਹੋ ਮਾਮਾ ਜੀ, ਪਰ ਮੇਰਾ ਤਾਂ ਖਿਆਲ ਸੀ ਤੁਸੀਂ ਇੰਨੀ ਡਰਿੰਕ ਕਰਦੇ ਹੋ, ਸ਼ਾਇਦ ਕੁਝ ਸੋਚਦੇ ਹੀ ਨਹੀਂ। ਕਈ ਵਾਰ ਸੋਚਾਂ ਨੂੰ ਕੁਝ ਦੇਰ ਲਈ ਲਾਂਭੇ ਰੱਖ ਦੇਣ ਲਈ ਹੀ ਲੋਕ ਇੰਨੀ ਡਰਿੰਕ ਕਰਦੇ ਨੇ ਕਮਲੀ। ਸਿਮਰਨ, ਬੇਜੀ ਨੇ ਹੇਠਾਂ ਤੋਂ ਆਵਾਜ਼ ਦਿੱਤੀ, ਦੱਸੋ। ਉਮਾ ਤੁਹਾਨੂੰ ਲੱਭ ਰਹੀ ਸੀ, ਪੁੱਛ ਜਾ ਕੇ ਕੀ ਗੱਲ ਹੈ? ਬੇਜੀ ਨੇ ਦੱਸਿਆ। ਅੰਗ 24। ਘੰਟੇ, ਦਿਨ, ਮਹੀਨੇ ਚੁੱਪ ਚਾਪ ਲੰਘਦੇ ਜਾ ਰਹੇ ਸਨ। ਮੌਸਮ ਬਦਲ ਗਿਆ ਸੀ। ਹੌਲੀ ਹੌਲੀ ਤੁਰਦੀ ਉਮਾ ਸਿਮਰਨ ਦੇ ਕਮਰੇ 'ਚ ਆਈ। ਭਾਈ ਸਾਹਿਬ ਕੋ ਕਹੋ ਇੱਕ ਆਧੇ ਦਿਨ ਮੇਂ ਹਮਾਰੀ ਸੀਟੇਂ ਬੁੱਕ ਕਰਵਾ ਦੇ, ਉਸਨੇ ਉਦਾਸ ਆਵਾਜ਼ 'ਚ ਆਖਿਆ। ਕਿੱਥੇ ਜਾਣਾ? ਸਿਮਰਨ ਨੇ ਪੁੱਛਿਆ। ਕੈਲਕਟਾ। ਕਿਉਂ? ਔਰ ਕਿਆ, ਜਾਣਾ ਤਾਂ ਹੈ ਹੀ, ਪਾਪਾ ਤੋਂ ਬਿਨਾਂ ਉੱਧਰ ਕਿਵੇਂ ਰਹੋਗੇ? ਰਹਿਣਾ ਤਾਂ ਹੋ ਗਈ। ਅੱਛਾ ਹੋਤਾ ਹਮ ਆਤੇ ਹੀ ਨਾ, ਉਮਾ ਨੇ ਅੱਖਾਂ ਭਰ ਕੇ ਆਖਿਆ। ਨਹੀਂ ਮਾਂ, ਆਪ ਅਬ ਹਮਾਰੇ ਸਾਥ ਰਹੇਂਗੀ। ਮੈਂ ਵੀ ਤੂੰ ਆਪਕੀ ਬੇਟੀ ਹੂੰ, ਸਿਮਰਨ ਨੇ ਉਮਾ ਦਾ ਹੱਥ ਫੜ ਕੇ ਆਖਿਆ। ਹਮਨੇ ਬੇਟੀ ਕੇ ਲੀਏ ਬੋਝ ਤੋਂ ਨਹੀਂ ਬਣਨਾ। ਉਧਰ ਤੋਂ ਕੋਈ ਛੋਟਾ ਮੋਟਾ ਕੰਮ ਕਰ ਲੂੰਗੀ, ਥੋੜ੍ਹੀ ਬਹੁਤ ਮੁਝੇ ਸਿਲਾਈ ਵੀ ਆਤੀ ਹੈ। ਇਸ ਸਾਲ ਕਿਰਨ ਮੈਟ੍ਰਿਕ ਪਾਸ ਕਰ ਲੇਗੀ, ਫਿਰ ਇਸਕੋ ਪਾਪਾ ਕੇ ਕਾਲਜ ਮੇਂ ਸ਼ਾਇਦ ਕਲਰਕ ਰੱਖ ਲੇ। 3 ਸਾਲ ਮੇਂ ਵਿਕਰਮ ਵੀ ਮੈਟ੍ਰਿਕ ਕਰਕੇ ਕਹੀਂ ਛੋਟੀ ਮੋਟੀ ਨੌਕਰੀ ਢੂੰਡ ਲੇਗਾ। ਉਮਾ ਨੇ ਜਿਵੇਂ ਸਾਰੇ ਪਲੈਨ ਦੱਸੇ। ਨਹੀਂ ਮਾਂ, ਨਹੀਂ, ਕਿਰਨ 10ਵੀਂ ਪਾਸ ਕਰਕੇ ਕਲਰਕ ਨਹੀਂ ਲੱਗੇਗੀ, ਅਤੇ ਨਾ ਹੀ ਵਿਕਰਮ ਮੈਟ੍ਰਿਕ ਕਰਕੇ ਕੋਈ ਛੋਟੀ ਮੋਟੀ ਨੌਕਰੀ ਢੂੰਡੇਗਾ, ਅਤੇ ਨਾ ਹੀ ਮਾਂ ਲੋਕਾਂ ਦੇ ਕੱਪੜੇ ਸੀਏਗੀ। ਮਾਮਾ ਜੀ ਦੱਸਦੇ ਹਨ ਮੇਰੀ ਮੰਮੀ ਦੇ ਹਿੱਸੇ ਦੀ ਜ਼ਮੀਨ ਵਿੱਚੋਂ ਕਾਫੀ ਆਮਦਨੀ ਹੋ ਜਾਂਦੀ ਹੈ। ਸਾਡੇ ਸਾਰਿਆਂ ਦੇ ਰਹਿਣ ਲਈ ਇਹ ਕੋਠੀ ਵੀ ਬਥੇਰੀ ਵੱਡੀ ਹੈ। ਕਿਰਨ ਨੇ ਜਿੰਨਾ ਪੜ੍ਹਨਾ ਹੋਏਗਾ ਪੜ੍ਹੇਗੀ, ਫਿਰ ਕਿਸੇ ਅੱਛੇ ਥਾਂ ਉਹਦੀ ਸ਼ਾਦੀ ਕਰ ਦੇਵਾਂਗੇ। ਵਿਕਰਮ ਨੂੰ ਵੀ ਬਹੁਤ ਸਾਰਾ ਪੜ੍ਹਾਵਾਂਗੇ, ਅਤੇ ਫਿਰ ਵੱਡੇ ਹੋਏ ਨੂੰ ਉਹਨੂੰ ਕੁੱਕੂ ਮਾਸੀ ਜੀ ਕੋਲ ਵਲੈਤ ਪੜ੍ਹਨ ਭੇਜ ਦੇਵਾਂਗੇ, ਅਤੇ ਮਾਂ ਸਾਡੀ ਸਾਰਿਆਂ ਦੀ ਦੇਖਭਾਲ ਕਰਿਆ ਕਰੇਗੀ। ਬੇਜੀ ਹੁਣ ਬੁੱਢੇ ਹੋ ਗਏ ਨੇ, ਸਿਮਰਨ ਨੇ ਜਦੋਂ ਦ੍ਰਿੜਤਾ ਨਾਲ ਆਖਿਆ ਤਾਂ ਉਮਾ ਹੈਰਾਨ ਹੋ ਕੇ ਉਸ ਵੱਲ ਦੇਖਦੀ ਰਹੀ। ਕੁਝ ਦਿਨਾਂ ਤੱਕ ਤੁਸੀਂ ਗੇਂਦਾ ਰਾਮ ਦੇ ਨਾਲ ਕਲਕੱਤੇ ਜਾਣਾ, ਕੁਝ ਪੈਸੇ ਲੈ ਜਾਣਾ, ਉੱਧਰ ਸਾਰੇ ਹਿਸਾਬ ਕਿਤਾਬ ਕਰਕੇ ਬੱਚਿਆਂ ਦੇ ਸਕੂਲਾਂ ਦੇ ਸਰਟੀਫਿਕੇਟ ਲੈ ਕੇ ਆ ਜਾਣਾ, ਸਿਮਰਨ ਨੇ ਜਿਵੇਂ ਫੈਸਲਾ ਹੀ ਕਰ ਦਿੱਤਾ। ਬੇਜੀ ਸੇ ਪੁੱਛ ਲਿਆ? ਉਮਾ ਨੇ ਚਿੰਤਾ ਜਿਹੀ ਨਾਲ ਆਖਿਆ। ਹਾਂ, ਉਹ ਆਖਦੇ ਸੀ ਹੁਣ ਇਹਨਾਂ ਨੂੰ ਜਾਣ ਨਹੀਂ ਦੇਣਾ, ਮੇਰਾ ਵੀ ਫਿਕਰ ਹਟਿਆ, ਤੂੰ ਆਪਣੇ ਪਰਿਵਾਰ ਨਾਲ ਰਹੇਂਗੀ। ਔਰ ਮਾਮਾ ਜੀ, ਮੇਰਾ ਮਤਲਬ ਹੈ ਭਈਆ, ਮਾਮਾ ਜੀ ਸਾਡੇ ਕਰਕੇ ਰੁਕੇ ਹੋਏ ਹਨ, ਉਹਨਾਂ ਨੇ ਦਿੱਲੀ ਚਲੇ ਜਾਣਾ, ਉੱਥੇ ਉਹਨਾਂ ਦੀ ਕੋਠੀ ਹੈ, ਰੇਸ਼ਮ ਉੱਥੇ ਪੜ੍ਹਦੀ ਹੈ, ਉੱਥੇ ਮਾਮਾ ਜੀ ਦਾ ਆਰਮੀ ਵਾਲਿਆਂ ਦਾ ਇੱਕ ਆਪਣਾ ਸਰਕਲ ਹੈ। ਮੇਰਾ ਮਤਲਬ ਹੈ ਹਮਾਰੇ ਬਾਰੇ ਮੈਂ ਕਿਆ ਕਹਤੇ ਥੇ, ਉਹ ਆਖਦੇ ਸੀ ਮੇਰੀ ਮੰਮੀ ਦੇ ਹਿੱਸੇ ਦੀ ਜ਼ਮੀਨ ਹੈ ਅਤੇ ਬੈਂਕ 'ਚ ਪੈਸੇ ਵੀ ਹਨ, ਸਾਨੂੰ ਕੋਈ ਔਖ ਨਹੀਂ ਹੋਏਗੀ। ਉਮਾ ਸੋਚਾਂ ਜਿਹੀਆਂ 'ਚ ਖੋ ਗਈ। ਆਪ ਕਿਆ ਸੋਚ ਰਹੀ ਹੈ? ਸਿਮਰਨ ਨੇ ਉਮਾ ਨੂੰ ਹਿੰਦੀ 'ਚ ਪੁੱਛਿਆ। ਤੁਹਾਰੇ ਪਾਪਾ ਠੀਕ ਕਹਤੇ ਥੇ ਤੁਮ ਲੋਗੋਂ ਕੇ ਬਾਰੇ ਮੈਂ, ਸ਼ਾਇਦ ਇਸੀ ਲਈ ਤੁਹਾਰੇ ਪਾਪਾ ਉਸੇ ਭੁੱਲ ਨਹੀਂ ਪਾਏ ਥੇ, ਉਮਾ ਨੇ ਕਿਸੇ ਡੂੰਘੀ ਉਦਾਸੀ 'ਚ ਦੱਸਿਆ। ਇੰਨੇ ਵਰ੍ਹਿਆਂ 'ਚ ਸਾਨੂੰ ਮਿਲਣ ਤਾਂ ਕਦੇ ਆਏ ਨਾ, ਸਿਮਰਨ ਨੇ ਆਖਿਆ। ਸਾਰਾ ਟਾਈਮ ਤੂੰ ਸਿਮਰਨ ਜੈਸੀ ਉਨਕੇ ਪਾਸ ਹੀ ਥੀ, ਉਨਕੇ ਮਨ ਮੇਂ, ਉਨਕੇ ਦਿਲ ਮੇਂ, ਦੂਰ ਕਾਂ ਥੀ ਜੋ ਮਿਲਨੇ ਜਾਤੇ। ਉਮਾ ਨੇ ਜਿਹੜੀ ਗੱਲ ਆਖੀ ਸੀ ਸਿਮਰਨ ਨੂੰ ਸਮਝ ਆਉਂਦੀ ਸੀ, ਇਸ ਲਈ ਅੱਗੋਂ ਕੁਝ ਨਾ ਬੋਲੀ। ਅਬ ਤੋ ਵੋ ਜੈਸੀ ਹਮੇਂ ਤੁਹਾਰੇ ਪਾਸ ਛੋੜ ਨਹੀਂ ਆਏ ਥੇ, ਜੈਸੀ ਉਨਕੋ ਇਹ ਸਭ ਕੁਛ ਕਾ ਪਹਿਲੇ ਸੀ ਪਤਾ ਥਾ, ਵੋ ਤੋ ਕਿਸੀ ਜਨਮ ਕੇ ਜੈਸੀ ਰਿਸ਼ੀ ਥੇ, ਘਰ ਸੰਸਾਰ ਉਨਕੇ ਕਾਮ ਕਾ ਨਾ ਥਾ, ਯਹਾਂ ਹੋਤੇ ਹੋਏ ਵੀ ਵੋ ਯਹਾਂ ਕਹਾਂ ਥੇ। ਉਮਾ ਜਿਵੇਂ ਆਪਣੇ ਆਪ ਨਾਲ ਗੱਲਾਂ ਕਰ ਰਹੀ ਸੀ। ਸਿਮਰਨ, ਵਿਕਰਮ ਨੂੰ ਭੇਜੀ ਦੁੱਧ ਪੀ ਲਵੇ, ਮਾਮੀ ਜੀ ਨੇ ਆਵਾਜ਼ ਦਿੱਤੀ। ਕਿਤਨਾ ਖਿਆਲ ਰੱਖਦੀ ਹੈ ਭਾਬੀ, ਬਹੁਤ ਅੱਛੇ ਹੈ ਇੱਧਰ ਪੰਜਾਬ ਕੇ ਲੋਕ, ਉਮਾ ਨੇ ਆਖਿਆ। ਮਗਰ ਪਾਪਾ ਕੋ ਮਾਰਾ ਵੀ ਤੋ ਕਿਸੀ ਪੰਜਾਬੀ ਨਹੀਂ ਹੈ ਨਾ, ਸਿਮਰਨ ਨੇ ਉਦਾਸ ਹੋ ਕੇ ਆਖਿਆ।
ऐसे लोग सभी जगह पर होते हैं, मगर वो किसी जगह के भी नहीं होते। वो जीने मरने का अंतर ही नहीं जानते। आपके भाई को भी सुना है सरकार ने फांसी लगा दी थी? सिमरन ने उमा नूं पूछया। हाँ, कुणाल मित्तर दादा ने एक पुलिस अफसर को गोली मार दी थी। क्या वो पुलिस अफसर बंगाली था? था तो बंगाली, मगर उसके सामने रोटी का सवाल था, और कुछ लोग तो जीते ही रोटी के लिए। मगर माँ, लो माँ, एक पुलिस ऑफिसर मारने से तो नक्सलबाड़ियों पर तशद्दद समाप्त नहीं हो जाते थे। ये तो दादा भी जानते थे, मगर ये तो सिंबॉलिक जेस्चर था। वैसे गवर्नमेंट से टक्कर लेना तो पहाड़ से सिर फोड़ने के बराबर है। नक्सलबाड़ियों की कुर्बानियाँ तो जैसे ऐसे ही फजूल में चली गई। सरकार ने बंदे मार मार कर मोमेंट को फेल कर दिया, सिमरन बोली। नहीं, कोई सेक्रीफाइस ऐसे नहीं जाती। देखने में बेशक मोमेंट ख़त्म हो गई, मगर लोगों के मन में तो कुछ ख़त्म नहीं होता। जिस घर परिवार से कोई एक घर एक इस रास्ते पर गया और वापस नहीं आया, क्या वो भूल जाएंगे? वक्त आने पर फिर अंकुर फूट पड़ेगा, कहानी फिर से वहाँ से शुरू हो जाएगी। जब तक धरती दो किस्म के लोगों से बटी हुई है, तब तक ऐसा सब होता ही रहेगा। इधर पंजाब में तो धर्म को भी साथ में घसीट लिया है, सिमरन बोली। असल में धर्म भी दो तरह का होता है, एक अमीरों का धर्म और एक गरीबों का धर्म। सिख धर्म तो है ही गरीबों का धर्म, इसीलिए जब भी मौका आएगा ये गरीबों की हिमायत में उठ खड़ा होगा। आपको कैसे पता है? गुरु ग्रंथ का मैंने ये बंगाली तर्जमा पढ़ा है। मेरे को तो ये दुनिया का सबसे बड़ा रेवोल्यूशनरी धर्म लगा। सिमरन हैरान होके उन्हें वल झाकी। उपरों एडी सरल ते सधारण दसन वाली औरत जिंदगी दियां गुंझलां बारे किन्नी स्पष्ट सी। अंग 25। मौसम बदल रहा सी, ठंड घट गई सी, दरख्तों के नवे पत्ते निकलने शुरू हो गए सन। उमा कलकत्ते जा आई सी। किरण ते बिक्रम स्कूल पढ़न लग पए सन। उसे स्कूल विच उमा नूं बंगाली पढ़ाउण दी नौकरी मिल गई सी। नौकरी रहन दे बेजी ने जदों आख्या तां उमा बोली, घर में तो कोई काम है नहीं, सारा दिन खाली बैठी क्या करूँगी? घंटे दिन ते महीने जिवें अपनी तोरे तुरे जा रहे सन। सिमरन नूं लग्गिया जिवें झील दे पाणियां च किसी ने पत्थर वगा मारिया सी। पानी हिले, कंबे, अगड़ पिछड़ लहरां किनारियां वल नूं घूमियां ते फिर घूमदियां घूमदियां खड़ो गईयां। पानी मुड़ उसे तरह शांत हो गए। कुछ इसे तरह उन्हां दे पापा दी मौत हुई सी। जिंदगी जिवें पल दे पल लई रुकी ते हुण फिर उसे तरह तुर पई सी। बस कदे कदे उमा नी मन अपने पापा नाल गल्लां करन लग जांदी। पापा, तुसीं ते लिखिया सी, सिमरन मेरा तैनूं देखण नूं बड़ा मन करदा है। पापा आखदे ने मौत ना सिर्फ जिसम दी हुंदी है, की रूह बने तुसीं इत्थे किते साडे कोल ही हो। की रूहां दे देश विच तुहानूं मेरी मम्मी मिली सी, उहने मेरे बारे तां जरूर पुछिया होएगा। पापा, ये लोग बड़े चंगे ने। मामा जी, बेजी, मामी जी, पर मैनूं सिर्फ मम्मी दी बेटी समझदे ने। पापा, तुहाडी माँ ने तुहाडी मौत किवें जरी हो? पापा, असीं निजी दुखां सुखां च किन्ने गुआच जांदे आ। तुसीं मैडम सौंधी वल कदी ध्यान ही ना दित्ता, तुहाडे वल तकदी उह अपना राह ही गुआ बैठी। हुण ते बहुत देर हो गई है, वो अजे भी उत्थे ही खड़ोती है जिथे खड़ी नूं तुसीं उहनूं छड के गए सी। पापा, तुसीं आखोगे मैं सेंटीमेंटल हो रही हाँ। पापा, कदे कदे मैनूं बलदेव बड़ा याद आउंदा है। एक दिन अजिहियां ही सोचां च खोई सिमरन शीशे मूहरे बैठी अपने वाल वाह रही सी, जदों बाहरला गेट खड़किया। उन्हें देखिया गेंदा राम ने। जदों गेट खोलिया तां धर्म ते मैडम सौंधी अंदर लंघ आए। उन्हें काली काली गुत कीती ते हेठां ड्रॉइंग रूम च उन्हां दे कोल आ गई। अज मैनूं लगदा सी तुसीं आओगे, सिमरन ने जिवें खुश हो के आख्या। किवें लगदा सी? साडा तां कोई पक्का प्रोग्राम नहीं सी, मैडम सौंधी ने पुछया। अज मैं पापा नाल तुहाडियां गल्लां करदी रही, सिमरन ने दस्सिया। पापा नाल? हाँ, क्यों? मैं भी तुहाडे नाल एक जरूरी गल करन आई हाँ, मैडम ने अंदर आके सोफे उपर बैठदिया आख्या। पहले गेंदा राम नूं चाह लई आ खावां, आखदी सिमरन अंदर चली गई। जदों वापस आई तां उहदे नाल उमा वी सी। धर्म ने उठ के हाथ जोड़ के नमस्कार आखी ते मैडम सौंधी ने हाल चाल पुछया। हाँ, तुसीं आखदे सी जरूरी गल करनी है। कुछ चिर मगरों चाह पींदिया सिमरन ने मैडम सौंधी नूं पुछया, ये सोचदे ने 5-4 सालां नूं रिटायर हो के मैं इत्थे किथे जावांगी? मैं आख्या तुसीं मेरे नाल रहना, जिथे मैं होवांगा उत्थे तुसीं रहो, मैडम सौंधी दी थां, धर्म ने जवाब दिता। कल नूं इहदी वहुटी ने जे तैनूं पसंद ना कीता फिर, मैडम बोली।
ਫਿਰ ਜਾਂ ਤਾਂ ਆਪਾਂ ਵਹੁਟੀ ਲਿਆਉਂਦੇ ਹੀ ਨਹੀਂ, ਜਾਂ ਫਿਰ ਉਹ ਲਿਆਵਾਂਗੇ ਜਿਹੜੀ ਤੁਹਾਨੂੰ ਪਸੰਦ ਕਰਦੀ ਹੋਵੇ। ਧਰਮ ਨੇ ਜ਼ਰਾ ਕੁ ਹੱਸ ਕੇ ਆਖਿਆ, ਮੈਂ ਸਿਮਰਨ ਚਾਹੁੰਦੀ ਹਾਂ ਆਪਣੇ ਸਾਰੇ ਪੈਸੇ ਕਢਵਾ ਕੇ ਇੱਥੇ ਤੁਹਾਡੇ ਨੇੜੇ ਤੇੜੇ ਨਿੱਕਾ ਜਿਹਾ ਘਰ ਬਣਵਾ ਲਵਾਂ, ਮੈਡਮ ਸੌਂਦੀ ਨੇ ਦੱਸਿਆ। ਮੈਂ ਤਾਂ ਪਹਿਲਾਂ ਹੀ ਤੁਹਾਨੂੰ ਆਖਿਆ ਸੀ ਕਿ ਪਲੋਟ ਲੈ ਲਓ, ਉਦੋਂ ਅਰਬਨ ਐਸਟੇਟ 'ਚ ਸਾਰੇ ਲੋਕ ਪਲੋਟ ਲੈ ਰਹੇ ਸੀ। ਉਦੋਂ ਲੱਗਦਾ ਸੀ ਪਹਿਲੇ ਬੰਦਾ ਪਲੋਟ ਲਵੇ, ਫਿਰ ਘਰ ਬਣਾਏ, ਫਿਰ ਘਰ ਬਣਾਉਣ ਵੇਲੇ ਚੜ੍ਹੇ ਕਰਜ਼ੇ ਲਾਹੇ, ਜਦੋਂ ਆਰਾਮ ਨਾਲ ਰਹਿਣ ਦਾ ਵੇਲਾ ਆਉਂਦਾ ਅਤੇ ਅਗਲੇ ਦਾ ਮਰਨ ਦਾ ਵੇਲਾ ਹੋ ਜਾਂਦਾ, ਮੈਡਮ ਨੇ ਦੱਸਿਆ। ਅਤੇ ਹੁਣ ਫਿਰ ਘਰ ਬਣਾਉਣ ਦਾ ਖਿਆਲ ਕਿਵੇਂ ਆ ਗਿਆ, ਸਿਮਰਨ ਨੇ ਪੁੱਛਿਆ। ਉਦੋਂ ਲੱਗਦਾ ਸੀ ਮੈਂ ਕਿਹਦੇ ਲਈ ਬਣਾਉਣਾ ਹੈ ਘਰ, ਅਤੇ ਹੁਣ ਮੈਂ ਚਾਹੁੰਦੀ ਹਾਂ ਡਾਕਟਰ ਅਮਰ ਦਾ ਬੇਟਾ ਤੁਸੀਂ ਮੈਨੂੰ ਦੇ ਦਿਓ। ਮੈਡਮ ਸੌਂਦੀ ਨੇ ਉਹਨਾਂ ਵੱਲ ਝਾਕ ਕੇ ਅੱਖਾਂ ਭਰ ਕੇ ਆਖਿਆ। ਮੈਡਮ ਦੀ ਐਡੀ ਉਦਾਸੀ ਸਿਮਰਨ ਤੋਂ ਜਿਵੇਂ ਝੱਲੀ ਨਹੀਂ ਗਈ, ਉਹਨੇ ਉਹਦੇ ਜ਼ਬਤ ਦੀ ਕੰਨੀ ਪਤਾ ਨਹੀਂ ਅੱਜ ਕਿਵੇਂ ਸਰਕ ਗਈ ਸੀ। ਮੈਡਮ ਜੀ ਤੁਸੀਂ ਘਰ ਬਣਾਓ, ਇਕੱਲਾ ਬਿਕਰਮ ਹੀ ਕਿਉਂ, ਅਸੀਂ ਸਾਰੇ ਹੀ ਤੁਹਾਡੇ ਕੋਲ ਆ ਜਾਵਾਂਗੇ, ਸਿਮਰਨ ਨੇ ਜ਼ਰਾ ਕੁ ਹੱਸ ਕੇ ਆਖਿਆ। ਮੈਡਮ ਨੂੰ ਲੱਗਿਆ ਸਿਮਰਨ ਉਂਝ ਹੀ ਆਖ ਰਹੀ ਸੀ। ਮੈਨੂੰ ਵੀ ਰੱਖ ਲਓਗੇ ਨਾਲ ਕਿ ਨਹੀਂ, ਧਰਮ ਨੇ ਉਸੇ ਤਰ੍ਹਾਂ ਜ਼ਰਾ ਕੁ ਹੱਸ ਕੇ ਸਿਮਰਨ ਨੂੰ ਪੁੱਛਿਆ। ਮੈਡਮ ਨੂੰ ਪੁੱਛੋ, ਮੈਡਮ ਨੇ ਤਾਂ ਪਾਵਰ ਆਫ ਅਟੋਰਨੀ ਸਿਮਰਨ ਨੂੰ ਦੇ ਦਿੱਤੀ ਹੋਈ ਹੈ, ਮੈਡਮ ਦਾ ਜਵਾਬ ਸੀ। ਤੁਸੀਂ ਅਰਜ਼ੀ ਦੇ ਦੇਣਾ, ਵਿਚਾਰ ਲਵਾਂਗੇ, ਸਿਮਰਨ ਨੇ ਜਿਵੇਂ ਸ਼ਰਾਰਤ ਨਾਲ ਆਖਿਆ। ਇਹਨੇ ਨੂੰ ਕਾਹਲੀ ਕਾਹਲੀ ਬਿਕਰਮ ਅੰਦਰ ਆਇਆ ਅਤੇ ਆਖਣ ਲੱਗਾ, ਦੀਦੀ ਬਾਹਰ ਪੁਲਿਸ ਆਈ ਹੈ। ਸਾਰਿਆਂ ਨੇ ਚੌਂਕ ਕੇ ਉੱਧਰ ਦੇਖਿਆ, ਬਾਹਰ ਪੁਲਿਸ ਦੀਆਂ ਦੋ ਜੀਪਾਂ ਖੜੀਆਂ ਸਨ। ਗਿੰਦਾ ਰਾਮ ਨੇ ਆ ਕੇ ਦੱਸਿਆ ਕਿ SSP ਸਾਹਿਬ ਆਏ ਹਨ। ਮਾਮਾ ਜੀ ਨੇ ਬੁਲਾ ਲਿਆ ਸਿਮਰਨ ਨੇ ਗਿੰਦਾ ਰਾਮ ਮਾਮਾ ਜੀ ਨੂੰ ਬੁਲਾ ਲਿਆ ਸਿਮਰਨ ਨੇ ਗਿੰਦਾ ਰਾਮ ਨੂੰ ਆਖਿਆ। ਉਸੇ ਵੇਲੇ ਉਮਾ ਉੱਠ ਕੇ ਅੰਦਰ ਚਲੀ ਗਈ, ਸ਼ਾਇਦ ਪੁਲਿਸ ਵਾਲਿਆਂ ਨੂੰ ਵੇਖ ਕੇ ਉਹਦਾ ਜੀ ਘਬਰਾਉਣ ਲੱਗ ਪਿਆ। ਆਪ ਸਿਮਰਨ ਹੈ ਡਾਕਟਰ ਅਮਰ ਕੀ ਬੇਟੀ, SSP ਰੰਧਾਵੇ ਨੇ ਪੁੱਛਿਆ। ਜੀ ਹਾਂ, ਸਿਮਰਨ ਨੇ ਡਾਕਟਰ ਅਮਰ ਦੀ ਬੇਟੀ ਅਤੇ ਮੇਰੀ ਭਾਣਜੀ, ਸਿਮਰਨ ਦੀ ਥਾਂ ਉਹਦੇ ਮਾਮਾ ਜੀ ਨੇ ਜਵਾਬ ਦਿੱਤਾ। ਇਹ ਆਪਕੇ ਪਾਪਾ ਕਾ ਹੈਂਡ ਬੈਗ ਹੈ, ਉਸ ਦਿਨ ਹਾਦਸੇ ਵਾਲੀ ਬੱਸ ਮੇ ਰਹਿ ਗਿਆ ਥਾ, ਇਸਮੇ ਆਪਕੇ ਲੀਏ ਇੱਕ ਡਾਇਰੀ ਹੈ, ਡਾਕਟਰ ਅਮਰ ਸਾਹਿਬ ਕੀ ਲਿਖੀ ਹੋਈ। SSP ਰੰਧਾਵੇ ਨੇ ਉਹ ਹੈਂਡ ਬੈਗ ਸਿਮਰਨ ਨੂੰ ਫੜਾਉਂਦਿਆਂ ਦੱਸਿਆ। ਬੈਠੋ, ਹੈਵ ਅ ਕੱਪ ਆਫ ਟੀ, ਸਿਮਰਨ ਦੇ ਮਾਮਾ ਜੀ ਨੇ ਸੋਫੇ ਵੱਲ ਹੱਥ ਕਰਕੇ SSP ਰੰਧਾਵੇ ਨੂੰ ਆਖਿਆ। ਆਨਾ ਤੋ ਹਮੇ ਪਹਿਲੇ ਚਾਹੀਏ ਥਾ, ਮਗਰ ਮੈਂ ਇਹ ਡਾਇਰੀ ਗਲਤੀ ਸੀ ਪੜ੍ਹਨੇ ਲੱਗਿਆ, ਲਗਾ ਹਮ ਤੋ ਬਹੁਤ ਫਜ਼ੂਲ ਸੀ ਜ਼ਿੰਦਗੀ ਜੀਤੇ ਹੈ, SSP ਰੰਧਾਵੇ ਨੇ ਆਖਿਆ। ਵਰਤਮਾਨ ਸਮੇਂ 'ਚ ਪੁਲਿਸ ਦਾ ਰੋਲ ਹੀ ਬਦਲ ਗਿਆ, ਬਹੁਤਾ ਕਰਕੇ ਪੁਲਿਸ ਹੁਣ ਸਰਕਾਰ ਨੂੰ ਸਰਵ ਕਰਨ ਲਈ ਰਹਿ ਗਈ ਹੈ, ਸਿਮਰਨ ਦੇ ਮਾਮਾ ਜੀ ਨੇ ਪਤਾ ਨਹੀਂ ਕਿਉਂ SSP ਰੰਧਾਵੇ ਦੇ ਮੂੰਹ 'ਤੇ ਹੀ ਆਖ ਦਿੱਤਾ। ਤੁਸੀਂ ਠੀਕ ਆਖਦੇ ਹੋ, ਨਾ ਕੋਈ ਕੁਝ ਸੋਚਦਾ, ਨਾ ਕਿਸੇ ਨੂੰ ਸੋਚਣ ਦਿੱਤਾ ਜਾਂਦਾ, ਨਾ ਕੋਈ ਕੁਝ ਸੋਚਣ ਦੀ ਜ਼ਰੂਰਤ ਮਹਿਸੂਸ ਕਰਦਾ, ਅਸੀਂ ਸਭ ਚੈੱਸ ਦੇ ਮੋਹਰੇ ਬਣ ਕੇ ਰਹਿ ਗਏ ਹਾਂ। SSP ਰੰਧਾਵੇ ਨੇ ਵੀ ਇਸ ਵਾਰੀ ਪੰਜਾਬੀ ਵਿੱਚ ਹੀ ਜਵਾਬ ਦਿੱਤਾ। ਬਲਦੇਵ ਬਾਰੇ ਕਿੱਧਰੋਂ ਕੋਈ ਪਤਾ ਲੱਗ ਸਕਦਾ, ਮੈਡਮ ਸੌਂਦੀ ਨੇ ਜਿਵੇਂ ਤਰਲੇ ਵਾਂਗ ਪੁੱਛਿਆ। ਕੌਣ ਬਲਦੇਵ, SSP ਰੰਧਾਵੇ ਨੇ ਮੈਡਮ ਵੱਲ ਝਾਕ ਕੇ ਪੁੱਛਿਆ। ਮੇਰਾ ਕਲਾਸ ਫੈਲੋ ਸੀ, ਉਹ ਮਹਾਤਮਾ ਗਾਂਧੀ ਦੇ ਮਾਈ ਐਕਸਪੈਰੀਮੈਂਟਸ ਵਿਦ ਟਰੁੱਥ ਉੱਪਰ ਰਿਸਰਚ ਕਰਦਾ ਸੀ, ਅੱਜ ਕੱਲ੍ਹ ਲਾਪਤਾ ਹੈ, ਮੈਡਮ ਦੀ ਥਾਂ ਸਿਮਰਨ ਨੇ ਦੱਸਿਆ। ਕੁਝ ਆਖਿਆ ਨਹੀਂ ਜਾ ਸਕਦਾ, ਪਿੱਛੇ ਜੇ ਕੁਝ ਅੱਤਵਾਦੀ ਐਨਕਾਊਂਟਰ 'ਚ ਮਰੇ ਵੀ ਹਨ ਜਿਨ੍ਹਾਂ ਦੀ ਅਜੇ ਸ਼ਨਾਖਤ ਨਹੀਂ ਹੋਈ, SSP ਰੰਧਾਵੇ ਨੇ ਦੱਸਿਆ। ਐਨਕਾਊਂਟਰ ਕਿ ਫੇਕ ਐਨਕਾਊਂਟਰ, ਜਿਨ੍ਹਾਂ ਦੀ ਅਜੇ ਸ਼ਨਾਖਤ ਨਹੀਂ ਹੋਈ ਉਹਨਾਂ ਬਾਰੇ ਇਹ ਕਿਵੇਂ ਪਤਾ ਲੱਗ ਗਿਆ ਕਿ ਉਹ ਅੱਤਵਾਦੀ ਸਨ? SSP ਸਾਹਿਬ ਤੁਸੀਂ ਅੰਦਾਜ਼ਾ ਨਹੀਂ ਲਗਾ ਸਕਦੇ, ਜਦੋਂ ਮਾਪਿਆਂ ਕੋਲ ਜਵਾਨ ਪੁੱਤਰ ਦੀ ਲਾਸ਼ ਪਹੁੰਚਦੀ ਹੈ, ਮੈਡਮ ਸੌਂਦੀ ਤੱਪ ਕੇ ਬੋਲੀ। ਅੰਦਾਜ਼ਾ ਕਿਉਂ ਨਹੀਂ ਲਗਾ ਸਕਦਾ, ਮੇਰਾ ਆਪਣਾ ਮੈਡੀਕਲ ਕਾਲਜ 'ਚ ਪੜ੍ਹਦਾ ਬੇਟਾ ਅੱਤਵਾਦੀਆਂ ਨੇ ਮਾਰ ਦਿੱਤਾ ਸੀ, ਉਦੋਂ ਦਾ ਮਨ ਹੋਇਆ ਸੀ ਇਹਨਾਂ ਨੂੰ ਇੱਕ ਵਾਂਢੇ ਉਡਾ ਦਿਆਂ, ਪਰ ਹੁਣ ਲੱਗਦਾ ਕਿ ਹਾਲਾਤ ਦੇ ਮੂਹਰੇ ਅਸੀਂ ਸਾਰੇ ਹੀ ਬੇਬਸ ਹਾਂ। ਪਰ ਤੁਸੀਂ ਉਹਨੂੰ ਬਲਦੇਵ ਨੂੰ ਆਖਣਾ ਸੀ, ਉਹ ਕਿਹੜੇ ਰਾਹ ਪੈ ਗਿਆ? ਵਾਇਲੈਂਸ ਨਾਲ ਕਦੇ ਕੁਝ ਨਹੀਂ ਸਮਝਦਾ। ਅਤੇ ਗੱਲ ਕਰਦਾ ਕਰਦਾ SSP ਰੰਧਾਵਾ ਇੱਕਦਮ ਚੁੱਪ ਕਰ ਗਿਆ, ਜਿਵੇਂ ਉਹਨੂੰ ਯਾਦ ਆ ਗਿਆ ਕਿ ਉਹ ਤਾਂ ਇੱਕ ਪੁਲਿਸ ਅਫਸਰ ਹੈ ਅਤੇ ਉਹਨੂੰ ਇਉਂ ਆਮ ਲੋਕਾਂ ਨਾਲ ਇਹੋ ਜਿਹੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਚਾਹ ਮੁਕਾ ਕੇ ਉਹ ਇੱਕਦਮ ਜਾਣ ਲਈ ਉੱਠ ਖੜਾ ਹੋਇਆ। ਅੱਛਾ ਮੈਂ ਚੱਲਦਾ, ਖੁਸ਼ੀ ਹੋਈ ਮਿਲ ਕੇ, ਆਖਦਾ ਉਹ ਬਾਹਰ ਨੂੰ ਤੁਰ ਪਿਆ। ਸਰਦਾਰ ਕੁਲਦੀਪ ਸਿੰਘ ਸਿਮਰਨ ਦੀ ਮਾਮਾ ਜੀ ਉਹਨੂੰ ਗੇਟ ਤੱਕ ਛੱਡਣ ਗਏ, ਸਿਮਰਨ ਦੇ ਮਾਮਾ ਜੀ ਉਹਨੂੰ ਗੇਟ ਤੱਕ ਛੱਡਣ ਗਏ, ਮਗਰੋਂ ਧਰਮ ਅਤੇ ਮੈਡਮ ਸੌਂਦੀ ਵੀ ਜਾਣ ਲਈ ਤਿਆਰ ਹੋ ਗਏ। ਸਿਮਰਨ ਉਹਨਾਂ ਨੂੰ ਛੱਡਣ ਲਈ ਬਾਹਰ ਵਿਹੜੇ 'ਚ ਆਈ ਤਾਂ ਦੇਖਿਆ ਅਸਮਾਨ ਉੱਪਰ ਬੱਦਲ ਘੇਰ ਆਏ ਸਨ। ਉਹਨਾਂ ਦੇ ਜਾਣ ਮਗਰੋਂ ਗੇਂਦਾ ਰਾਮ ਨੇ ਗੇਟ ਬੰਦ ਕਰ ਦਿੱਤਾ। ਸਿਮਰਨ ਨੇ SSP ਰੰਧਾਵੇ ਦਾ ਲਿਆਂਦਾ ਆਪਣੇ ਪਾਪਾ ਦਾ ਹੈਂਡ ਬੈਗ ਚੁੱਕਿਆ ਅਤੇ ਉੱਪਰ ਆਪਣੇ ਕਮਰੇ 'ਚ ਚਲੀ ਗਈ। ਕਮਰੇ ਦਾ ਬੂਹਾ ਭੇੜ ਲਿਆ, ਬੈਗ ਖੋਲ੍ਹਿਆ, ਵਿੱਚ ਇੱਕ ਨਾਈਟ ਸੂਟ ਸੀ, ਬੁਰਸ਼ ਸੀ, ਬਹੁਤ ਸੋਹਣੀ, ਸ਼ਾਇਦ ਸਿਮਰਨ ਲਈ ਲਿਆਂਦੀ ਇੱਕ ਛੋਟੀ ਜਿਹੀ ਘੜੀ ਸੀ, ਇੱਕ ਜਰਮਨ ਲੇਖਕ ਗੇਟੇ ਦੀ ਲਿਖੀ
ਫੌਸਟ ਕਿਤਾਬ ਸੀ ਤੇ ਇੱਕ ਲਿਫਾਫੇ 'ਚ ਵੱਡੇ ਸਾਈਜ਼ ਦੀ ਨੀਲੇ ਰੰਗ ਦੀ ਜਿਲਦ ਵਾਲੀ ਡਾਇਰੀ ਸੀ। ਪਹਿਲੇ ਸਫ਼ੇ ਉੱਪਰ ਲਿਖਿਆ ਸੀ, ਬੇਟੀ ਸਿਮਰਨ, ਮੈਂ ਮੀਂਹ ਨਾਲ ਮੀਂਹ ਬਣ ਕੇ ਆ ਜਾਇਆ ਕਰਾਂਗਾ, ਸੂਰਜ ਨਾਲ ਸੂਰਜ ਬਣ ਕੇ, ਹਵਾ ਨਾਲ ਹਵਾ ਬਣ ਕੇ, ਦਰਿਆ ਨਾਲ ਦਰਿਆ ਬਣ ਕੇ ਅਤੇ ਬੱਦਲਾਂ ਨਾਲ ਬੱਦਲ ਬਣ ਕੇ ਆ ਜਾਇਆ ਕਰਾਂਗਾ। ਪਾਪਾ ਅਮਰ ਉਰਫ ਅਗਨੀ ਮਿੱਤਰ। ਸਿਮਰਨ ਦੀਆਂ ਅੱਖਾਂ ਭਰ ਆਈਆਂ, ਹਵਾ ਨਾਲ ਉਹਦੀ ਖਿੜਕੀ ਦਾ ਪਰਦਾ ਹਿੱਲਿਆ। ਡਾਇਰੀ ਬੰਦ ਕਰਕੇ ਉਹ ਖਿੜਕੀ 'ਚ ਜਾ ਖੜੀ ਹੋਈ, ਬਾਹਰ ਮੀਂਹ ਪੈ ਰਿਹਾ ਸੀ। ਨੋਵਲ ਇੱਥੇ ਸਮਾਪਤ ਹੈ। ਧੰਨਵਾਦ।